ਆਲਰੇਡੀ ਸ਼ੁਰੂ, ਉਸ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਸੋ ਉਸ ਦੇ ਬਾਬਤ ਜਿਹੜੀ ਗੱਲਬਾਤ ਆ ਉਹ ਆਪਾਂ ਅੱਜ ਕਰਾਂਗੇ। ਅਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਮਨਪ੍ਰੀਤ ਕੌਰ ਉਹ ਇਸ ਟਾਈਮ ਜੁੜ ਚੁੱਕੇ ਨੇ। ਮਨਪ੍ਰੀਤ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਜਕਾਰਾ ਆਰਗਨਾਈਜੇਸ਼ਨ ਦੇ ਦੂਜੇ ਮੈਂਬਰ ਹਰਜੀਤ ਸਿੰਘ ਉਹ ਵੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜੀਤ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਗੀਤ, ਜੇ ਸਮਾਂ ਬਚੇ ਅਖੀਰ ਦੇ ਵਿੱਚ ਤਾਂ ਥੋੜ੍ਹੇ ਬਹੁਤੇ ਤੁਹਾਨੂੰ ਜਿਹੜੇ ਜ਼ਰੂਰ ਸੁਣਾ ਦਿਆਂਗੇ, ਪਰ ਉਸ ਤੋਂ ਵੀ ਅਹਿਮ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ 2020 ਦੇ ਵਿੱਚ ਚੱਲ ਰਹੀਆਂ ਆ, ਸੋ ਆਪਾਂ ਉਸ ਦੇ ਉੱਤੇ ਜਿਹੜੀ ਆ ਧਿਆਨ ਦੇਣਾ ਆ, ਉਸ ਦੇ ਉੱਤੇ ਜਿਹੜਾ ਆਪਾਂ ਖਿਆਲ ਕਰਨਾ ਆ ਵੀ ਆਪਾਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੂਰਾ ਕਰਨਾ ਆ। ਨੋ ਡਾਊਟ ਕਰੋਨਾ ਵਾਇਰਸ ਦੀ ਮਹਾਂਮਾਰੀ ਪੈਨਡੈਮਿਕ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਆ ਉਹ ਇਸ ਦੇ ਹੇਠਾਂ, ਉਸ ਦੇ ਪਰਛਾਵੇਂ ਦੇ ਹੇਠ ਆ ਗਈਆਂ ਆ, ਪਰ ਇਸ ਦਾ ਮਤਲਬ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਜਿਹੜੀ ਆ ਤਰਜੀਹ ਨਹੀਂ ਦੇਣੀ। ਸੋ ਆਪਾਂ ਜ਼ਰੂਰ ਇਸ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਆ। ਸੋ ਸਭ ਤੋਂ ਪਹਿਲਾਂ ਮਨਪ੍ਰੀਤ, ਹਰਜੀਤ ਜ਼ਰੂਰ ਤੁਹਾਡੇ 'ਚੋਂ ਕੋਈ ਜਾਣਾ ਸਾਡੇ ਨਾਲ ਜਿਹੜਾ ਚੀਜ਼ ਨੂੰ ਸ਼ੇਅਰ ਕਰੇ ਵੀ ਇਹ ਜਿਹੜੀ ਐਵਰੀ 10 ਈਅਰ ਆਫਟਰ ਏ ਡੈਕੇਡ ਜਿਹੜਾ US ਜਿਹੜਾ ਸੈਂਸਸ ਬਿਊਰੋ ਦੇ ਦੁਆਰਾ ਇਹ ਮਰਦਮਸ਼ੁਮਾਰੀ ਕੀਤੀ ਜਾਂਦੀ ਆ, ਕੀ ਚੀਜ਼ ਇਹ ਹੈਗੀ ਆ, ਕਿਉਂ ਇੰਪੋਰਟੈਂਟ ਆ, ਸੋ ਆਪਾਂ ਵੱਖ ਵੱਖ ਇਹਦੇ ਆਸਪੈਕਟਸ ਦੇ ਬਾਰੇ ਗੱਲਬਾਤ ਕਰਾਂਗੇ ਜੀ। ਮਨਪ੍ਰੀਤ, ਹਾਂਜੀ, ਜਿਹੜੀ ਆਪਣੀ ਮਰਦਮਸ਼ੁਮਾਰੀ ਹਰ 10 ਸਾਲ ਹੁੰਦੀ ਆ, ਜਿਵੇਂ ਕਿ ਸਰੋਤਿਆਂ ਨੂੰ ਪਤਾ ਵਾ ਕਿ ਵੱਖਰੀਆਂ ਆਪਣੀਆਂ ਪੰਜਾਬੀ ਰੇਡੀਓ USA ਤੇ ਐਡਸ ਵੀ ਆ ਰਹੀਆਂ ਨੇ, ਕਮਰਸ਼ਲ ਵੀ ਆ ਰਹੀ ਨੇ, ਸ਼ਾਇਦ ਸੋਸ਼ਲ ਮੀਡੀਆ ਤੇ ਭਾਵੇਂ ਵਟਸਐਪ ਜਾਂ ਫੇਸਬੁੱਕ ਤੇ ਵੀ ਦੇਖੀਆਂ ਹੋਣਗੀਆਂ ਵੀਡੀਓਜ਼ ਪੋਸਟ ਜਿਹੜੀਆਂ ਅਸੀਂ ਵੀ ਪਾਈਆਂ ਹੋਣੀਆਂ ਨੇ ਜਾਂ ਫੋਰਵਰਡ ਮਿਲਿਆ ਹੋਣਾ। ਇਹ ਮਰਦਮਸ਼ੁਮਾਰੀ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਜਿਹੜੇ ਜਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਵੀ ਲੈਂਦੇ ਹੁੰਦੇ ਨੇ, ਓਦਾਂ ਹੀ ਹੁੰਦੀ ਆ ਕਿ ਵੀ ਜਿਹੜਾ ਹਰ ਇੱਕ ਸ਼ਖਸ ਇੱਥੇ ਅਮਰੀਕਾ ਦੇ ਵਿੱਚ ਰਹਿ ਰਿਹਾ ਵਾ ਉਹਨਾਂ ਦੀ ਆਪਾਂ ਗਿਣਤੀ ਕਰਨੀ ਆ। ਸੋ ਇਹ ਜਿਹੜੀ ਮਰਦਮਸ਼ੁਮਾਰੀ ਆ ਇਹਦੇ ਵਿੱਚ ਪੁੱਛਿਆ ਜਾਂਦਾ ਕਿ ਵੀ ਤੁਹਾਡੇ ਘਰ ਦੇ ਵਿੱਚ ਕਿੰਨੇ ਜੀ ਰਹਿੰਦੇ ਨੇ, ਉਹਨਾਂ ਦੀ ਕੀ ਉਮਰ ਆ, ਕਿੰਨੇ ਬੱਚੇ ਨੇ ਤੁਹਾਡੇ ਘਰ ਦੇ ਵਿੱਚ। ਤੇ ਇਹਦੇ ਵਿੱਚ ਨਾ ਕੋਈ ਇਹੋ ਜਿਹਾ ਸਵਾਲ ਆ ਜਿਹਦੇ ਨਾਲ ਤੁਹਾਨੂੰ ਕੋਈ ਵੀ ਡਰ ਹੋਣਾ ਚਾਹੀਦਾ ਕਿ ਵੀ ਤੁਹਾਡੀ ਸਿਟੀਜ਼ਨਸ਼ਿਪ ਬਾਰੇ ਪੁੱਛਿਆ ਜਾਊਗਾ ਜਾਂ ਏਦਾਂ ਕੋਈ। ਇਹ ਬਸ ਇਹ ਹਰ 10 ਸਾਲ ਪੁੱਛਦੇ ਨੇ ਤਾਂ ਕਿ ਇਹ ਆਪਣੀ ਜਿਹੜੀ ਆਬਾਦੀ ਆ ਇਹਨੂੰ ਮੈਜ਼ਰ ਕਰ ਸਕਣ ਕਿ ਵੀ ਕਿੰਨੀ ਕੁ ਵਧੀਆ, ਕਿੱਥੇ ਘਟੀ ਆ, ਤੇ ਉਹਦੇ ਉਹੀ ਨੰਬਰਾਂ ਦੇ ਹਿਸਾਬ ਨਾਲ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਕਿਹੜੀਆਂ ਫਸੂਲਤਾਂ ਹੋਰ ਜ਼ਿਆਦਾ ਚਾਹੀਦੀਆਂ ਨੇ ਕਿਸੇ ਵੀ ਰੀਜਨ ਦੇ ਵਿੱਚ। ਸੋ ਬੇਸਿਕਲੀ ਹਰ 10 ਸਾਲ ਇਹ ਚੀਜ਼ ਦੀ ਗਿਣਤੀ ਹੋ ਜਾਂਦੀ ਆ ਜੀ। ਜੀ, ਸੋ ਹਰਜੀਤ, ਜੇ ਤੁਸੀਂ ਇਸ ਚੀਜ਼ ਦੇ ਵਿੱਚ ਕੁਝ ਹੋਰ ਨਾਲ ਐਡ ਕਰਨਾ ਚਾਹੁੰਦੇ ਹੋ। ਹਾਂਜੀ ਯਾਰ, ਬੇਸਿਕ ਲੈਵਲ ਤੇ ਤਾਂ ਸਾਰੀ ਹਰ ਯੂਨਾਈਟਿਡ ਸਟੇਟਸ ਦੇ ਨਿਵਾਸੀਆਂ ਦੀ ਗਿਣਤੀ ਹੈ, ਭਾਵੇਂ ਤੁਹਾਡੀ 105 ਸਾਲ ਦੀ ਉਮਰ ਆ, ਭਾਵੇਂ ਤੁਸੀਂ 3 ਮਹੀਨੇ ਦੇ ਬੇਬੀ ਨਵੇਂ ਬੋਰਨ ਹੋਏ ਆ, ਆਮ ਸਾਰਿਆਂ ਦੀ ਗਿਣਤੀ ਹੁੰਦੀ ਆ। ਤੇ ਮੇਨ ਗੱਲ ਇਹ ਆ ਵੀ ਸਿਰਫ ਸਿਟੀਜ਼ਨ ਵਾਸਤੇ ਨਹੀਂ ਹੈਗਾ ਜਾਂ ਗ੍ਰੀਨ ਕਾਰਡ ਹੋਲਡਰ ਜੋ ਵੀ ਹੈਗਾ, ਇਹ ਸਾਰਿਆਂ ਲਈ ਆ। ਭਾਵੇਂ ਤੁਸੀਂ ਇਕੱਲੇ ਅਮੈਰੀਕਾ ਆਏ ਆ, ਕਦੇ ਸਿਟੀਜ਼ਨ ਹੈਗੇ ਆ, ਸਿਟੀਜ਼ਨ ਨਾਨ ਸਿਟੀਜ਼ਨ, ਇਹ ਸਾਰਿਆਂ ਦੀ ਗਿਣਤੀ ਆ। ਤੇ ਬੇਸਿਕਲੀ ਇੱਦਾਂ ਫੰਡਿੰਗ ਇਵੇਂ ਹੁੰਦੀ ਆ, ਅਸੀਂ ਹੁਣ ਜਿਹੜੇ ਇੱਥੇ ਕੰਮ ਕਰਦੇ ਹਾਂ ਅਸੀਂ ਟੈਕਸਿਸ ਪੇ ਕਰਦੇ ਹਾਂ, ਉਹ ਟੈਕਸਿਸ ਫੈਡਰਲ ਗਵਰਨਮੈਂਟ ਨੂੰ ਜਾਂਦੇ ਆ, ਜੋ ਪੂਰੀ ਨੈਸ਼ਨਲ ਗਵਰਨਮੈਂਟ ਹੈਗੀ ਆ। ਤੇ ਉਹ ਫਿਰ ਟੈਕਸਿਸ ਵਾਪਸ ਸਾਨੂੰ ਸਹੂਲਤਾਂ ਦੇ ਹਿਸਾਬ ਨਾਲ ਜਾਂ ਫੰਡਿੰਗ ਦੇ ਹਿਸਾਬ ਨਾਲ ਸਾਨੂੰ ਉਹਨਾਂ ਦਾ ਫਾਇਦਾ ਹੁੰਦਾ ਆ ਇਸ ਸੈਂਸਿਸ ਦੀ ਗਿਣਤੀ ਦੇ ਨਾਲ। ਜਿੰਨੀ ਜ਼ਿਆਦਾ ਇੱਕ ਇਲਾਕੇ ਵਿੱਚ ਗਿਣਤੀ ਹੁੰਦੀ ਆ, ਉਨੇ ਜ਼ਿਆਦਾ ਪੈਸੇ ਫੈਡਰਲ ਗਵਰਨਮੈਂਟ ਉਸ ਇਲਾਕੇ ਨੂੰ ਭੇਜਦੀ ਹੈ, ਤੇ ਉਹਦੇ ਨਾਲ ਸਾਨੂੰ ਜੋ ਵੀ ਸੜਕਾਂ ਬਣਦੀਆਂ ਆ, ਹਸਪਤਾਲ ਕਲੀਨਿਕਸ ਬਣਦੇ ਆ, ਨਵੇਂ ਸਕੂਲ ਬਣਦੇ ਆ, ਉਸ ਸਹੂਲਤਾਂ ਵਾਸਤੇ ਫੰਡਿੰਗ ਸਾਨੂੰ ਮਿਲਦੀ ਆ ਜੀ। ਸੋ ਬਿਲਕੁਲ ਜਿੱਦਾਂ ਹਰਜੀਤ ਅਤੇ ਮਨਪ੍ਰੀਤ ਜਿਹੜੇ ਦੱਸ ਰਹੇ ਨੇ, ਇਸ ਦੇ ਵਿੱਚ ਇਰਰਿਸਪੈਕਟਿਵ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਕੋਈ ਵੀ ਹੈਗਾ ਆ, ਸਿਟੀਜ਼ਨ ਤੋਂ ਲੈ ਕੇ ਜਿਹੜਾ ਕੋਈ ਕੱਲ੍ਹ ਤੱਕ ਵੀ ਜਾਂ ਅੱਜ ਵੀ ਜਿਹੜਾ ਆ ਅਮੈਰੀਕਾ ਦੇ ਵਿੱਚ ਦਾਖਲ ਹੋਇਆ, ਹਰ ਇੱਕ ਜਾਣੇ ਨੂੰ ਇਹਨਾਂ ਨੇ ਇਸ ਦੇ ਵਿੱਚ ਗਿਣਨਾ ਆ। ਇਹ ਗਿਣਨਾ ਬਹੁਤ ਜ਼ਰੂਰੀ ਆ, ਜਿੱਦਾਂ ਹੁਣੇ ਹਰਜੀਤ ਵੀ ਸਮਝਾ ਕੇ ਹਟਿਆ ਵੀ ਜਿਹੜੇ ਆਪਾਂ ਟੈਕਸ ਪੇ ਕਰਦੇ ਹਾਂ ਚਾਹੇ ਸਟੇਟ ਲੈਵਲ 'ਤੇ ਆ ਅਤੇ ਚਾਹੇ ਆਪਣੇ ਫੈਡਰਲ ਲੈਵਲ 'ਤੇ ਆ, ਵੱਖ ਵੱਖ ਸਹੂਲਤਾਂ ਜਿਹੜੀਆਂ ਆਪਣੀਆਂ ਕਮਿਊਨਿਟੀਜ਼ ਆਪਣੇ ਇਲਾਕਿਆਂ ਦੇ ਵਿੱਚ ਜਿਹੜੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਆ, ਉਸ ਦੇ ਹਿਸਾਬ ਦੇ ਨਾਲ ਹੁੰਦਾ ਵੀ ਅੱਛਾ ਇਸ ਇਲਾਕੇ 'ਚ ਇੰਨੇ ਜਾਣੇ ਆ ਅਤੇ ਇੱਥੇ ਇੰਨਾ ਜਿਹੜੇ ਡਾਲਰ ਆ ਉਹ ਖਰਚਾਂਗੇ ਤਾਂ ਇਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਹੋਣੀਆਂ। ਸੋ ਇਹ ਬਹੁਤ ਇੰਪੋਰਟੈਂਟ ਆ,
ਬਹੁਤ ਜ਼ਰੂਰੀ ਆ ਵੀ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਜਿਹੜਾ ਗਿਣਿਆ ਜਿਹੜਾ ਉਹ ਜ਼ਰੂਰ ਜਾਵੇ। ਸੋ ਰਾਈਟ ਨਾਓ ਪ੍ਰੋਸੈਸ ਸ਼ੁਰੂ ਹੋ ਚੁੱਕਾ, ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ, ਸੋ ਇਹ ਪੂਰੀ ਪ੍ਰਕਿਰਿਆ ਪ੍ਰੋਸੈਸ ਦੇ ਬਾਰੇ ਜਿਹੜੇ ਸਾਰੇ ਸਰੋਤਿਆਂ ਨੂੰ ਜਾਣਕਾਰੀਆਂ ਦਿਓ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਆਲਰੇਡੀ ਚਿੱਠੀਆਂ ਜਿਹੜੇ ਸੈਂਸਸ ਦੇ ਦੁਆਰਾ US ਸੈਂਸਸ ਬਿਊਰੋ ਦੁਆਰਾ ਆ ਚੁੱਕੀਆਂ ਹੋਣਗੀਆਂ, ਉਹਨਾਂ ਚਿੱਠੀਆਂ ਦਾ ਕੀ ਕਰਨਾ ਹੈ, ਕਿਵੇਂ ਭਰਨਾ ਹੈ, ਸੋ ਉਸ ਦੇ ਬਾਰੇ ਜਾਣਕਾਰੀ ਦਿਓ। ਹਾਂਜੀ, ਇਸ ਚਿੱਠੀਆਂ ਬਾਰੇ ਐਕਚੁਅਲੀ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਵੀ ਇਹ ਚਿੱਠੀ ਨੂੰ ਸਿੱਟਿਓ ਨਾ, ਤੁਹਾਨੂੰ ਜਦੋਂ ਤੱਕ ਤੁਸੀਂ ਇਹ ਭਰਦੇ ਨਹੀਂ ਇਹ ਚਿੱਠੀਆਂ ਤੁਹਾਨੂੰ ਭੇਜੀ ਜਾਣਗੇ, ਭਾਵੇਂ ਤੁਸੀਂ ਪਹਿਲੀ ਚਿੱਠੀ ਸਿੱਟਤੀ ਹੋਵੇ ਦੂਜੀ ਚਿੱਠੀ ਵੀ ਸਿੱਟਤੀ ਹੋਵੇ, ਉਹਨਾਂ ਨੇ ਫਿਰ ਵੀ ਤੁਹਾਨੂੰ ਚਿੱਠੀਆਂ ਭੇਜਦੇ ਰਹਿਣੀਆਂ, ਕਿਉਂਕਿ ਜਦੋਂ ਤੱਕ ਇਹ ਭਰਿਆ ਨਹੀਂ ਜਾਂਦਾ ਇਹਨਾਂ ਦੀ ਉਹੀ ਹੈ ਕਿਉਂਕਿ ਇਹ ਬਾਏ ਲਾਅ ਰਿਕੁਆਇਰਮੈਂਟ ਆ ਕਿ ਵੀ ਸੈਂਸਸ ਭਰਿਆ ਜਾਵੇ। ਸੋ ਭਾਵੇਂ ਤੁਸੀਂ ਮੇਲ ਚ ਨਾ ਭਰੀਓ, ਤੁਹਾਨੂੰ ਤਿੰਨ ਆਪਸ਼ਨ ਦਿੱਤੇ ਜਾਂਦੇ ਨੇ ਕਿ ਵੀ ਤੁਸੀਂ ਆਨਲਾਈਨ ਭਰ ਸਕਦੇ ਹੋ, ਤੁਸੀਂ ਫੋਨ ਰਾਹੀਂ ਭਰ ਸਕਦੇ ਹੋ, ਉਹਨਾਂ ਦਾ ਨੰਬਰ ਜਿਹੜਾ ਹੈਗਾ ਵਾ ਉਹਦੇ ਤੇ ਤੁਸੀਂ ਭਰ ਸਕਦੇ ਹੋ, ਜਾਂ ਤੁਸੀਂ ਡਾਕ ਰਾਹੀਂ ਭਰ ਸਕਦੇ ਹੋ। ਸੋ ਹੁਣ ਆਪਾਂ ਨੂੰ ਤਕਰੀਬਨ 2-3 ਚਿੱਠੀਆਂ ਮਿਲੀਆਂ ਚਾਹੀਦੀਆਂ ਹੋਣੀਆਂ ਨੇ ਹੁਣ ਤੱਕ। ਪਹਿਲਾਂ ਉਹਨਾਂ ਨੇ ਇੱਕ ਪੋਸਟ ਕਾਰਡ ਭੇਜਿਆ ਹੁਣ ਆਪਾਂ ਨੂੰ ਕਿ ਵੀ ਤੁਹਾਨੂੰ ਇਸ ਤਰੀਕ ਤੇ ਇੱਕ ਚਿੱਠੀ ਆਊਗੀ, ਫਿਰ ਇੱਕ ਦੂਜੀ ਚਿੱਠੀ ਆਈ ਆ ਉਹਦੇ ਤੇ ਸਿਰਫ ਰੈਜ਼ੀਡੈਂਟ ਲਿਖਿਆ ਹੁੰਦਾ ਤੇ ਫਿਰ ਉਹਦੇ ਥੱਲੇ ਤੁਹਾਡਾ ਐਡਰੈਸ ਲਿਖਿਆ ਜਾਂਦਾ ਵਾ, ਉਹ ਨੀਲੇ ਰੰਗ ਦੀ ਸੀਗੀ ਇੱਕ ਚਿੱਟੇ ਐਨਵਲਪ ਦੇ ਵਿੱਚ। ਜੇ ਉਹ ਸਿੱਟੀ ਗਈ ਤਾਂ ਫਿਰ ਵੀ ਫਿਕਰ ਨਾ ਕਰੋ, ਤੁਸੀਂ ਆਨਲਾਈਨ ਬੇਸ਼ੱਕ ਜਾ ਕੇ ਆਪਦਾ ਐਡਰੈਸ ਹੀ ਭਰ ਦਿਓ ਤੇ ਉਹਦੇ ਰਾਹੀਂ ਵੀ ਭਰ ਸਕਦੇ ਹੋ। ਪਰ ਮੈਨੂੰ ਪਤਾ ਕਿ ਵੀ ਆਪਣੇ ਸਰੋਤਿਆਂ ਨੂੰ ਵੀ ਪਤਾ ਵਾ ਕਿ ਵੀ ਮਰਦਮਸ਼ੁਮਾਰੀ ਕਿੰਨੀ ਕੁ ਜ਼ਰੂਰੀ ਆ, ਪਰ ਮੈਂ ਥੋੜੀ ਜਿਹੀ ਗਲਤਫਹਿਮੀਆਂ ਵੀ ਕਲੀਅਰ ਕਰਨਾ ਚਾਹੁੰਦੀ, ਜਿਹੜੇ ਕਿਉਂਕਿ ਸਾਨੂੰ ਵੀ ਬਹੁਤ ਸਵਾਲ ਆਏ ਨੇ ਜਦੋਂ ਤੱਕ ਅਸੀਂ ਐਕਚੁਅਲੀ ਦਰ ਦਰ ਤੇ ਜਾ ਕੇ ਲੋਕਾਂ ਨੂੰ ਦੱਸ ਰਹੇ ਸੀ, ਆਪਣੀ ਕਮਿਊਨਿਟੀ ਨੂੰ ਦੱਸ ਰਹੇ ਸੀ ਕਿ ਵੀ ਯੂਨੋ ਇਹ ਭਰਨੀ ਆ, ਤੁਸੀਂ ਤੁਹਾਡਾ ਭਰਨ ਦਾ ਇਰਾਦਾ ਵਾ, ਤੇ ਸਭ ਤੋਂ ਜ਼ਿਆਦਾ ਜਿਹੜੇ ਕੁਐਸਚਨ ਸਾਨੂੰ ਆਏ ਸੀਗੇ ਐਕਚੁਅਲੀ ਰੈਂਟਰਸ ਤੋਂ ਆਏ ਸੀ, ਜਿਹੜੇ ਕਿਰਾਏਦਾਰ ਰਹਿ ਰਹੇ ਨੇ ਤੇ ਜਿਹੜੇ ਉਹਨਾਂ ਦੇ ਲੈਂਡਲੋਰਡਸ ਨੇ, ਸ਼ਾਇਦ ਉਹ ਆਪਦਾ ਉਹਨਾਂ ਦੀ ਮੇਲ ਦੇਖ ਰਹੇ ਨੇ, ਜਾਂ ਏਦਾਂ ਵੀ ਹੋ ਸਕਦਾ ਕਿ ਵੀ ਤੁਹਾਨੂੰ ਲੱਗਦਾ ਕਿ ਵੀ ਤੁਹਾਨੂੰ ਉੱਥੇ ਨਹੀਂ ਭਰਨਾ ਚਾਹੀਦਾ, ਪਰ ਜਿੱਥੇ ਤੁਸੀਂ ਫਿਜ਼ੀਕਲੀ 1 April ਤਰੀਕ ਤੇ ਹੋ ਤੁਸੀਂ ਉੱਥੇ ਦੀ ਸੈਂਸਸ ਭਰਨੀ ਆ। ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਵੀ ਨੇ ਜਾਂ ਉਹਨਾਂ ਨੇ ਵੀ, ਜੇ ਉਹਨਾਂ ਨੂੰ ਲੱਗਦਾ ਕਿ ਵੀ ਸਾਨੂੰ ਪਤਾ ਨਹੀਂ ਕਿ ਵੀ ਅਸੀਂ ਕਿੱਥੇ ਸੈਂਸਸ ਭਰੀਏ, ਜਿਹੜਾ ਤੁਸੀਂ ਲੀਗਲੀ ਆਪਦਾ ਐਡਰੈਸ ਭਰਿਆ ਹੋਇਆ ਵਾ ਕੋਈ ਵੀ ਫਾਰਮ ਤੇ, ਭਾਵੇਂ ਤੁਹਾਡਾ ਲਾਇਸੈਂਸ ਆ, ਉੱਥੇ ਤੁਹਾਨੂੰ ਸੈਂਸਸ ਭਰਨਾ ਚਾਹੀਦਾ ਵਾ। ਓਕੇ, ਤੇ ਇਹ ਤਾਂ ਜਿਹੜੀ ਸੈਂਸਸ ਆ ਇਹ ਤਾਂ ਜਿਵੇਂ ਜਿਹੜੇ ਹਾਊਸਲੈਸ ਹੋਮਲੈਸ ਪਾਪੂਲੇਸ਼ਨ ਆ ਉਹਨਾਂ ਨੂੰ ਵੀ ਗਿਣੀ ਜਾਂਦੀ ਆ, ਸੋ ਹਰ ਇੱਕ ਜੀ ਗਿਣਿਆ ਜਾਂਦਾ ਵਾ। ਤੇ ਇਹ ਜਿਹੜੀ ਚਿੱਠੀ ਆ, ਜੇ ਤੁਹਾਨੂੰ ਚਿੱਠੀ ਨਹੀਂ ਮਿਲੀ ਜਿੱਦਾਂ ਅਸੀਂ ਕਹਿ ਰਹੇ ਸੀਗੇ, ਤਾਂ ਤੁਹਾਨੂੰ ਉਹਨਾਂ ਨੇ ਫੋਨ ਵੀ ਭੇਜ ਦੇਣਾ, ਉਹ ਥੋੜੇ ਜਿਹੇ ਹਫ਼ਤਿਆਂ ਦੇ ਵਿੱਚ ਭੇਜਣਗੇ, ਪਰ ਅਸੀਂ ਸਾਡੇ ਐਫਰਟ ਇਹ ਲੱਗੇ ਹੋਏ ਨੇ ਕਿਉਂਕਿ ਜਦੋਂ ਤੱਕ ਉਹ ਫੋਰਮ ਨਹੀਂ ਭਰਿਆ ਜਾਂਦਾ ਜਾਂ ਸੈਂਸਸ ਨਹੀਂ ਭਰੀ ਜਾਂਦੀ, ਉਹਨਾਂ ਨੇ ਬਗੈਰ ਤੁਹਾਨੂੰ ਚਿੱਠੀਆਂ ਤਾਂ ਭੇਜਣੀਆਂ ਨੇ, ਪਰ ਇਵੈਂਚੁਅਲੀ ਜਿਹੜੇ ਸੈਂਸਸ ਵਰਕਰਸ ਨੇ ਜਿਹੜੀ ਫੈਡਰਲ ਗਵਰਨਮੈਂਟ ਨੇ ਉਹਨਾਂ ਨੇ ਫਿਰ ਆ ਕੇ ਥੋਤੋਂ ਭਰਾਉਣੀਆਂ ਜਦੋਂ ਤੱਕ ਇਹ ਭਰੀ ਨਹੀਂ ਜਾਂਦੀ। ਸੋ ਜਦੋਂ ਤੱਕ ਤੁਸੀਂ ਲੱਭੇ ਨਹੀਂ ਜਾਂਦੇ, ਤੁਸੀਂ ਗਿਣੇ ਨਹੀਂ ਜਾਂਦੇ, ਉਹਨਾਂ ਨੇ ਟਰਾਈ ਕਰਨੀ ਆ, ਪੁੱਛੀ ਜਾਣਾ। ਸੋ ਜਿੱਦਾਂ ਮੰਨ ਲਓ ਇੱਕ ਘਰ ਦੇ ਵਿੱਚ ਕਈ ਵਾਰੀ ਕਈ ਲੋਕ ਟਰੈਵਲਿੰਗ ਵੀ ਕਰ ਰਹੇ ਹੁੰਦੇ ਆ, ਕੋਈ ਇੱਥੇ ਆ ਕੋਈ ਉੱਥੇ ਆ, ਸੋ ਉਹਨਾਂ ਦੇ ਲਈ ਕੀ ਹਦਾਇਤਾਂ ਆ ਵੀ ਜਿਹੜਾ ਕੋਈ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ 1 April ਨੂੰ ਜੇ ਕੋਈ ਕਿਸੇ ਹੋਰ ਥਾਂ ਦੇ ਉੱਤੇ ਆ ਜਾਂ ਜਿੱਥੇ ਬੇਸਿਕਲੀ 1 April ਨੂੰ ਰਹਿ ਰਿਹਾ ਹੁੰਦਾ ਆ, ਮੇਨ ਜਿਹੜਾ ਉਹਦਾ ਫਿਜ਼ੀਕਲ ਮੇਲਿੰਗ ਐਡਰੈਸ ਹੁੰਦਾ ਆ, ਉੱਥੋਂ ਦਾ ਹੀ ਉਹਨਾਂ ਨੇ ਭਰਨਾ ਹੈ। ਹਾਂਜੀ, ਜਿੱਥੇ ਉਹ ਫਿਜ਼ੀਕਲੀ ਹੋਣਗੇ ਜਾਂ ਜਿੱਥੇ ਉਹਨਾਂ ਨੇ ਭਾਵੇਂ ਆਪਦੇ ਕੋਈ ਵੀ ਫੋਰਮ ਤੇ ਉਹ ਐਡਰੈਸ ਭਰਿਆ ਹੋਇਆ ਵਾ, ਕਿਤੇ ਵੀ ਹੋ ਸਕਦਾ, ਇਹ ਨਹੀਂ ਹੁੰਦਾ ਕਿ ਵੀ ਭਾਵੇਂ ਕਈ ਵਾਰੀ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਕੋਈ ਵੀ ਜਾਂ ਜੁਗਾੜ ਕੀਤਾ ਹੋਇਆ ਕਿ ਵੀ ਆਪਣਾ ਐਡਰੈਸ ਕਿਤੇ ਹੋਰ ਭਰਿਆ ਹੋਇਆ ਜਾਂ ਆਪਾਂ ਕੋਈ ਹੋਰ ਐਡਰੈਸ ਵਰਤ ਰਹੇ ਹਾਂ, ਜਿੱਥੇ ਤੁਸੀਂ ਭਰਿਆ ਹੋਇਆ ਉੱਥੇ ਹੀ ਭਰਿਓ, ਤੇ ਇਹ ਨਹੀਂ ਹੈਗਾ ਕਿ ਵੀ ਤੁਹਾਨੂੰ ਕੋਈ ਵੀ ਲੀਗਲ ਐਕਸ਼ਨ ਲਿਆ ਜਾਊਗਾ, ਇਹ ਨਹੀਂ ਹੈਗਾ। ਇਹਨਾਂ ਨੇ ਬਸ ਇਹਨਾਂ ਨੂੰ ਸਿਰਫ ਤੁਹਾਡੀ ਗਿਣਤੀ ਨਾਲ ਲਗਾ ਵਾ ਕਿ ਵੀ ਹਾਂਜੀ ਕਿ ਵੀ ਤੁਹਾਡੀ ਗਿਣਤੀ ਹੋਵੇ ਤੇ ਉੱਥੇ ਹੋਵੇ ਜਿੱਥੇ ਤੁਸੀਂ ਆਪਦਾ ਜਾਂ ਤਾਂ ਐਡਰੈਸ ਭਰਿਆ ਹੋਇਆ ਜਾਂ ਰਹਿੰਦੇ ਹੋ। ਹਾਂਜੀ ਜੀ ਬਿਲਕੁਲ। ਸੋ ਇਹ ਬਹੁਤ ਜਿੱਦਾਂ ਇਹ ਬਾਰ ਬਾਰ ਜਿੱਦਾਂ ਇਹ ਵੀ ਦੱਸ ਰਹੇ ਆ, ਸ਼ੁਰੂ ਤੋਂ ਸੈਂਸਸ ਵਾਲਿਆਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਆ ਵੀ ਇਹ ਬਹੁਤ ਜ਼ਰੂਰੀ ਆ। ਸੋ ਜੇ ਕਿਸੇ ਨੂੰ ਵੀ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਚਾਹੀਦੀ ਆ, ਉਹ californiasensus.org ਉਸ ਦੇ ਉੱਤੇ ਜਾਂ census.gov ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਆ US ਸੈਂਸਸ ਬਿਊਰੋ ਦੀ, ਇਹਨਾਂ ਦੇ ਉੱਤੇ ਜਾ ਕੇ ਹੋਰ ਇਨਫੋਰਮੇਸ਼ਨ ਜਿਹੜੀ ਉਹ ਭਰ ਸਕਦੇ ਆ। ਸੋ ਜ਼ਰੂਰ ਜਿਹੜਾ ਹਰਜੀਤ ਆ, ਤੂੰ ਵੀ ਇਸ ਤੁਸੀਂ ਵੀ ਇਸ ਦੇ ਵਿੱਚ ਜਿਹੜੀ ਉਹ ਜਾਣਕਾਰੀ ਹੋਰ ਇਜ਼ਾਫਾ ਕਰੋ। ਮਿਸਅੰਡਰਸਟੈਂਡਿੰਗ ਵੀ ਲੋਕਾਂ ਨੂੰ ਕਈ ਵਾਰੀ ਡਰ ਹੁੰਦਾ ਵੀ ਇਹਦੇ ਵਿੱਚ ਭਰੀ ਗਈ ਇਨਫੋਰਮੇਸ਼ਨ ਆ ਉਹਨਾਂ ਦੇ ਖਿਲਾਫ਼ ਇਮੀਗ੍ਰੇਸ਼ਨ ਦੇ ਵਿੱਚ ਵਰਤੀ ਜਾ ਸਕਦੀ ਹੈ, ਸੋ ਉਸ ਦੇ ਬਾਰੇ ਕੀ ਇਸ ਦੇ ਵਿੱਚ ਪ੍ਰੋਵੀਜ਼ਨ ਹੈਗੇ, ਕੀ ਪ੍ਰਦਾਨ ਨੇ?
ਇਹ ਸਪੈਸੀਫਿਕਲੀ ਗੱਲ ਤੇ ਮੈਂ ਦੱਸ ਸਕਦਾ ਵੀ ਜਿਹੜੀ ਤੁਹਾਡੀ ਵੀ ਕੋਈ ਵੀ ਜਾਣਕਾਰੀ ਸੈਂਸਸ ਕਲੈਕਟ ਕਰਦੀ ਆ ਉਹ ਪੂਰੀ ਗੁਪਤ ਰੱਖੀ ਜਾਂਦੀ ਹੈ। ਮਤਲਬ ਜਿਹੜਾ ਇਹ US ਸੈਂਸਸ ਬਿਊਰੋ ਫੈਡਰਲ ਗਵਰਨਮੈਂਟ ਦਾ ਇੱਕ ਡਿਪਾਰਟਮੈਂਟ ਹੈਗਾ ਆ, ਤੇ ਇਹ ਡਿਪਾਰਟਮੈਂਟ ਬਾਕੀਆਂ ਡਿਪਾਰਟਮੈਂਟ ਨਾਲ ਤੁਹਾਡੀ ਇਨਫੋਰਮੇਸ਼ਨ ਕੋਈ ਵੀ ਜਾਣਕਾਰੀ ਤੁਸੀਂ ਦਿੰਦੇ ਆ ਉਹ ਨਹੀਂ ਸ਼ੇਅਰ ਕਰ ਸਕਦੇ। ਸੋ ਭਾਵੇਂ ਉਹ ਹੋਮਲੈਂਡ ਸਿਕਿਉਰਿਟੀ ਦਾ ਡਿਪਾਰਟਮੈਂਟ ਹੋਵੇ ਜਿਨ੍ਹਾਂ ਦੇ ਥੱਲੇ ਜਿੱਦਾਂ ICE ਹੈਗੀ ਆ ਜਾਂ ਕੋਈ ਵੀ ਵੱਖਰਾ ਡਿਪਾਰਟਮੈਂਟ ਹੈਗਾ, ਉਹ ਸੈਂਸਸ ਆਪਣੀ ਡੇਟਾ ਉਹਨਾਂ ਨੂੰ ਨਹੀਂ ਦੇ ਸਕਦੇ ਆ। ਜੇ ਦੇਵੇ ਇਹ ਕਾਨੂੰਨ ਦੇ ਖਿਲਾਫ ਜਾਂਦੀ ਹੈ ਤੇ ਉਹਨਾਂ ਨੂੰ ਸਜ਼ਾ ਮਿਲੂਗੀ। ਸੋ ਇਹਦੇ ਹਿਸਾਬ ਨਾਲ ਕਹਿੰਦੇ ਵੀ 75 ਸਾਲਾਂ ਵਾਸਤੇ ਤੁਹਾਡੀ ਪੂਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਆ। ਜੀ, ਤੇ ਫਿਰ ਕੋਈ ਵੀ ਜਿੱਦਾਂ ਡਰ ਹੈਗਾ ਹੈ ਵੀ ਪਤਾ ਨਹੀਂ ਜੇ ਸ਼ਾਇਦ ਇਮੀਗ੍ਰੇਸ਼ਨ ਨੂੰ ਪਤਾ ਲੱਗ ਜਾਵੇ ਵੀ ਮੈਂ ਇੱਥੇ ਰਹਿ ਰਿਹਾ ਜਾਂ ਇਸ ਡਿਪਾਰਟਮੈਂਟ ਨੂੰ ਪਤਾ ਲੱਗ ਜਾਵੇ ਇਹ ਗੱਲ, ਇਹ ਵੈਸੇ ਸਾਨੂੰ ਕਮਿਊਨਿਟੀ ਵਿੱਚ ਸਾਨੂੰ ਡਰਾਉਣ ਵਾਸਤੇ ਕਈ ਗੱਲਾਂ ਫੈਲਾ ਦਿੱਤੀਆਂ ਜਾਂਦੀਆਂ। ਹਾਂਜੀ, ਲਾ ਦਿੱਤੀਆਂ ਜੇ ਸ਼ੁਰੂ ਹੋ ਜਾਂਦੀਆਂ, ਪਰ ਐਸੇ ਇੱਦਾਂ ਕੋਈ ਡਰਨੇ ਦੀ ਕੋਈ ਲੋੜ ਨਹੀਂ ਹੈਗੀ। ਸੋ ਬਿਲਕੁਲ, ਸੋ ਜਿਹੜੀ ਵੀ ਤੁਸੀਂ ਉਹਦੇ ਵਿੱਚ ਆਪਣੀ ਇਨਫੋਰਮੇਸ਼ਨ ਭਰਨੀ ਆ ਉਹ 100% ਗੋਪਨੀਏ ਆ, ਜਿਹੜੀ ਉਹ 100% ਜਿਹੜੀ ਆ ਤੁਹਾਡੇ ਕਿਸੇ ਹੋਰ ਡਿਪਾਰਟਮੈਂਟ ਦੇ ਨਾਲ ਇਹਨਾਂ ਨੇ ਜਿਹੜੀ ਉਹ ਸਾਂਝੀ ਨਹੀਂ ਕਰਨੀ। ਇਹਨਾਂ ਦਾ ਸੈਂਸਸ ਦਾ ਭਰਨ ਦਾ ਜਿਹੜਾ ਮੇਨ ਮਕਸਦ ਮਰਦਮਸ਼ੁਮਾਰੀ ਕਰਨ ਦਾ ਇਹੀ ਮਕਸਦ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਜਿੰਨੇ ਵੀ ਲੋਕ ਇੱਥੇ ਰਹਿ ਰਹੇ ਨੇ ਚਾਹੇ ਉਹ ਅੱਜ ਜਨਮਿਆ ਬੱਚਾ ਹੈਗਾ ਅਤੇ ਚਾਹੇ ਉਹਨਾਂ ਦੀ ਕਿੰਨੀ ਵੀ ਜ਼ਿਆਦਾ ਉਮਰ ਹੈਗੀ ਆ, ਉਹ ਸਾਰੇ ਦੇ ਸਾਰੇ ਜਾਣੇ ਗਿਣੇ ਜਾਣ, ਕਿਉਂਕਿ ਉਹਨਾਂ ਨੇ ਬਾਅਦ 'ਚ ਵੱਡੇ ਹੋਣਾ। 10 ਸਾਲਾਂ ਦਾ ਫਰਕ ਹੁੰਦਾ ਆ, ਸੋ 10 ਸਾਲਾਂ 'ਚ ਬਹੁਤ ਕੁਛ ਚੇਂਜ ਹੁੰਦਾ। ਸੋ ਉਹਨਾਂ ਨੇ ਕੋਸ਼ਿਸ਼ ਹੁੰਦੀ ਆ ਵੀ ਵੱਧ ਤੋਂ ਵੱਧ ਉਸ ਹਿਸਾਬ ਦੇ ਨਾਲ ਜਿਹੜੇ ਤੁਹਾਡੇ ਜਿੰਨੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਉਸ ਕਮਿਊਨਿਟੀ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਉਹ ਜ਼ਰੂਰ ਹੋਣ। ਸੋ ਮਨਪ੍ਰੀਤ, ਇਹ ਦੱਸੋ ਵੀ ਇਸ ਫੋਰਮ ਨੂੰ ਜਿੱਦਾਂ ਕਿਹਾ ਵੀ ਆਪਾਂ ਰਿਸਪੋਂਡ ਕਰਨਾ ਵੀ ਜਿਹੜੀ ਉਹ ਚਿੱਠੀ ਆਈ ਆ ਉਸ ਨੂੰ ਵਿੱਚ ਇੱਕ ਇਹ ਵੀ ਚੀਜ਼ ਹੈਗੀ ਆ ਵੀ ਉਹਦੇ ਵਿੱਚ ਕੋਈ ਆਈ ਥਿੰਕ 12 ਡਿਜਿਟ ਨੰਬਰ ਜਾਂ 13 ਡਿਜਿਟ ਨੰਬਰ ਕੁਛ ਇੱਦਾਂ ਦਾ ਹੈਗਾ ਆ, ਉਹ ਭਰ ਕੇ ਤੁਸੀਂ ਔਨਲਾਈਨ ਭਰ ਸਕਦੇ ਆ। ਸੋ ਉਹ ਕਿੱਦਾਂ ਰਿਸਪੋਂਡ ਉਸ ਦੇ ਵਿੱਚ ਕਰਨਾ, ਕਿਹੜੀ ਵੈਬਸਾਈਟ 'ਤੇ ਜਾ ਕੇ ਉਹ ਰਿਸਪੋਂਡ ਕਰਨਾ ਆ, ਅਤੇ ਓਵਰਆਲ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਸੈਂਸਸ ਦਾ ਫੋਰਮ ਭਰਨ ਨੂੰ? ਹਾਂਜੀ, ਉਹ ਇੱਕ ਮੇਰੇ ਖਿਆਲ 10 ਨੰਬਰ ਦਾ ਕੋਡ ਤੁਹਾਨੂੰ ਦੇਣਗੇ ਚਿੱਠੀ ਦੇ ਵਿੱਚ, ਤੇ ਜਿੱਦਾਂ ਕਿ ਪਹਿਲਾਂ ਵੀ ਆਪਾਂ ਦੱਸਿਆ ਸੀ ਤੁਸੀਂ ਭਾਵੇਂ ਉਹ ਵੈਬਸਾਈਟ ਤੇ ਜਾ ਕੇ ਹੀ ਆਪਦਾ ਐਡਰੈਸ ਹੀ ਸਰਚ ਕਰ ਲਓ ਤਾਂ ਉਹ ਤੁਸੀਂ ਉਹਦੇ ਰਾਹੀਂ ਵੀ ਭਰ ਸਕਦੇ ਹੋ। ਤੇ ਇੱਕ ਹੋਰ ਆਪਸ਼ਨ ਵੀ ਆ ਕਿ ਵੀ ਕੋਈ ਵੀ ਤੁਸੀਂ census.gov ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਉਹਨਾਂ ਨੇ ਫੋਨ ਨੰਬਰ ਕਿਹੜਾ ਲਿਖਿਆ ਹੋਇਆ ਜਿਹਦੇ ਤੇ ਤੁਸੀਂ ਫੋਨ ਤੇ ਵੀ census ਭਰ ਸਕਦੇ ਹੋ। ਪਰ ਜਿਹੜੀ ਉਹ ਚਿੱਠੀ ਭੇਜੀ ਗਈ ਆ ਉਹਦੇ ਵਿੱਚ ਨਾਲ ਹੀ ਕੋਡ ਹੋਊਗਾ ਤੇ ਨਾਲ ਹੀ ਵੈਬਸਾਈਟ ਹੋਊਗੀ, ਤੇ ਉਹ ਹੈ 2020census.gov। ਉਹਨਾਂ ਨੇ ਸਾਰਾ ਉਹੀ ਇੰਸਟਰਕਸ਼ਨ ਉਹਦੇ ਤੇ ਦਿੱਤੇ ਹੋਏ ਨੇ। ਤੇ ਇਹ census questionnaire ਸਿਰਫ 9 ਸਵਾਲ ਨੇ, 9 ਬਹੁਤ ਸੌਖੇ ਸਵਾਲ ਨੇ, ਤੇ ਤੁਹਾਨੂੰ 10 ਮਿੰਟਾਂ ਤੋਂ ਜ਼ਿਆਦਾ ਨਹੀਂ ਲੱਗਣੇ ਚਾਹੀਦੇ ਜਦੋਂ ਤੁਸੀਂ ਭਰਦੇ ਹੋ। ਜੀ ਜੀ, ਸੋ ਕਈਆਂ ਦਾ ਜਿਹੜਾ ਹੁਣ ਆਪਾਂ ਫੇਸਬੁੱਕ ਤੇ ਦੇਖ ਰਹੇ ਹਾਂ ਕਈ ਸਵਾਲ ਪੁੱਛਦੇ ਨੇ ਵੀ ਇੱਕ ਪਰਿਵਾਰ ਨੂੰ ਇੱਕ ਫਾਰਮ ਭਰਨਾ ਹੈ ਜਾਂ ਇਕੱਲੇ ਇਕੱਲੇ ਨੇ ਵੱਖੋ ਵੱਖਰਾ ਫਾਰਮ ਭਰਨਾ ਹੈ, ਕਿੱਦਾਂ ਇਸ ਦੇ ਵਿੱਚ ਹੋਣਾ ਹੈ? ਹਾਂਜੀ, ਮੈਂ ਥੋੜਾ ਇਨ ਡੀਟੇਲ ਦੱਸ ਸਕਦਾ ਫਾਰਮ ਬਾਰੇ ਤੇ ਕਿਸ ਤਰ੍ਹਾਂ ਦੇ ਕੁਐਸਚਨ ਪੁੱਛਦੇ ਆ। ਸੋ ਪਹਿਲਾਂ ਜਿਵੇਂ ਮਨਪ੍ਰੀਤ ਜੀ ਸਾਨੂੰ ਦੱਸ ਰਹੇ ਸੀ ਉਹ ਚਿੱਠੀ ਸਾਨੂੰ ਮਿਲਦੀ ਆ, ਉੱਤੇ ਪਹਿਲਾਂ ਤੁਸੀਂ ਉੱਤੇ ਲਿਖਿਆ ਹੋਣਾ ਡੀਅਰ ਰੈਜ਼ੀਡੈਂਟ ਵੇ ਤੁਹਾਡੀ ਫੋਰਮ ਹੈਗੀ ਆ, ਇੱਥੇ ਸੈਂਸਸ ਜ਼ਰੂਰੀ ਕਿਉਂ ਹੈਗਾ ਆ, ਅਤੇ ਇਹ ਪਤਾ ਕਰੋ ਵੀ ਇੱਥੇ ਰੈਜ਼ੀਡੈਂਟ ਲਿਖਿਆ, ਤੁਹਾਡੇ ਘਰ ਦਾ ਨਾਂ ਨਹੀਂ ਲਿਖਿਆ, ਤੁਹਾਡਾ ਸਪੈਸੀਫਿਕਲੀ ਨਾਂ ਨਹੀਂ ਲਿਖਿਆ ਹੋਣਾ। ਸੋ ਇਹ ਕਈ ਵਾਰ ਅਸੀਂ ਸੋਚਦੇ ਵੀ ਜੇ ਸਾਡਾ ਨਾਂ ਨਹੀਂ ਲਿਖਿਆ ਹੈਗਾ ਇਹ ਕੋਈ ਫਾਲਤੂ ਜਿਹੀ ਮੇਲ ਹੋਣੀ ਆ, ਪਰ ਜਦੋਂ ਤੁਸੀਂ ਮੋਹਰੋਂ ਤੁਸੀਂ ਚਿੱਠੀ ਦੇਖਦੇ ਹੋ ਤੇ ਯੂਨਾਈਟਿਡ ਸਟੇਟ ਸੈਂਸਸ ਬਿਊਰੋ ਲਿਖਿਆ ਆ, ਉੱਥੇ ਇਹ ਵੀ ਵੱਡੇ ਅੱਖਰਾਂ 'ਚ ਲਿਖਿਆ ਹੈ ਕਿ ਯੋਰ ਰਿਸਪੋਂਸ ਇਜ਼ ਰਿਕੁਆਇਰਡ ਬਾਈ ਲਾ। ਕਈ ਵਾਰੀ ਅਸੀਂ ਇਹ ਵੀ ਦੇਖ ਲੈਂਦੇ ਵਿੱਚ ਚਲੋ ਚਲੋ ਸ਼ਾਇਦ ਇਹ ਜ਼ਰੂਰੀ ਆ ਕਿਉਂਕਿ ਉੱਥੇ ਲਿਖਿਆ ਵੀ ਬਾਈ ਲਾ ਇਹ ਰਿਕੁਆਇਰਡ ਹੈਗਾ। ਫਿਰ ਉੱਥੇ ਜੋ ਇੱਕ ਡੱਬੇ ਦੇ ਵਿੱਚ ਕਾਫੀ ਉਹਨਾਂ ਨੇ ਕਲੀਅਰ ਦਿਖਾਇਆ ਆ ਵੀ ਵੈਬਸਾਈਟ ਦਾ ਨਾਂ ਕੀ ਹੈਗਾ ਆ, ਉੱਥੇ ਲਿਖਿਆ ਰਿਸਪੋਂਡ ਨਾਓ ਐਟ my2020census.gov। ਤੇ ਉਹ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਵੈਬਸਾਈਟ 'ਤੇ ਜਾਣਾ ਆ ਅਤੇ 12 ਡਿਜਿਟ ਦਾ ਕੋਡ ਕੀ ਹੈਗਾ ਆ, ਕੋਡ 'ਚ ਨੰਬਰ ਵੀ ਹੈਗੇ ਆ ਅੱਖਰ ਵੀ ਹੈਗੇ ਆ ਸਾਰੇ ਮਿਕਸ ਹੋਏ ਆ। ਸੋ ਪਹਿਲਾਂ ਤਾਂ ਜੇ ਤੁਸੀਂ ਵੈਬਸਾਈਟ 'ਤੇ ਜਾਣਾ ਆ ਇੱਕ ਤਾਂ ਤੁਸੀਂ ਆਪਣੇ ਜੇ ਕੰਪਿਊਟਰ ਘਰ ਹੈਗਾ ਆ ਲੈਪਟਾਪ ਹੋਵੇ ਡੈਸਕਟਾਪ ਹੋਵੇ ਤੁਸੀਂ ਉੱਥੇ ਜਾ ਕੇ ਵੈਬਸਾਈਟ ਭਰ ਸਕਦੇ ਆ,
my2020census.gov ਜਾਂ ਤਾਂ ਤੁਸੀਂ ਐਕਚੁਅਲੀ ਆਪਣੇ ਫੋਨ ਤੇ ਵੀ ਭਰ ਸਕਦੇ ਆ ਜੀ। ਫੋਨ ਤੇ ਵੀ ਉਹ ਤੁਸੀਂ ਆਪਣਾ ਕੋਈ ਵੀ ਬਰਾਊਜ਼ਰ ਖੋਲੋ, ਉਹੀ ਸੇਮ ਵੈਬਸਾਈਟ ਤੁਸੀਂ ਫੋਨ ਤੇ ਜਾ ਕੇ ਭਰ ਸਕਦੇ ਆ। ਫਿਰ ਜਦੋਂ ਤੁਸੀਂ ਵੈਬਸਾਈਟ ਤੇ ਜਾਂਦੇ ਆ, ਉੱਤੇ ਥੋੜੀ ਬਹੁਤੀ ਵੈਲਕਮ ਪੇਜ ਹੈਗਾ ਆ, ਤੇ ਉੱਤੇ ਲਿਖਿਆ ਹੁੰਦਾ ਤੁਸੀਂ ਸਟਾਰਟ ਕਰੋ ਵੇ ਆਪਣਾ ਕੁਐਸਚਨਨੇਅਰ ਸ਼ੁਰੂ ਕਰਨਾ ਆ। ਜਦੋਂ ਸਟਾਰਟ ਕਰਦੇ ਆ ਉੱਤੇ ਪਹਿਲੀ ਲਿਖਿਆ ਹੁੰਦਾ ਵੇ ਜਿਹੜੀ ਤੁਹਾਡੀ ਆਈ ਡੀ ਹੈਗੀ ਆ ਉਹ ਪਹਿਲਾਂ ਤੁਸੀਂ ਭਰੋ, ਫਿਰ ਉਹੀ ਤੁਸੀਂ ਵਾਪਸ ਫੋਰਮ ਤੇ ਜਾ ਕੇ ਉਹ ਆਈ ਡੀ ਭਰ ਸਕਦੇ ਆ। ਪਰ ਜਿਵੇਂ ਮਨਪ੍ਰੀਤ ਤੇ ਸਾਨੂੰ ਦੱਸ ਰਹੇ ਸੀ, ਜੇ ਤੁਹਾਨੂੰ ਸ਼ਾਇਦ ਤੁਹਾਡੀ ਆਈ ਡੀ ਨਹੀਂ ਲੱਭ ਰਹੀ ਜਾਂ ਤੁਹਾਨੂੰ ਨਹੀਂ ਮਿਲੀ, ਉੱਤੇ ਥੱਲੇ ਇਹ ਵੀ ਆਪਸ਼ਨ ਹੈਗੀ ਆ ਵੇ ਇਫ ਯੂ ਡੂ ਨਾਟ ਹੈਵ ਅ ਸੈਂਸਿਸ ਆਈ ਡੀ ਕਲਿੱਕ ਹੇਅਰ। ਸੋ ਜੇ ਤੁਹਾਨੂੰ ਆਈ ਡੀ ਨਹੀਂ ਲੱਭ ਰਹੀ ਤੁਸੀਂ ਉੱਥੇ ਵੀ ਕਲਿੱਕ ਕਰਕੇ ਆਪਣਾ ਐਡਰੈਸ ਭਰ ਸਕਦੇ ਆ। ਪਰ ਬੈਸਟ ਤਾਂ ਇਹੀ ਆ ਤੁਸੀਂ ਆਪਣੀ ਆਈ ਡੀ ਲੱਭ ਕੇ ਉਹ ਭਰੋ ਤੇ ਫਿਰ ਉਹ। ਸੋ ਇੱਥੇ ਹਰਜੀਤ ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਦੇਅਰ ਆਰ ਦੋ ਚੀਜ਼ਾਂ ਮੈਨੂੰ ਇਸ ਟਾਈਮ ਇੱਥੇ ਦੇਖ ਰਹੀਆਂ, ਇੱਕ ਸੈਂਸਸ ਆਈ ਡੀ ਇੱਕ ਯੂਜ਼ਰ ਆਈ ਡੀ। ਤੁਸੀਂ ਹੁਣ ਸੈਂਸਸ ਆਈ ਡੀ ਦੀ ਗੱਲ ਕਰ ਰਹੇ ਹੋ? ਸੈਂਸਸ ਆਈ ਡੀ, ਹਾਂਜੀ। ਸੋ ਇਹਨਾਂ ਦੋਨਾਂ ਦੇ ਵਿੱਚ ਵੀ ਫਰਕ ਹੈਗਾ ਆ? ਕੋਈ ਯੂਜ਼ਰ ਆਈ ਡੀ ਨਹੀਂ ਹੈਗੀ, ਸੈਂਸਸ ਆਈ ਡੀ ਸਿਰਫ ਹੈਗੀ ਆ। ਓਕੇ, ਸੋ ਮੈਂ ਇੱਕ ਥਾਂ ਦੇ ਉੱਤੇ ਜਿਹੜਾ respond.census.gov ਦੇ ਉੱਤੇ ਦੇਖ ਰਿਹਾ, ਉਹ ਕਹਿੰਦੇ ਵੀ ਆਪਣੀ ਯੂਜ਼ਰ ਆਈ ਡੀ ਭਰ ਕੇ, ਉਹ 10 ਡਿਜਿਟ ਦੀ ਆ, ਜਿਹੜੀ ਸੈਂਸਸ ਆਈ ਡੀ ਆ ਉਹ 12 ਡਿਜਿਟ ਦੀ ਆ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਕਨਫਿਊਜ਼ਨ ਆ, ਸੋ ਆਪਾਂ ਜਿਹੜੀ ਸੈਂਸਸ ਆਈ ਡੀ ਉਸੇ ਨੂੰ ਹੀ ਦੇਖਣਾ ਹੈ, ਰਾਈਟ? ਹਾਂਜੀ। ਓਕੇ, ਠੀਕ ਹੈ ਜੀ। ਯੈਪ, ਸੋ ਹਾਂਜੀ, ਇਹ ਸੈਂਸਸ ਆਈ ਡੀ ਭਰ ਕੇ ਉਹ ਤੁਹਾਨੂੰ ਕਨਫਰਮੇਸ਼ਨ ਪੁੱਛਦੇ ਆ ਵੀ ਤੁਹਾਡਾ ਆਹੀ ਐਡਰੈਸ ਹੈਗਾ ਆ, ਕੀ ਇਹ ਸਹੀ ਆ, ਤੇ ਤੁਸੀਂ ਉਹ ਤੇ ਯੈਸ ਕਲਿੱਕ ਕਰਨਾ। ਫਿਰ ਪਹਿਲਾਂ ਤਾਂ ਉਹ ਜਿਹੜੇ ਵੀ ਤੁਸੀਂ ਫੋਰਮ ਫਿਲ ਕਰਦੇ ਆ, ਭਾਵੇਂ ਹੈਡ ਆਫ ਹਾਊਸ ਹੋਲਡ ਹੋਵੇ, ਕੋਈ ਵੀ ਹੈਗਾ ਆ, ਤੁਸੀਂ ਆਪਣਾ ਪਹਿਲਾਂ ਨਾਂ ਭਰਨਾ ਆ, ਤੇ ਬਾਕੀ ਸਾਰੇ ਕੁਐਸਚਨਸ ਉਹ ਬੇਸਿਕਲੀ ਉਹੀ ਪਰਸਨ ਨੇ ਫਿਲ ਆਊਟ ਕਰਨੇ ਆ। ਤੁਸੀਂ ਪੂਰੀ ਫੈਮਿਲੀ, ਭਾਵੇਂ ਤੁਹਾਡੇ 5 ਜਣੇ 6 ਜਣੇ ਫੈਮਿਲੀ ਵਿੱਚ ਹੈਗੇ, 10 ਜਣੇ, ਸਾਰਿਆਂ ਨੇ ਉਹ ਇੱਕੋ ਆਈ ਡੀ ਵਰਤਣੀ ਆ। ਸੋ ਜੇ ਇੱਕ ਘਰ ਵਿੱਚ ਤੁਸੀਂ ਰਹਿ ਰਹੇ ਆ, ਤੁਹਾਡੇ ਲਈ ਉਹ ਇੱਕੋ ਹੀ ਫੋਰਮ ਆ, ਤੇ ਉਹ ਇੱਕੋ ਆਈ ਡੀ ਭਰਨੀ ਆ, ਤੇ ਇੱਕੋ ਹੀ ਵਾਰੀ ਕੰਪਿਊਟਰ ਤੇ ਤੁਹਾਡਾ ਸਾਰਾ ਕੰਪਲੀਟ ਹੋਣਾ ਆ। ਫਿਰ ਤੁਸੀਂ ਕਿਉਂਕਿ ਉਹਨੂੰ ਦੱਸਣਾ ਆ ਵੀ ਤੁਹਾਡੇ ਘਰ ਵਿੱਚ ਕਿੰਨੇ ਲੋਕ ਰਹਿ ਰਹੇ ਆ, ਤੇ ਸਾਰਿਆਂ ਦੇ ਨਾਂ ਵੀ ਭਰਨੇ ਆ। ਸੋ ਉਹ ਸਾਰਿਆਂ ਦੇ ਨਾਂ ਭਰ ਕੇ ਫਿਰ ਤੁਸੀਂ ਜਿਹੜਾ ਮੇਨ ਹੈਡ ਆਫ ਹਾਊਸ ਹੋਲਡ ਆ ਉਹਨਾਂ ਦਾ ਭਰ ਕੇ ਤੁਸੀਂ ਇੰਡੀਵਿਜੁਅਲੀ ਹਰ ਵਿਅਕਤੀ ਤੇ ਜਾ ਕੇ ਉਹਨਾਂ ਦੇ ਨਾਂ ਤੇ ਕਲਿੱਕ ਕਰਨੇ, ਸੇਮ ਕੁਐਸਚਨ ਉਹਨਾਂ ਵਾਸਤੇ ਵੀ ਐਂਸਰ ਕਰਨੇ ਹਨ। ਠੀਕ ਹੈ ਜੀ ਜੀ। ਸੋ ਇੱਕ ਇਸ ਦੇ ਵਿੱਚ ਹੁੰਦਾ ਆ, ਸਾਰੇ ਆਪਾਂ ਕਾਲਜ ਲਾਈਫ 'ਚ ਲੰਘੇ ਹਾਂ, ਬਹੁਤ ਸਾਰੇ ਜਿਹੜੇ ਕਾਲਜ ਟਾਊਨ ਹੁੰਦੇ ਨੇ ਉਹਨਾਂ ਵਿੱਚ ਕਈ ਵਾਰੀ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਪੰਜ ਜਾਣੇ ਵੱਖੋ ਵੱਖਰੇ ਰਹਿ ਰਹੇ ਹੁੰਦੇ, ਰੂਮ ਜਿਹੜੇ ਆ ਉਹਨਾਂ ਨੇ ਰੈਂਟ ਆਊਟ ਕੀਤੇ ਹੁੰਦੇ ਆ, ਇਹੋ ਜਿਹੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ? ਜਿਹੜਾ ਕਿ ਉਹਨਾਂ ਦਾ ਮੇਨ ਘਰ ਹੈਗਾ ਆ ਉੱਥੇ ਭਰਨਾ ਚਾਹੀਦਾ ਹੈ, ਜਾਂ ਜਿੱਥੇ ਜਿੱਦਾਂ ਕਾਲਜ ਟਾਊਨਸ ਦੇ ਵਿੱਚ ਉੱਥੇ ਰੈਂਟ ਦੇ ਉੱਤੇ ਰਹਿ ਰਹੇ ਇੱਕ ਘਰ ਦੇ ਵਿੱਚ ਮਲਟੀਪਲ ਲੋਕ ਸ਼ੇਅਰ ਕਰ ਰਹੇ ਆ, ਉਹੋ ਜਿਹੇ ਕੇਸ ਦੇ ਵਿੱਚ ਕੀ ਕਰਨ ਲੋਕ? ਸੋ ਹੁਣ ਕਿਉਂਕਿ ਕਰੋਨਾ ਵਾਇਰਸ ਕਰਕੇ ਕਾਫੀ ਬੱਚੇ ਜਿਹੜੇ ਬਾਹਰ ਪੜ੍ਹਨ ਗਏ ਹੋਏ ਸੀਗੇ ਉਹਨਾਂ ਨੂੰ ਵੀ ਘਰ ਭੇਜਿਆ ਗਿਆ ਵਾ, ਪਰ ਜਿਹੜੇ ਸੈਂਸਸ ਅਫੀਸ਼ਲਸ ਨੇ ਉਹ ਕਹਿ ਰਹੇ ਨੇ ਕਿ ਵੀ ਜਿੱਥੇ ਤੁਸੀਂ ਅਪ੍ਰੈਲ 1 ਤਰੀਕ ਤੇ ਹੋਣਾ ਸੀਗਾ ਤੁਸੀਂ ਉੱਥੇ ਦੀ ਸੈਂਸਸ ਭਰੋ। ਸੋ ਭਾਵੇਂ ਕਈ ਵਾਰੀ ਹੁੰਦਾ ਕਿ ਵੀ ਸ਼ਾਇਦ ਤੁਹਾਡੇ ਪਰਿਵਾਰਕ ਮੈਂਬਰ ਤੁਹਾਨੂੰ ਆਪਦੇ, ਆਪਾਂ ਉਹੀ ਅਸੰਪਸ਼ਨ ਕਰ ਦਿੰਦੇ ਹਾਂ ਕਿ ਵੀ ਬੱਚਾ ਆਪਣਾ ਵਾ ਤੇ ਇੱਥੇ ਹੀ ਘਰ ਦੇ ਵਿੱਚ ਸੈਂਸਸ ਭਰਨੀ ਆ, ਪਰ ਉਹ ਬੱਚੇ ਨੇ ਐਕਚੁਅਲੀ ਆਪਦੀ ਸੈਂਸਸ ਉੱਥੇ ਸਕੂਲ ਭਰਨੀ ਆ ਕਿ ਵੀ ਮੇਰਾ ਐਡਰੈਸ ਇੱਥੇ ਸਕੂਲ ਦਾ ਵਾ। ਸੋ ਜਿਹੜੇ ਸੈਂਸਸ ਅਫੀਸ਼ਲਸ ਨੇ ਉਹਨਾਂ ਨੇ ਇਹ ਐਡਵਾਈਸ ਦਿੱਤੀ ਆ, ਪਰ ਜੇ ਤੁਹਾਡਾ ਬੱਚਾ ਘਰੇ ਹੀ ਰਹਿੰਦਾ ਵਾ ਇੱਥੇ ਪੜ੍ਹ ਰਿਹਾ ਵਾ ਉੱਥੇ ਪੜ੍ਹਨੀ ਆ, ਪਰ ਜੇ ਤੁਸੀਂ ਬੇਸ਼ੱਕ ਸਟੂਡੈਂਟ ਹੋ ਤੇ ਤੁਸੀਂ ਕਿਸੇ ਦੇ ਨਾਲ ਰਹਿ ਰਹੇ ਹੋ, ਤੁਹਾਡਾ ਫਿਜ਼ੀਕਲ ਪ੍ਰੈਜੈਂਸ ਫਿਜ਼ੀਕਲ ਐਡਰੈਸ ਅਪ੍ਰੈਲ 1 ਤੇ ਜਿਹੜਾ ਹੈਗਾ ਵਾ ਜਾਂ ਹੋਣਾ ਸੀਗਾ ਉੱਥੇ ਹੀ ਭਰਨੀ ਆ। ਓਕੇ, ਚਲੋ ਇਹ ਬਹੁਤ ਜਿਹੜਾ ਇੰਪੋਰਟੈਂਟ ਸਵਾਲ ਆ, ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਜਿਹੜਾ ਖਾਸ ਕਰਕੇ ਸਟੂਡੈਂਟਸ ਆ ਉਹ ਸ਼ੇਅਰ ਕਰਦੇ ਆ, ਸੋ ਉਹਨਾਂ ਨੂੰ ਆਪਸ 'ਚ ਤਾਲਮੇਲ ਵੀ ਬਣਾਉਣਾ ਪੈਣਾ ਆ ਵੀ ਜੇ 5 ਜਣੇ ਰਹਿ ਰਹੇ ਆ ਵੀ 5 'ਚੋਂ 1 ਜਣਾ ਹੀ ਉਸ ਘਰ ਦਾ ਜਿਹੜਾ ਉਹ ਭਰੇ, ਬੇਸਿਕਲੀ ਇੱਦਾਂ ਇਸ ਤਰੀਕੇ ਦੇ ਨਾਲ ਵੀ ਵੇਖਣਾ ਪਊਗਾ, ਕਿਤੇ ਇਹ ਨਾ ਹੋਣ ਵੀ ਸਾਰੇ ਜਣੇ ਵੱਖੋ ਵੱਖਰਾ ਭਰ ਦੇਣ। ਇੱਦਾਂ ਕਰਨਾ ਚਾਹੀਦਾ ਆ ਜਾਂ ਉਹ ਸਾਰੇ ਜਣੇ ਇੱਕ ਫੋਰਮ ਭਰ ਕੇ ਸਾਰੇ ਜਣੇ ਕਰਨੀ, ਜਾਂ ਸਾਰੇ ਜਣੇ ਜੇ 5-1 ਘਰ ਦੇ ਵਿੱਚ ਰਹਿ ਰਹੇ ਆ 5 ਵੱਖੋ ਵੱਖਰਾ ਭਰਨ, ਕਿੱਦਾਂ ਕਰਨਾ ਚਾਹੀਦਾ ਆ? ਮੇਰੇ ਖਿਆਲ ਦੇ ਵਿੱਚ ਜਿਹੜੇ 5
ਜਿਵੇਂ ਫੋਰ ਐਗਜ਼ਾਮਪਲ 5 ਸਟੂਡੈਂਟ ਇੱਕ ਘਰ ਦੇ ਵਿੱਚ ਇਕੱਠੇ ਰਹਿੰਦੇ, ਉਹਨਾਂ ਨੂੰ ਸਿਰਫ ਇੱਕ ਫੋਰਮ ਹੀ ਚਾਹੀਦਾ ਉਸ ਚਾਹੀਦਾ ਘਰ ਦੇ ਲਈ। ਓਕੇ ਹਾਂਜੀ ਓਕੇ ਸੋ ਕਈਆਂ ਦਾ ਸਾਡੇ ਆਪਣੇ ਫੇਸਬੁੱਕ ਦੇ ਉੱਤੇ ਸਵਾਲ ਆ ਰਿਹਾ ਵੀ ਅਸੀਂ ਆਲਰੇਡੀ ਫਾਰਮ ਭਰ ਦਿੱਤਾ ਆ, ਫਿਲ ਆਊਟ ਕਰ ਦਿੱਤਾ, ਪਰ ਸਾਨੂੰ ਅਜੇ ਵੀ ਜਿਹੜੀਆਂ ਚਿੱਠੀਆਂ ਆ ਉਹ ਬਾਰ ਬਾਰ ਆ ਰਹੀਆਂ, ਸੋ ਉਹਨਾਂ ਨੂੰ ਇਗਨੋਰ ਕਰਨ, ਕਿਤੇ ਦੁਬਾਰਾ ਤਾਂ ਨਹੀਂ ਭਰਿਆ ਤਾਂ ਨਹੀਂ ਜਾ ਸਕਦਾ ਵੀ ਕੋਈ ਸੈਂਸਸ ਆਈਡੀ ਦੇ ਨਾਲ ਵੀ ਭਰ ਦੇਵੇ ਅਤੇ ਕੋਈ ਐਡਰੈਸ ਦੇ ਨਾਲ ਵੀ ਬਾਅਦ 'ਚ ਭਰ ਦੇਵੇ। ਜਾਂ ਉਹਨਾਂ ਨੂੰ ਫੋਰਮ ਸ਼ਾਇਦ ਤਾਂ ਆ ਰਹੀ ਆ ਕਿਉਂਕਿ ਐਟ ਦ ਟਾਈਮ ਉਹਨਾਂ ਨੇ ਭਰਿਆ ਹੋਵੇ ਆਨਲਾਈਨ, ਸੈਂਸਸ ਬਿਊਰੋ ਨੇ ਆਲਰੇਡੀ ਫੋਰਮ ਉਹਨਾਂ ਨੂੰ ਭੇਜ ਦਿੱਤੀ ਹੋਵੇ। ਸੋ ਉਹ ਪਹਿਲੀ ਕਈ ਵਾਰ ਉਹ ਆਲਰੇਡੀ ਇਨ ਪ੍ਰੋਸੈਸ ਹੁੰਦੀਆਂ ਫੋਰਮਸ ਤੇ ਚਿੱਠੀਆਂ ਉਹ ਪਹਿਲੀ ਭੇਜ ਦਿੰਦੇ ਆ ਤੇ ਸਾਨੂੰ ਫਿਰ ਪਹੁੰਚ ਜਾਂਦੀਆਂ। ਜੇ ਆਲਰੇਡੀ ਭਰਤਾ ਕੋਈ ਲੋੜ ਨਹੀਂ ਹੈਗੀ, ਤੁਸੀਂ ਫੋਰਮ ਇਗਨੋਰ ਕਰੋ। ਤੁਸੀਂ ਭਾਵੇਂ ਟਰਾਈ ਵੀ ਕਰ ਸਕਦੇ ਜੇ ਤੁਸੀਂ ਆਲਰੇਡੀ ਆਈ ਡੀ ਭਰ ਕੇ ਫੋਰਮ ਭੇਜ ਦਿੱਤੀ, ਤੁਸੀਂ ਦੁਬਾਰਾ ਆਈ ਡੀ ਭਰ ਕੇ ਦੇਖੋ, ਉਹ ਤੁਹਾਨੂੰ ਕਰ ਨਹੀਂ ਦਿੰਦਾ, ਅਲਾਓ ਨਹੀਂ ਕਰਦਾ ਹੁੰਦਾ ਵੀ ਜਾਂ ਉਹ ਆਲਰੇਡੀ ਯੂਜ਼ ਹੋ ਚੁੱਕੀ ਹੈ। ਓਕੇ ਠੀਕ ਹੈ ਚਲੋ। ਸੋ ਇਹ ਚੀਜ਼, ਸੋ ਬੇਸਿਕਲੀ ਜਦੋਂ ਆਈ ਡੀ ਦੇ ਵਿੱਚ ਬਾਅਦ 'ਚ ਆਪਾਂ ਐਡਰੈਸ ਵੀ ਆਈ ਥਿੰਕ ਉਹਦੇ ਨਾਲ ਕਨੈਕਟਡ ਹੁੰਦਾ, ਸੋ ਜੇ ਦੁਬਾਰਾ ਵੀ ਉਸ ਐਡਰੈਸ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕਰੂੰਗੇ ਸ਼ਾਇਦ ਉਸ ਤਰੀਕੇ ਦੇ ਨਾਲ ਉਹ ਆਖ ਵੀ ਦੇਣ। ਸੋ ਆਈ ਥਿੰਕ ਬਹੁਤ ਸਾਰੇ ਜਿਹੜੇ ਟੈਸਟ ਕੇਸ ਸਿਨੈਰੀਓ ਆ, ਕਿਉਂਕਿ ਆਨਲਾਈਨ ਭਰਨਾ ਆ ਬੜਾ ਕੁਛ ਕਰਨਾ ਆ, ਸੋ ਬਹੁਤ ਸਾਰਾ ਦੀਆਂ ਮੁਸ਼ਕਲਾਂ ਦੇ ਨਾਲ ਜਿਹੜੇ ਉਹਦੇ ਸਲਿਊਸ਼ਨ ਵੀ ਉਹਨਾਂ ਨੂੰ ਜਿਹੜੇ ਉਹ ਲੱਭਣੇ ਪੈਂਦੇ ਨੇ। ਸੋ ਇੱਕ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਇਸ ਟਾਈਮ ਮਨਪ੍ਰੀਤ ਅਤੇ ਹਰਜੀਤ ਆਪਾਂ ਨੂੰ ਜਿਹੜਾ ਦੇਖਣ ਨੂੰ ਮਿਲ ਰਿਹਾ, ਕਿਉਂਕਿ ਇਹ ਵੀ ਆਪਣੀ ਜਿਹੜੀ ਰੇਸ ਨੂੰ ਲੈ ਕੇ ਆ ਅਤੇ ਰਿਲੀਜਨ ਨੂੰ ਜਿਹੜਾ ਉਹ ਲੈ ਕੇ ਆ, ਕੀ ਭਰਨਾ ਆ, ਕਿਹੜਾ ਕੋਲਮ ਨੰਬਰ ਆ, ਕਿੱਥੇ ਕੀ ਜਿਹੜਾ ਟਿਕ ਕਰਕੇ ਕੀ ਭਰਿਆ ਜਾ ਸਕਦਾ ਆ, ਸੋ ਉਸ ਦੇ ਉੱਤੇ ਜਿਹੜਾ ਪਲੀਜ਼ ਜਿਹੜਾ ਵਿਸਥਾਰ ਦੇ ਨਾਲ ਪੂਰੀ ਖੁੱਲ੍ਹ ਕੇ ਜਿਹੜੀ ਜਾਣਕਾਰੀ ਦਿਓ। ਜੇ ਅਸੀਂ ਆਪਦਾ ਤਜਰਬਾ ਦਿੰਦੇ ਹਾਂ ਤਾਂ ਸਾਡਾ ਜਿਹੜਾ ਸੈਂਸਸ ਵੱਲ ਧਿਆਨ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਉਹ ਇਸ ਕਰਕੇ ਸੀਗਾ ਕਿਉਂਕਿ ਜਿਹੜੇ ਪਰਿਵਾਰ ਵੀ ਸੀਗੇ, ਮਾਪੇ ਸੀਗੇ, ਉਹ ਸਾਂਝੇ ਨਾਲ ਸਾਂਝਾ ਕਰਦੇ ਸੀਗੇ ਵੀ ਭਾਵੇਂ ਉਹ ਆਪਦੇ ਬੱਚਿਆਂ ਦੇ ਸਕੂਲ ਜਾਂਦੇ ਸੀਗੇ ਜਾਂ ਉਹ ਡਾਕਟਰ ਦੇ ਆਫਿਸ ਜਾਂਦੇ ਸੀ ਜਾਂ ਕੋਈ ਵੀ ਗਵਰਨਮੈਂਟ ਬਿਲਡਿੰਗ 'ਚ ਜਾਂਦੇ ਸੀਗੇ, ਉਹਨਾਂ ਨੂੰ ਨਾ ਤਾਂ ਟ੍ਰਾਂਸਲੇਟਰ ਮਿਲਦੇ ਸੀ, ਨਾ ਇੰਟਰਪ੍ਰੀਟਰਸ ਮਿਲਦੇ ਸੀ, ਨਾ ਉਹਨਾਂ ਨੂੰ ਕੋਈ ਕਰੈਕਟ ਫੋਰਮ ਮਿਲਦਾ ਸੀ ਜਿਹੜਾ ਉਹਨਾਂ ਨੂੰ ਸਮਝ ਆਵੇ ਜਾਂ ਕੋਈ ਵੀ ਇੰਪਲੋਇਮੈਂਟ ਰਾਈਟ ਸੀਗਾ। ਸੋ ਸਾਡੀ ਇਹ ਜਿਹੜੀ ਲੜਾਈ ਸੀਗੀ ਸੈਂਸਸ ਦੀ, ਇਹ ਲੈਂਗੁਏਜ ਐਕਸੈਸ ਰਾਹੀਂ ਸ਼ੁਰੂ ਹੋਈ ਸੀਗੀ ਕਿ ਵੀ ਕਿਵੇਂ ਅਸੀਂ ਪੰਜਾਬੀ ਨੂੰ ਵੀ ਉਸ ਲੈਵਲ ਤੇ ਲੈ ਕੇ ਜਾ ਸਕੀਏ ਕਿ ਵੀ ਆਪਾਂ ਨੂੰ ਪਤਾ ਕਿ ਵੀ ਆਪਣੀ ਆਪਣਾ ਭਾਈਚਾਰਾ ਕਿੰਨਾ ਵੱਡਾ ਇੱਥੇ, ਕਿੰਨੀ ਆਪਣੀ ਆਬਾਦੀ ਆ ਇੱਥੇ। ਸੋ ਕਿਹੜੇ ਉਹ ਫਸੂਲਤਾਂ ਨੇ ਜਿਹੜੀਆਂ ਮਿਸਿੰਗ ਨੇ, ਅਸੀਂ ਕਿਵੇਂ ਉਹਨਾਂ ਨੂੰ ਪੂਰਾ ਕਰ ਸਕੀਏ। ਸੋ ਸਾਨੂੰ ਜਦੋਂ ਇਹ ਅਸੀਂ ਜਦੋਂ ਇਹ ਸੋਲਵ ਕਰਨ ਗਏ ਤਾਂ ਸੈਂਸਸ ਡੇਟਾ ਪਹਿਲਾਂ ਆਇਆ ਸੀ ਕਿ ਵੀ ਜੇ ਤੁਸੀਂ ਸੈਂਸਸ ਦੇ ਵਿੱਚ ਨਹੀਂ ਗਿਣੇ ਜਾਂਦੇ ਤਾਂ ਬਹੁਤ ਔਖਾ ਹੋ ਜਾਂਦਾ ਕਿ ਵੀ ਤੁਹਾਡੀ ਜਿਹੜੀ ਗਿਣਤੀ ਆ ਉਹ ਪਤਾ ਲੱਗੇ। ਸੋ ਇਹਦੇ ਰਾਹੀਂ ਫਿਰ ਅਸੀਂ ਪਹਿਲਾਂ ਉਹ ਐਫਰਟ ਸ਼ੁਰੂ ਕੀਤੇ ਸੀ ਕਿ ਵੀ ਜੇ ਆਪਾਂ ਗਿਣਿਆ ਜਾਣਾ ਵਾ ਤਾਂ ਆਪਾਂ ਕਿਵੇਂ ਗਿਣੀਏ ਜਾਈਏ। ਸੋ ਪਹਿਲਾਂ ਅਸੀਂ ਇਹੀ ਸ਼ੁਰੂ ਕੀਤਾ ਸੀਗਾ ਕਿ ਵੀ ਆਪਾਂ ਏਸ਼ੀਅਨ ਇੰਡੀਅਨ ਜਾਂ ਅਦਰ ਏਸ਼ੀਅਨ ਦੇ ਵਿੱਚ ਕੈਟਾਗਰਾਈਜ਼ ਨਾ ਹੋਈਏ ਕਿ ਵੀ ਆਪਣੀ ਕੋਈ ਵੱਖਰੀ ਕੈਟਾਗਰੀ ਹੋਵੇ ਜਿਹਦੇ ਰਾਹੀਂ ਸੈਂਸਸ ਬਿਊਰੋ ਨੂੰ ਵੀ ਪਤਾ ਲੱਗੇ ਤੇ ਆਪਾਂ ਨੂੰ ਵੀ ਪਤਾ ਲੱਗੇ ਕਿ ਵੀ ਆਪਣੀ ਕਿੰਨੀ ਆਬਾਦੀ ਆ, ਕਿੰਨੇ ਨੰਬਰਸ ਨੇ। ਸੋ ਇੱਥੋਂ ਫਿਰ ਅਸੀਂ ਉਹੀ ਪਹਿਲਾ ਸਟੈਪ ਕੀਤਾ ਸੀ ਕਿ ਵੀ ਆਪਾਂ ਉਸ ਕੈਟਾਗਰੀਜ਼ ਦੇ ਵਿੱਚ ਨਾ ਆਈਏ। ਸੋ ਅਸੀਂ ਫਿਰ ਇੱਕ ਆਪਸ਼ਨ ਮੂਹਰੇ ਪੇਸ਼ ਕੀਤਾ ਕਿ ਵੀ ਆਪਾਂ ਪੰਜਾਬੀ ਵੀ ਭਰ ਸਕਦੇ ਹਾਂ। ਇਹ ਨਾਲੇ ਤਾਂ ਕਈ ਵਾਰੀ ਲੋਕ ਜਿਵੇਂ ਆਪਣੀ ਕਮਿਊਨਿਟੀ ਦੇ ਵਿੱਚ ਵੀ ਆਈਡੈਂਟੀਫਾਈ ਮੋਰ ਵਿਦ ਪੰਜਾਬੀ, ਹਨਾ। ਸੋ ਭਾਵੇਂ ਜਦੋਂ ਆਪਾਂ ਸੈਲਫ ਕੈਟਰਾਈਜ਼ ਕਰਦੇ ਹਾਂ, ਕਿਉਂਕਿ ਇਹ ਆਪਣੀ ਹੀ ਨਹੀਂ ਪ੍ਰੋਬਲਮ ਹੈਗੀ, ਇਹ ਬਾਕੀ ਬਹੁਤ ਕਮਿਊਨਿਟੀਜ਼ ਵੀ ਇਸ਼ੂ ਆ। ਜਿਵੇਂ ਤੁਸੀਂ ਲਾ ਲਓ ਟਾਈਵਾਨੀਜ਼ ਜਿਹੜੀ ਕਮਿਊਨਿਟੀ ਹੈ, ਟਾਈਵਾਨ ਦੇ ਜਿਹੜੇ ਲੋਕ ਨੇ, ਇਰਾਨੀਅਨ ਨੇ, ਉਹਨਾਂ ਨੇ ਵੀ ਐਫਰਟ ਸ਼ੁਰੂ ਕੀਤੇ ਨੇ ਕਿ ਵੀ ਉਹ ਵੀ ਅੱਡ ਲਿਖਣ ਕਿ ਵੀ ਅਸੀਂ ਇਸ ਦੇਸ਼ ਦੇ ਵਿੱਚ ਨਹੀਂ ਹੈਗੇ ਜਾਂ ਇਸ ਕੈਟਾਗਰੀ ਦੇ ਥੱਲੇ ਨਹੀਂ ਆਉਂਦੇ, ਸਾਡੀ ਇੱਕ ਹੋਰ ਕੈਟਾਗਰੀ ਹੈ ਜਿਹਦੇ ਨਾਲ ਅਸੀਂ ਪਹਿਚਾਣੇ ਜਾਂਦੇ ਹਾਂ, ਅਸੀਂ ਆਪਦੇ ਆਪ ਨੂੰ ਪਹਿਚਾਣਦੇ ਹਾਂ। ਸੋ ਉਹਦੇ ਨਾਲ ਫਿਰ ਅਸੀਂ ਪਹਿਲਾਂ ਸ਼ੁਰੂ ਕੀਤਾ ਕਿ ਵੀ ਸ਼ਾਇਦ ਆਪਣੀ ਕਮਿਊਨਿਟੀ ਪੰਜਾਬੀ ਲਿਖਣਾ ਚਾਹੇ ਤੇ ਉਹ ਬੋਲੀ ਦੇ ਵਿੱਚ ਵੀ ਆ ਜਾਂਦਾ ਤੇ ਆਪਣੀ ਪਹਿਚਾਣ ਦੇ ਵਿੱਚ ਵੀ ਆ ਜਾਂਦਾ। ਤੇ ਫਿਰ ਕਈ ਸਿੱਖ ਸੰਸਥਾਵਾਂ ਨੇ ਸੋਚਿਆ ਕਿ ਵੀ ਸ਼ਾਇਦ ਆਪਾਂ ਸਿੱਖ ਕੈਟਾਗਰੀ ਵੀ ਲਿਖ ਸਕਦੇ ਹਾਂ ਕਿ ਵੀ ਨਾਟ ਓਨਲੀ ਕਿ ਵੀ ਇਹ ਆਪਣੀ ਰਿਲੀਜਨ ਵੀ ਆ, ਪਰ ਇਹ ਆਪਣੀ ਐਥਨੀਸਿਟੀ ਵੀ, ਕਈ ਲੋਕ ਜਿਵੇਂ ਪਰਸਨਲੀ ਮੰਨਦੇ ਨੇ ਕਿ ਵੀ ਆਪਣੀ ਪਹਿਚਾਣ ਹੀ ਇੱਕ ਸਿੱਖ ਦੀ ਆ। ਸੋ ਇਹ ਸਾਡਾ ਸਾਰਾ ਕੁਛ ਹੀ ਆ।
ਪਰ ਜਿਹੜੀ ਹੁਣ ਇਹ ਪ੍ਰੋਬਲਮ ਆ ਜਾਂਦੀ ਹੈ ਕਿ ਵੀ ਜਿਹੜਾ ਫੋਰਮ ਆ ਉਹ ਬਹੁਤ ਲਿਮਿਟਿਡ ਆ, ਕਿਉਂਕਿ ਜਿਹੜੀ ਇੰਗਲਿਸ਼ ਦੀ ਸ਼ਬਦਾਂਜਲੀ ਆ ਉਹ ਸ਼ਾਇਦ ਆਪਣੀ ਪਹਿਚਾਣ ਨੂੰ ਨਹੀਂ ਕੈਟੇਗਰਾਈਜ਼ ਕਰ ਸਕਦੀ ਸਹੀ ਤਰ੍ਹਾਂ। ਸੋ ਆਪਾਂ ਕਿਵੇਂ ਇਹ ਫੋਰਮ ਨੂੰ ਸਮਝੀਏ ਕਿ ਵੀ ਇਹ ਆਪਣੀ ਕਮਿਊਨਿਟੀ ਲਈ ਵੀ ਬੈਨੀਫਿਟ ਕਰ ਸਕਦਾ ਵਾ, ਕਿ ਵੀ ਇਹ ਆਪਣੇ ਲਈ ਜਿਵੇਂ ਜਿਹੜੀਆਂ ਆਪਣੀਆਂ ਸਹੂਲਤਾਂ ਪੂਰੀਆਂ ਕਰ ਸਕਦੇ ਹਾਂ ਆਪਾਂ, ਇਹ ਭਾਵੇਂ ਇਨਕੰਪਲੀਟ ਭਾਵੇਂ ਜਿਹੜਾ ਫੋਰਮ ਆ ਥੋੜਾ ਜਿਹਾ ਅਧੂਰਾ ਰਹਿ ਜਾਂਦਾ, ਪਰ ਇਹ ਆਪਾਂ ਕਿਵੇਂ ਬਰ ਸਕਦੇ ਹਾਂ ਤਾਂ ਕਿ ਆਪਣਾ ਵੀ ਫਾਇਦਾ ਹੋਵੇ। ਸੋ ਭਾਵੇਂ ਉਹਦੇ ਤੇ ਰੇਸ ਲਿਖਿਆ ਹੋਇਆ, ਆਪਣੇ ਆਪਣਾ ਪਰਪਸ ਇਹ ਆ ਕਿ ਵੀ ਆਪਾਂ ਉਹ ਸਹੂਲਤਾਂ ਪੂਰੀਆਂ ਕਰਨੀਆਂ ਨੇ ਜਿਹੜੀਆਂ ਆਪਣੀਆਂ ਆਪਣੇ ਭਾਈਚਾਰੇ ਨੂੰ ਨਹੀਂ ਮਿਲ ਰਹੀਆਂ ਇਸ ਵਕਤ। ਸੋ ਤਾਂ ਕਰਕੇ ਅਸੀਂ ਇਹ ਐਫਰਟ ਸ਼ੁਰੂ ਕੀਤੇ ਨੇ ਕਿ ਵੀ ਆਪਾਂ ਕਿਵੇਂ ਭਾਵੇਂ ਰੇਸ ਦੀ ਕੈਟਾਗੋਰੀ ਦੇ ਵਿੱਚ ਭਰਨਾ, ਪਰ ਸਮ ਅਦਰ ਰੇਸ ਦੇ ਵਿੱਚ ਜਿਹੜਾ ਵੀ ਆਪਾਂ ਭਰਾਂਗੇ ਉਸ ਦੇ ਰਾਹੀਂ ਸਾਡੇ ਵਰਗੇ ਜਕਾਰਾ ਮੂਵਮੈਂਟ ਵਰਗੀਆਂ ਸੰਸਥਾਵਾਂ ਬਾਅਦ ਚ ਫਿਰ ਉਹੀ ਡਾਟਾ ਲੈ ਕੇ ਆਪਾਂ ਸਮਝ ਸਕੀਏ ਕਿ ਵੀ ਇਹ ਸਹੂਲਤਾਂ ਅਸੀਂ ਇਹ ਡਾਟਾ ਯੂਜ ਕਰਕੇ ਪੂਰੀਆਂ ਕਰਨੀਆਂ ਨੇ, ਭਾਵੇਂ ਉਹ ਲੈਂਗੁਏਜ ਹੋਵੇ, ਭਾਵੇਂ ਉਹ ਹੇਟ ਕ੍ਰਾਈਮਸ ਅੰਡਰਸਟੈਂਡ ਕਰਨੀ ਹੋਵੇ, ਭਾਵੇਂ ਕੁਛ ਵੀ ਹੋਵੇ, ਕਿ ਵੀ ਇਹ ਚੀਜ਼ਾਂ ਨੰਬਰਸ ਦੇ ਇਹ ਨੰਬਰਸ ਦਾ ਗੇਮ ਹੋ ਜਾਂਦਾ। ਸੋ ਉਹ ਚੀਜ਼ ਪੂਰੀ ਕਰਨ ਲਈ ਭਾਵੇਂ ਇਹ ਫੋਰਮ ਹੀ ਵਰਤਣਾ ਪਵੇ, ਪਰ ਤਾਂ ਕਰਕੇ ਅਸੀਂ ਐਟਲੀਸਟ ਆਪਸ਼ਨਸ ਮੂਹਰੇ ਕਰ ਰਹੇ ਹਾਂ ਕਮਿਊਨਿਟੀ ਦੇ ਕਿ ਵੀ ਇਹ ਕੋਈ ਆਪਸ਼ਨਸ ਨੇ ਕਿ ਵੀ ਆਪਾਂ ਫੋਰਮ ਦੇ ਵਿੱਚ ਕੀ ਕਿਹੜੀ ਰੇਸ ਭਰ ਸਕਦੇ ਹਾਂ। ਜੀ ਜੀ ਸੋ ਜੀ ਹਰਜੀਤ ਕੰਟੀਨਿਊ ਕਰੋ ਜੀ। ਹਾਂਜੀ, ਮੈਂ ਇਹ ਬਸ ਕਹਿਣਾ ਚਾਹੁੰਦਾ ਵੀ ਸੰਸਥਾ ਦੇ ਤੌਰ ਤੇ ਅਸੀਂ ਸਾਡਾ ਮੇਨ ਮਕਸਦ ਇਹੀ ਆ ਵੀ ਤੁਸੀਂ ਸਾਰੇ ਮਰਦਮਸ਼ੁਮਾਰੀ ਭਰੋ ਨਾ। ਸਾਡਾ ਮਕਸਦ ਇਹ ਵੀ ਸਾਰਿਆਂ ਨੂੰ ਭਰਨਾ ਚਾਹੀਦਾ ਆ ਵੀ ਸਾਰਿਆਂ ਨੂੰ ਉਹ ਜਾਣਨ ਵੀ ਕਿਸ ਤਰ੍ਹਾਂ ਭਰਨੀ ਚਾਹੀਦੀ ਆ, ਕਿਉਂਕਿ ਇਹ ਸਿਰਫ ਇਸ ਸਾਲ ਨਹੀਂ ਹਰ 10 ਸਾਲਾਂ ਬਾਅਦ ਹੁੰਦੀ ਆ। ਸੋ ਸਾਡੀ ਕਮਿਊਨਿਟੀ ਨੂੰ ਥੋੜ੍ਹਾ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ। ਅਤੇ ਦੇਖੋ, ਮੈਂ ਕਾਫੀ ਕਮਿਊਨਿਟੀ ਮੈਂਬਰਸ ਦੇ ਨਾਲ ਗੱਲਬਾਤ ਕੀਤੀ ਆ। ਕੁਛ ਕਹਿੰਦੇ ਆ ਵੀ ਸਾਨੂੰ ਪੰਜਾਬੀ ਭਰਨਾ ਚਾਹੀਦਾ ਆ, ਅਸੀਂ ਪੰਜਾਬੀ ਹਾਂ। ਕੁਛ ਕਹਿੰਦੇ ਵੀ ਸਾਨੂੰ ਸਿੱਖ ਭਰਨਾ ਚਾਹੀਦਾ ਆ, ਅਸੀਂ ਸਾਡੀ ਸਿੱਖੀ ਪਹਿਚਾਣ ਜ਼ਿਆਦਾ ਹੈਗੀ ਆ। ਅਤੇ ਅਸੀਂ ਵੀ ਥੋੜ੍ਹਾ ਫੋਰਸ ਨਹੀਂ ਕਰ ਰਹੇ ਵੀ ਤੁਸੀਂ ਇੱਕ ਭਰੋ ਜਾਂ ਦੂਜਾ ਭਰੋ, ਅਸੀਂ ਤੁਹਾਨੂੰ ਵੀ ਇਨਫੋਰਮੇਸ਼ਨ ਦੇ ਸਕਦੇ ਹਾਂ ਵੀ ਦੋਨਾਂ ਦੀ ਗਿਣਤੀ ਹੋਵੇਗੀ, ਭਾਵੇਂ ਤੁਸੀਂ ਪੰਜਾਬੀ ਭਰੋ ਜਾਂ ਭਾਵੇਂ ਸਿੱਖ ਭਰੋ, ਤੁਹਾਡੇ ਕੋਲ ਦੋਨੋਂ ਆਪਸ਼ਨਸ ਹੈਗੇ। ਫਿਰ ਜੇ ਤੁਸੀਂ ਆਪਣੇ ਆਪ ਸੋਚ ਸਕਦੇ ਐਜ਼ ਅ ਫੈਮਿਲੀ ਜਾਂ ਤੁਸੀਂ ਇੰਡੀਵਿਜੁਅਲੀ ਵੀ ਤੁਸੀਂ ਕਿਹੜੀ ਪਹਿਚਾਣ ਦੇ ਨਾਲ ਜ਼ਿਆਦਾ ਤੁਸੀਂ ਰੈਕਗਨਾਈਜ਼ ਕਰਦੇ, ਆਈਡੈਂਟੀਫਾਈ ਕਰਦੇ ਆ, ਤੁਹਾਨੂੰ ਕਿਹੜੀ ਜ਼ਿਆਦਾ ਤੁਹਾਡੇ ਕਰੀਬ ਹੈਗੀ ਆ। ਸੋ ਤੁਸੀਂ ਪੰਜਾਬੀ ਵੀ ਲਿਖ ਸਕਦੇ, ਸਿੱਖ ਲਿਖ ਸਕਦੇ, ਦੋਨਾਂ ਦੀ ਗਿਣਤੀ ਹੋਵੇਗੀ ਅਤੇ ਸਾਨੂੰ ਦੋਨੋਂ ਰਿਸਪੋਂਸਿਸ ਦਾ ਫਾਇਦਾ ਹੈਗਾ ਆ, ਕਿਉਂਕਿ ਉਹਦੇ ਨਾਲ ਅਸੀਂ ਆਪਣੀ ਕਮਿਊਨਿਟੀ ਵਾਸਤੇ ਥੋੜਾ ਕੰਫਿਊਜ਼ਿੰਗ ਹੈਗਾ ਆ, ਕਿਉਂਕਿ ਜੇ ਲੈਂਗੁਏਜ ਪੁੱਛਿਆ ਹੋਵੇ ਫਿਰ ਤਾਂ ਈਜ਼ਲੀ ਸਾਰਿਆਂ ਨੂੰ ਪੰਜਾਬੀ ਜ਼ਰੂਰ ਭਰਨਾ ਚਾਹੀਦਾ, ਤੁਸੀਂ ਇੰਗਲਿਸ਼ ਨਾ ਭਰੋ, ਪੰਜਾਬੀ ਹੀ ਭਰਨੀ ਚਾਹੀਦੀ ਆ, ਕਿਉਂਕਿ ਉਸ ਲੈਂਗੁਏਜ ਕੁਐਸਚਨ ਦੇ ਨਾਲ ਉਹਦੇ ਨਾਲ ਅਸੀਂ ਐਕਚੁਅਲੀ ਪੰਜਾਬੀ ਬੋਲੀ ਦੀਆਂ ਸਹੂਲਤਾਂ ਮੰਗ ਸਕਦੇ ਹਾਂ ਅਤੇ ਉਹ ਗੌਰਮੈਂਟ ਤੋਂ ਕਹਿ ਸਕਦੇ ਵੀ ਸਾਨੂੰ ਇਹ ਲੈਂਗੁਏਜ ਵਾਸਤੇ ਸਹੂਲਤਾਂ ਚਾਹੀਦੀਆਂ ਆ। ਅਤੇ ਇਹ ਕੁਐਸਚਨ ਲੈਂਗੁਏਜ ਦਾ ਇਹ ਵੀ ਆਉਂਦਾ ਹੈਗਾ ਆ, ਪਰ ਜਿਹੜਾ ਸਾਰਿਆਂ ਨੂੰ ਸੈਂਸਸ ਮਿਲ ਰਿਹਾ ਇਹ ਤੇ ਕੁਐਸਚਨ ਨਹੀਂ ਹੈਗਾ, ਪਰ ਸ਼ਾਇਦ ਕੁਛ ਘਰ ਹੈਗੇ ਆ ਜਿਹੜੇ ਸੁਣ ਵੀ ਰਹੇ ਇਸ ਟਾਈਮ ਤੇ, ਉਹਨਾਂ ਨੂੰ ਲੰਬੀ ਫੋਰਮ ਮਿਲੀ ਹੋਵੇ ਜਿਹਤੇ ਲੈਂਗੁਏਜ ਦਾ ਕੁਐਸਚਨ ਵੀ ਆਉਂਦਾ ਆ। ਤੇ ਇਹ ਜਿਹੜੀ ਲੰਬੀ ਫੋਰਮ ਹੁੰਦੀ ਆ ਉਹਨੂੰ ਕਹਿੰਦੇ ਹੈਗੇ ਅਮੈਰੀਕਨ ਕਮਿਊਨਿਟੀ ਸਰਵੇ, ਤੇ ACS ਇਹ ਵੀ US ਸੈਂਸਸ ਬਿਊਰੋ ਸੇਮ ਡਿਪਾਰਟਮੈਂਟ ਇਹੀ ਸਰਵੇ ਪੇਸ਼ ਕਰਦੀ ਆ, ਪਰ ਇਹ ਸਿਰਫ 3 ਜਾਂ 5% ਘਰਾਂ ਨੂੰ ਜਾਂਦੀ ਹੈਗੀ ਫੋਰਮ। ਤੇ ਇਹ ਫੋਰਮ ਹਰ ਸਾਲ ਜਾਂਦੀ ਆ ਵੱਖਰੇ ਵੱਖਰੇ ਘਰਾਂ ਨੂੰ। ਤੇ ਜਿਹੜਾ ਉਹ ਤੇ ਲੈਂਗੁਏਜ ਕੁਐਸਚਨ ਹੈਗਾ ਆ, ਜੇ ਅਸੀਂ ਉਹ ਤੇ ਪੰਜਾਬੀ ਲਿਖਦੇ ਹਾਂ ਉਹਦੇ ਨਾਲ ਸਾਨੂੰ ਸਹੂਲਤਾਂ ਦਾ ਜ਼ਿਆਦਾ ਫਾਇਦਾ ਹੁੰਦਾ ਆ, ਕਿਉਂਕਿ ਉਹ ਲੈਂਗੁਏਜ ਉਹ ਤੋਂ ਡਿਟਰਮਿਨ ਕਰਦੇ ਹਨ। ਓਕੇ, ਸੋ ਰਾਈਟ ਨਾਓ ਬੇਸਿਕਲੀ ਮੇਨ ਮਕਸਦ ਆ ਵੀ ਆਪਾਂ ਗਿਣੇ ਜਾਈਏ, ਹਰ ਇੱਕ ਜਣਾ ਜਿਹੜਾ ਉਹ ਗਿਣਿਆ ਜਾਵੇ, ਅਤੇ ਜੇ ਕਿਸੇ ਨੇ ਪੰਜਾਬੀ ਭਰਨਾ ਹੈ ਉਹ ਪੰਜਾਬੀ ਵੀ ਭਰ ਸਕਦਾ, ਅਤੇ ਜਿਹੜਾ ਕੋਈ ਸਿੱਖ ਭਰਨਾ ਚਾਹੁੰਦਾ ਹੈ ਆਪਣੀ ਸਮਝ ਦੇ ਮੁਤਾਬਕ
ਉਸ ਨੂੰ ਭਰ ਸਕਦਾ ਆ ਕਿ ਉਸ ਦੇ ਵਿੱਚ ਅਦਰ ਦੇ ਉੱਤੇ ਰੇਸ ਦੇ ਉੱਤੇ ਕਲਿੱਕ ਕਰਕੇ ਜਿਹੜਾ ਟਿੱਕ ਕਰਕੇ ਜਾਂ ਕਲਿੱਕ ਕਰਕੇ ਜਿਹੜਾ ਆ ਉਹ ਫਿਰ ਸਿੱਖ ਜਾਂ ਪੰਜਾਬੀ ਭਰਨਾ ਆ ਅਤੇ ਜੇ ਪੰਜਾਬੀ ਭਰਨਾ ਆ ਤਾਂ ਜਾਂ ਕਿਹਦੇ ਅੰਡਰ ਕਰਕੇ ਭਰਨਾ ਆ ਜਾਂ ਦੋਨੋਂ ਹੀ ਜਿਹੜੇ ਅਦਰ ਰੇਸ ਦੇ ਵਿੱਚ ਜਾ ਕੇ ਅਦਰ ਦੇ ਵਿੱਚ ਜਾ ਕੇ ਆ ਜਾਣੇ ਆ। ਹਾਂਜੀ ਦੋਨੋਂ ਹੀ ਅਦਰ ਦੇ ਵਿੱਚ ਹੀ ਆ ਜਾਣੇ। ਸੋ ਬੇਸਿਕਲੀ ਜਦੋਂ ਤੁਸੀਂ ਲਿਸਟ ਦੇਖਦੇ ਆ ਪਹਿਲਾਂ ਵਾਈਟ ਲਿਖਿਆ ਫਿਰ ਬਲੈਕ ਹਿਸਪੈਨਿਕ ਵੱਖਰੇ ਵੱਖਰੇ ਰੇਸਿਸ ਐਂਡ ਤੇ ਜਾ ਕੇ ਸਮ ਅਦਰ ਰੇਸ ਦੀ ਆਪਸ਼ਨ ਹੈਗੀ ਆ ਉੱਤੇ ਕਲਿੱਕ ਕਰਕੇ ਤੁਸੀਂ ਪੰਜਾਬੀ ਜਾਂ ਸਿੱਖ ਲਿਖ ਸਕਦੇ ਆ। ਠੀਕ ਹੈ ਓਕੇ ਸੋ ਇੱਕ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਸਰੋਤੇ ਅਜੇ ਹੋਰ ਵੀ ਬਹੁਤ ਸਾਰੇ ਅਹਿਮ ਸਵਾਲ ਜਿਹੜੇ ਇਸ ਦੇ ਨਾਲ ਜੁੜੇ ਹੋਏ ਨੇ, ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਵੀ ਇਸ ਦੇ ਨਾਲ ਜੁੜੀਆਂ ਹੁੰਦੀਆਂ ਆ ਉਹਨਾਂ ਨੂੰ ਵੀ ਆਪਾਂ ਟਰਾਈ ਕਰਾਂਗੇ ਵੀ ਤੁਸੀਂ ਜਿਹੜੇ ਆ ਉਹ ਹਟਾ ਸਕੀਏ। ਅਤੇ ਜੇ ਤੁਹਾਡਾ ਕੋਈ ਕੁਸ਼ਚਨ ਆ ਜਿਹੜੇ ਤੁਸੀਂ ਫੇਸਬੁੱਕ ਦੇ ਉੱਤੇ ਦੇਖ ਰਹੇ ਹੋ ਉੱਥੇ ਸੁਣ ਰਹੇ ਹੋ ਉੱਥੇ ਤੁਸੀਂ ਆਪਣਾ ਕੁਸ਼ਚਨ ਲਿਖ ਕੇ ਵੀ ਜਿਹੜਾ ਉਹ ਕਰ ਸਕਦੇ ਹੋ ਜਾਂ ਕਾਲ ਵੀ ਜਿਹੜਾ ਤੁਸੀਂ ਕਰ ਸਕਦੇ ਹੋ। ਸੋ ਟਰਾਈ ਕਰਦੇ ਹਾਂ ਆਪਾਂ ਵੱਧ ਤੋਂ ਵੱਧ ਜਿਹੜੇ ਸਵਾਲਾਂ ਦੇ ਜਵਾਬ ਵੀ ਜਿਹੜੇ ਆ ਤੁਹਾਨੂੰ ਨਾਲ ਦੇ ਨਾਲ ਦੇ ਸਕੀਏ। ਅਤੇ ਆਪਾਂ ਮਿਲਦੇ ਹਾਂ ਇੱਕ ਸਾਰਿਆਂ ਨੂੰ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਅਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਨੇ ਲੇਟਸ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22-23 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਤੋਂ ਸ਼ਾਮੀ 7 ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121 ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼, ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166622822 ਤੇ ਕਾਲ ਕਰੋ। ਇੱਥੇ ਇੰਡੀਵਿਜੁਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ ਬੀ ਐਂਟੀਲੋਪ ਜਾਂ ਵਿਜ਼ਿਟ ਪੱਡਾ ਇੰਸ਼ੋਰੈਂਸ .com ਕਾਲ 9166622822 916-622-2822 ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ। ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ, ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ, ਕਾਲ 9169537975 ਜਾਂ 9169537976 ਸਮਾਈਲ ਐਂਡ ਸ਼ਾਈਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦੋ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਇੰਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਸ, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ, MD, 9166889994, 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਦੀ ਹਾਂ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਐ
ਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਮੈਂਟੋ ਚ ਬਲੇ ਹੋਜ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ ਉਹ ਸਾਰਾ ਕੁਛ ਹੀ ਦਿੰਦਿਆ ਚੱਕ ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਣਿਆਂ ਵਾਂਗੂ ਆਓ ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ ਡੈਕੋਰੇਸ਼ਨ ਡੀਜੇ ਫੁੱਲ ਬਾਰ ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਪਾਲ 510-325-8433 510-325-8433 916-334-6916-334-6000 ਲੈਜੈਂਡ ਟਰਾਂਸਪੋਰਟੇਸ਼ਨ ਯੂਬਰ ਸਿਟੀ ਵਾਲਿਆਂ ਨੂੰ ਇਸ ਮੌਕੇ ਐਲਏ ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਓਪਰੇਟਰਸ ਚਾਹੀਦੇ ਹਨ ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ ਡਰਾਈਵਰ ਮਹੀਨੇ ਦੇ $6,000-$7,000 ਕਮਾ ਸਕਦੇ ਹਨ ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ 80% ਹੁੱਕ ਐਂਡ ਡ੍ਰੌਪ ਲੋਡ ਹਨ ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਿਡ ਲੋਡ ਹਨ ਐਲਏ ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ ਕਾਲ 500-788-2588 530-788-2588 ਜਾਂ 855-210-2300 ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਜਿਹੜਾ ਅੱਜ ਦਾ ਵਿਸ਼ੇਸ਼ ਤੌਰ ਦੇ ਉੱਤੇ ਚੱਲ ਰਿਹਾ ਆ ਮਰਦਮਸ਼ੁਮਾਰੀ ਸੈਂਸਸ 2020 ਜਿਹੜਾ USA ਦੇ ਵਿੱਚ ਹੋ ਰਿਹਾ ਆ ਉਸ ਦੇ ਬਾਬਤ ਗੱਲਬਾਤ ਆਪਾਂ ਕਰ ਰਹੇ ਹਾਂ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਮਨਪ੍ਰੀਤ ਕੌਰ ਅਤੇ ਹਰਜੀਤ ਸਿੰਘ ਜਕਾਰਾ ਮੂਵਮੈਂਟ ਔਰਗਨਾਈਜੇਸ਼ਨ ਤੋਂ ਦੋਨਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜੀ ਸੋ ਆਪਾਂ ਵੱਖ ਵੱਖ ਚਰਚਾਵਾਂ ਜਿਹੜੀਆਂ ਉਹ ਕਰ ਰਹੇ ਹਾਂ ਅਤੇ ਬਾਕੀ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਵੀ ਹੈਗੇ ਆ ਤਾਂ ਪਲੀਜ਼ ਉਹ ਵੀ ਜਿਹੜੇ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਕੇ ਤੁਸੀਂ ਸਵਾਲ ਵੀ ਜਿਹੜੇ ਇਹਨਾਂ ਨੂੰ ਪੁੱਛ ਸਕਦੇ ਹੋ ਨੰਬਰ ਹੈਗਾ 408-272-5200 408-272-5200 ਦੇ ਵਿੱਚ ਜਿਹੜੀ ਆ ਉਹ ਤੁਸੀਂ ਜ਼ਰੂਰ ਸਵਾਲ ਜਿਹੜਾ ਤੁਸੀਂ ਕਰ ਸਕਦੇ ਹੋ ਸੋ ਆਪਾਂ ਜੇ ਮੁੜ ਕੇ ਗੱਲਬਾਤ ਕਰਨੀ ਸ਼ੁਰੂ ਕਰੀਏ ਤਾਂ ਇੱਕ ਜਿਹੜੀ ਚੀਜ਼ ਜਿਹੜੀ ਜ਼ਰੂਰ ਆਪਾਂ ਦੱਸ ਜਾਈਏ ਵੀ ਜਿਹੜੀ ਚੀਜ਼ ਤੁਹਾਨੂੰ ਕਦੀ ਵੀ ਨਹੀਂ ਪੁੱਛੀ ਜਾਊਗੀ ਸੈਂਸਸ ਦੇ ਵਿੱਚ ਉਹ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਆ ਤੁਹਾਡੀ ਆਈ ਥਿੰਕ ਪੋਲੀਟੀਕਲ ਪਾਰਟੀ ਕ੍ਰੈਡਿਟ ਕਾਰਡ ਦਾ ਬੈਂਕ ਦਾ ਅਕਾਊਂਟ ਨੰਬਰ ਜਾਂ ਮਨੀ ਜਾਂ ਕੋਈ ਡੋਨੇਸ਼ਨ ਇੱਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਪੁੱਛੀ ਜਾਂਦੀ ਨਾ ਹੀ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਦਾ ਕਿਸੇ ਤਰੀਕੇ ਦਾ ਉਸ ਦੇ ਵਿੱਚ ਕੋਈ ਸਵਾਲ ਹੋਵੇਗਾ ਸੋ ਇਸ ਦੇ ਉੱਤੇ ਜ਼ਰੂਰ ਇੱਕ ਵਾਰੀ ਕਲੈਰਿਟੀ ਕਰ ਦਿਓ ਬਿਲਕੁਲ ਜਿਹੜੇ ਸੈਂਸਸ ਵਿੱਚ ਕੁਐਸਚਨ ਪੁੱਛਦੇ ਬਹੁਤ ਕਾਫੀ ਸਿੰਪਲ ਹੈਗੇ ਆ ਇੱਕ ਤਾਂ ਪੁੱਛਦੇ ਵੀ ਤੁਹਾਡਾ ਕਨਫਰਮ ਕਰ ਤੁਹਾਡਾ ਐਡਰੈਸ ਕੀ ਆ ਕਿਉਂਕਿ ਐਡਰੈਸ ਆਲਰੇਡੀ ਉਹਨਾਂ ਕੋਲ ਹੈਗਾ ਤੁਹਾਡੇ ਕੋਲ ਤਾਂ ਹੀ ਤੁਹਾਡੇ ਘਰ ਚਿੱਠੀ ਆਉਂਦੀ ਆ ਜੀ ਫਿਰ ਪੁੱਛਦੇ ਤੁਹਾਡੇ ਘਰ ਕਿੰਨੇ ਨਿਵਾਸੀ ਰਹਿੰਦੇ ਆ ਤੇ ਈਚ ਵਿਅਕਤੀ ਦਾ ਨਾਮ ਕੀ ਹੈਗਾ ਉਹਨਾਂ ਦੀ ਬਰਥ ਡੇਟ ਕੀ ਆ ਉਮਰ ਕਿੰਨੀ ਹੈਗੀ ਆ ਉਹਨਾਂ ਦਾ ਮੇਲ ਜਾਂ ਫੀਮੇਲ ਸੈਕਸ ਕੀ ਹੈਗਾ ਤੇ ਆਖਰੀ ਕੁਐਸਚਨ ਹੈਗਾ ਉਹਨਾਂ ਦੀ ਰੇਸ ਜਾਂ ਐਥਨੀਸਿਟੀ ਤੇ ਬਸ ਇਹੀ ਕੁਐਸਚਨ ਆ ਇਸ ਤੋਂ ਇਲਾਵਾ ਪੁੱਛਦੇ ਵੀ ਜੇ ਤੁਸੀਂ ਜਿੱਥੇ ਰਹਿ ਰਹੇ ਆ ਉਹ ਤੁਸੀਂ ਪ੍ਰੋਪਰਟੀ ਓਨ ਕਰਦੇ ਆ ਜਾਂ ਤੁਸੀਂ ਰੈਂਟ ਕਰਦੇ ਆ ਤੇ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ ਐਕਚੁਲੀ ਇੱਕ ਜਿਹੜੇ ਜੋ ਵੀ ਉਸ ਘਰ ਵਿੱਚ ਰਹਿ ਰਹੇ ਆ ਅਪਾਰਟਮੈਂਟ ਵਿੱਚ ਉਹ ਪੁੱਛਦੇ ਵੀ ਈਚ ਪਰਸਨ ਦਾ ਰਿਸ਼ਤਾ ਕੀ ਆ ਇੱਕ ਦੂਜੇ ਨਾਲ ਸੋ ਇਹ ਸ਼ਾਇਦ ਮੋਸਟ ਕਨਫਿਊਜ਼ਿੰਗ ਥਿੰਗ ਇਹੀ ਸ਼ਾਇਦ ਹੋਣਾ ਆ ਕਿਉਂਕਿ ਜਿਹੜਾ ਵੀ ਫੋਰਮ ਫਿਲ ਆਊਟ ਕਰ ਰਿਹਾ ਆ ਉਹਨਾਂ ਨੂੰ ਦੱਸਣਾ ਪੈਣਾ ਵੀ ਜਿਹੜੇ ਪੰਜ ਅਡੀਸ਼ਨਲ ਜਣੇ ਪੰਜ ਵਾਧੂ ਜਣੇ ਹੈਗੇ ਆ ਆਮ ਜਿਹਨਾਂ ਲਈ ਫੋਰਮ ਫਿਲ ਆਊਟ ਕਰ ਰਹੇ ਆ ਉਹਨਾਂ ਦਾ ਈਚ ਪਰਸਨ ਦੇ ਨਾਲ ਰਿਸ਼ਤਾ ਕੀ ਹੈਗਾ ਆ ਸੋ ਕਹਿ ਦਿਓ ਜੇ ਯੂਨੋ ਮੈਂ ਆਪਣੇ ਘਰ ਵਾਸਤੇ ਭਰਨਾ ਹੋਵੇ ਮੈਂ ਆਪਣੇ ਪੇਰੈਂਟਸ ਦਾ ਭਰੂੰਗਾ ਫਿਰ ਲਿਖੂੰਗਾ ਵੀ ਆਹ ਯੂਨੋ
ਇਹ ਮੇਰੇ ਫਾਦਰ ਹਨ, ਇਹ ਮੇਰੇ ਮਦਰ ਹਨ, ਇਹ ਮੇਰੇ ਸਿਸਟਰ ਜਾਂ ਬ੍ਰਦਰ ਹੈਗੇ ਆ, ਮੇਰੇ ਗ੍ਰੈਂਡ ਮਦਰ ਗ੍ਰੈਂਡ ਫਾਦਰ ਹੈਗੇ ਆ, ਉਹ ਹਰ ਰਿਸ਼ਤਾ ਵੀ ਇੰਡੀਕੇਟ ਕਰਨਾ ਹੈਗਾ ਆ। ਸ਼ਾਇਦ ਮੋਸਟ ਕੰਫਿਊਜ਼ਿੰਗ ਥਿੰਗ ਇਹੀ ਹੈਗਾ ਫੋਨ ਤੇ। ਪਰ ਇਸ ਤੋਂ ਇਲਾਵਾ ਨੋ ਸੋਸ਼ਲ ਸਿਕਿਉਰਿਟੀ, ਇਮੀਗ੍ਰੇਸ਼ਨ ਸਟੈਟਸ, ਇੱਦਾਂ ਕੁਛ ਨਹੀਂ ਹੈਗਾ। ਤੇ ਕਈ ਗੱਲ ਕਈ ਲੋਕੀ ਇਹਦਾ ਫਾਇਦਾ ਵੀ ਉਠਾਉਂਦੇ ਆ, ਫੋਨ ਡਰਾ ਕੇ, ਇੱਕ ਤਾਂ ਵੀ ਹਾਂਜੀ ਤੁਹਾਨੂੰ ਕੁਐਸਚਨ ਪੁੱਛੂਗੇ, ਉਹ ਪਤਾ ਨਹੀਂ ਤੁਹਾਡੀ ਇਮੀਗ੍ਰੇਸ਼ਨ ਦਾ ਕੀ ਕਰੂੰਗੇ, ਫਿਰ ਤੁਹਾਨੂੰ ਨਹੀਂ ਭਰਨਾ ਚਾਹੀਦਾ ਆ। ਤੇ ਕਈ ਇੱਦਾਂ ਵੀ ਕਹਿੰਦੇ ਆ ਵੀ ਇਹ ਫੋਰਮ ਬਹੁਤ ਔਖੀ ਆ ਭਰਨੇ ਵਾਸਤੇ, ਤੁਹਾਨੂੰ ਸਮਝ ਨਹੀਂ ਲੱਗਣੀ, ਫਿਰ ਅਸੀਂ ਤੁਹਾਡੀ ਹੈਲਪ ਕਰੀਏ, ਤੁਹਾਡੇ ਵਾਸਤੇ ਭਰੀਏ। ਠੀਕ ਹੈ, ਜੇ ਤੁਸੀਂ ਕਿਸੇ ਨੂੰ ਟਰੱਸਟ ਕਰਦੇ ਆ ਤੁਸੀਂ ਉਹਨਾਂ ਤੋਂ ਭਰਾ ਲਓ ਫੋਰਮ। ਪਰ ਇਹ ਇੱਦਾਂ ਵੀ ਕੁਛ ਕਮਿਊਨਿਟੀਆਂ ਵਿੱਚ ਹੈਗਾ ਆ, ਲੋਕੀ ਕਹਿੰਦੇ ਵੀ ਅਸੀਂ ਫੀਸ ਵਾਸਤੇ ਤੁਹਾਡੀ ਫੋਰਮ ਭਰ ਦੂੰਗੇ, ਜਾਂ ਸਾਨੂੰ ਥੋੜ੍ਹੀ ਫੀਸ ਦੇ ਦਿਓ, ਅਸੀਂ ਤੁਹਾਡੀ ਫੋਰਮ ਤੁਹਾਡੇ ਲਈ ਭਰ ਦੂੰਗੇ। ਇਹ ਕੋਈ ਯੂਨੋ ਸਿਟੀਜ਼ਨਸ਼ਿਪ ਐਪਲੀਕੇਸ਼ਨ ਨਹੀਂ ਹੈਗੀ ਜਾਂ ਇੱਦਾਂ ਦਾ ਕੋਈ ਔਖਾ ਫੋਰਮ ਜਿਹਦੇ ਨਾਲ ਤੁਸੀਂ ਯੂਨੋ ਫੀਸ ਦੇ ਕੇ ਕਿਸੇ ਤੋਂ ਭਰਾਵੋ। ਕੋਈ ਕਿਸੇ ਨੂੰ ਫੀਸ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇੱਕ ਤਾਂ ਅਸੀਂ ਹੈਗੇ ਹਾਂ, ਤੁਸੀਂ ਯੂਨੋ ਕੋਈ ਵੀ ਕੁਐਸਚਨ ਹੈਗੇ ਆ, ਅਸੀਂ ਰੇਡੀਓ ਤੇ ਆਉਂਦੇ ਰਹਿੰਦੇ, ਸਾਨੂੰ ਵੀ ਫੋਨ ਕਰ ਸਕਦੇ, ਅਸੀਂ ਪੂਰੀ ਫ੍ਰੀ ਆਫ ਚਾਰਜ ਤੁਹਾਡੀ ਹੈਲਪ ਕਰਾਂਗੇ ਯੂਨੋ। ਸੋ ਕੋਈ ਇੱਦਾਂ ਫੀਸ ਦੇਣ ਦੀ ਲੋੜ ਨਹੀਂ ਹੈਗੀ। ਤੇ ਕਾਫੀ ਸਿੰਪਲ ਆ, ਇਹ 10 ਮਿੰਟ ਲੱਗਦੇ ਆ ਭਰਨੇ ਨੂੰ। ਸ਼ਾਇਦ ਜੇ ਤੁਹਾਡਾ ਪਰਿਵਾਰ ਜ਼ਿਆਦਾ ਬੜਾ ਹੈਗਾ ਆ ਫਿਰ ਹੋਰ ਟਾਈਮ ਲੱਗ ਸਕਦਾ, ਪਰ 10 ਮਿੰਟ ਤੋਂ ਔਨ ਐਵਰੇਜ ਇੰਨਾ ਕੀ ਟਾਈਮ ਲੱਗਦਾ ਹੈ। ਜੀ ਜੀ ਬਿਲਕੁਲ। ਸੋ ਹਰਜੀਤ ਤੇ ਮਨਪ੍ਰੀਤ, ਆਪਣੇ ਨਾਲ ਕੁਛ ਕਾਲਰ ਵੀ ਜੁੜੇ ਆ, ਉਹ ਵੀ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਚਾਹੁੰਦੇ ਆ। ਸੋ ਸਰੋਤਿਓ, ਜ਼ਰੂਰ ਤੁਸੀਂ ਵੀ ਕਾਲ ਕਰਕੇ ਜਿਹੜਾ ਪੁੱਛ ਸਕਦੇ ਹੋ। ਨੰਬਰ ਹੈਗਾ ਆ 408-272-5200, 408-272-5200। ਮਨ ਕਰਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਆਪਾਂ ਫੋਰਮ ਭਰਦੇ ਆ ਉਹਦੇ ਵਿੱਚ ਪੁੱਛਦੇ ਆ ਵੀ ਪ੍ਰੈਜੈਂਟ ਹੋਣਾ ਚਾਹੀਦਾ, ਵੀ ਉਸ ਦਿਨ ਜਿਹੜੇ ਹੁਣ ਟਰੱਕਾਂ ਵਾਲੇ ਜਾਂ ਕੋਈ ਹੋਰ ਡਿਊ ਜੋਬ ਤੇ ਆ ਨਾ, ਵੀ ਉਸ ਦਿਨ ਘਰ ਵਿੱਚ ਪ੍ਰੈਜੈਂਟ ਚਾਹੀਦਾ ਕਿ ਜਾਂ ਉਦਾਂ ਹੀ ਆਪਾਂ ਫਿਲ ਕਰ ਸਕਦੇ ਆ, ਕਰ ਸਕਦੇ ਉਹਦੇ ਲਈ? ਜੀ ਮਨਪ੍ਰੀਤ। ਕਾਫੀ ਟਰੱਕ ਡਰਾਈਵਰ ਨੇ ਆਪਣੇ ਘਰਾਂ ਦੇ ਵਿੱਚ ਵੀ ਨੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ ਹੁੰਦਾ ਕਿ ਵੀ ਉਹਨਾਂ ਨੂੰ ਕਹਿੰਦੇ ਨੇ ਮੋਬੋ ਹੁੰਦੇ ਨੇ ਜਿਹੜੇ, ਤੇ ਜਿਹਨਾਂ ਦਾ ਫਿਜ਼ੀਕਲ ਐਡਰੈਸ ਹੈਗਾ ਵਾ ਜਿਹੜੇ ਆਪਣੇ ਟਰੱਕ ਡਰਾਈਵਰ ਵੀਰ ਨੇ, ਉਹਨਾਂ ਨੂੰ ਉੱਥੇ ਹੀ ਭਰੋ ਜਿੱਥੇ ਉਹ ਰਹਿੰਦੇ ਨੇ, ਭਾਵੇਂ ਉਹ ਲੋੜ ਤੇ ਗਏ ਹੋਏ ਨੇ, ਉਹਦਾ ਨੀ ਫਰਕ ਪੈਂਦਾ। ਪਰ ਹਾਂਜੀ, ਤੁਸੀਂ ਬੇਸ਼ੱਕ ਉਹਨਾਂ ਦਾ ਨਾਂ ਭਰ ਦਿਓ ਫੋਨ ਦੇ ਵਿੱਚ। ਬਿਲਕੁਲ, ਭਰਨਾ ਹੀ ਆ ਬੇਸਿਕਲੀ ਉਹਨਾਂ ਦਾ, ਕਿਉਂਕਿ ਅਦਰਵਾਈਜ਼ ਉਹ ਫਿਰ ਕਾਊਂਟ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਵੱਖਰੀ ਤੇ ਕੋਈ ਚਿੱਠੀ ਜਿਹੜੀ ਆਉਣੀ ਨਹੀਂ ਫਿਰ। ਸੋ ਉਹਨਾਂ ਦੇ ਘਰ ਦੇ ਵਿੱਚ ਚਿੱਠੀ ਆਉਣੀ ਹੈ। ਸੋ ਜ਼ਰੂਰ ਉਹਨਾਂ ਦਾ ਜ਼ਰੂਰ ਭਰਿਓ ਜੀ। ਥੈਂਕ ਯੂ ਜੀ। ਘਰ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਐਡਰੈਸ ਨਹੀਂ ਹੈ, ਉਹਨਾਂ ਦਾ ਐਡਰੈਸ ਘਰ ਦਾ ਹੀ ਹੈਗਾ, ਸੋ ਜ਼ਰੂਰ ਉਹੀ ਭਰਨਾ। ਜੀ ਜੀ ਬਿਲਕੁਲ। ਇੱਕ ਜਿਹੜਾ ਮੈਂ ਚੀਜ਼ ਦੇਖ ਰਿਹਾ ਸੀ ਵੀ ਕਈਆਂ ਦੇ ਪਰਿਵਾਰ ਦੇ ਮੈਂਬਰ ਨਰਸਿੰਗ ਹੋਮਸ ਦੇ ਵਿੱਚ ਵੀ ਹੁੰਦੇ ਨੇ, ਸੋ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਹੋ ਸਕਦੇ ਆ, ਕੋਈ ਚਲੋ ਜੇਲ੍ਹ 'ਚ, ਪ੍ਰਿਜ਼ਨ 'ਚ, ਡਿਟੈਂਸ਼ਨ ਫੈਸਿਲਿਟੀਜ਼, ਇਹਨਾਂ ਕਈ ਥਾਵਾਂ ਦੇ ਉੱਤੇ ਵੀ ਹੋ ਸਕਦੇ ਆ। ਕਿਹੜੇ ਚੀਜ਼ਾਂ ਜਿਹੜੀਆਂ ਉਹ ਘਰ ਵਾਲਿਆਂ ਦੇ ਵਿੱਚ ਭਰੀਆਂ ਜਾ ਸਕਦੀਆਂ ਅਤੇ ਕਿਹੜੀਆਂ ਨਹੀਂ ਭਰੀਆਂ ਜਾ ਸਕਦੀਆਂ, ਇਸ ਦੇ ਉੱਤੇ ਜੇ ਤੁਹਾਡੇ ਕੋਲ ਹੈ ਕੋਈ ਕਲੈਰਿਟੀ? ਹਾਂਜੀ, ਸੋ ਜਿਹੜੇ ਪ੍ਰਿਜ਼ਨ ਨੇ, ਜੇਲ੍ਹਾਂ ਨੇ, ਜਿਹੜੇ ਡਿਟੈਂਸ਼ਨ ਫੈਸਿਲਿਟੀਆਂ ਨੇ, ਉਹ ਵੱਖਰੇ ਦਿਨ ਰੱਖੇ ਗਏ ਨੇ ਸੈਂਸਸ ਬਿਊਰੋ ਦੇ, ਜਿੱਥੇ ਜਾ ਕੇ ਉਹਨਾਂ ਨੇ ਆਪ ਭਰਨੇ ਨੇ। ਸੋ ਭਾਵੇਂ ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਉਹਨਾਂ ਦੇ ਵਿੱਚ ਹੋਵੇ, ਉਹ ਸੈਂਸਸ ਬਿਊਰੋ ਨੇ ਆਪਦੇ ਐਫਰਟਸ ਆਪ ਹੀ ਲਾਉਣੇ ਨੇ, ਤੇ ਤੁਹਾਨੂੰ ਉਹਨਾਂ ਦੇ ਭਰਨ ਦੀ ਲੋੜ ਨਹੀਂ, ਕਿਉਂਕਿ ਉਹ ਫਿਜ਼ੀਕਲੀ ਤੁਹਾਡੇ ਘਰ ਦੇ ਵਿੱਚ ਪ੍ਰੈਜੈਂਟ ਨਹੀਂ ਹੈਗੇ। ਹਾਂਜੀ, ਤੇ ਜਿਹੜੇ ਨਰਸਿੰਗ ਹੋਮਸ ਨੇ, ਜਿੱਥੇ ਤੱਕ ਮੈਨੂੰ ਪਤਾ ਵਾ, ਉਹਨਾਂ ਨੇ ਵੀ ਵੱਖਰਾ ਹੀ ਭਰਨਾ ਵਾ। ਹਾਂਜੀ, ਸੋ ਜੇ ਉਹ ਤੁਹਾਡੇ ਨਾਲ ਫਿਜ਼ੀਕਲੀ ਨਹੀਂ ਰਹਿੰਦੇ ਤਾਂ ਫਿਰ ਉਹਨਾਂ ਦਾ ਉੱਥੇ ਭਰਿਆ ਜਾਊਗਾ। ਜੀ ਬਿਲਕੁਲ। ਪਰ ਮੈਂ ਇੱਕ ਹੋਰ ਵੀ, ਜਿਹੜੇ ਆਪਣੇ ਟਰੱਕ ਡਰਾਈਵਰਾਂ ਦਾ ਹੈਗਾ ਵਾ ਕੁਐਸਚਨ ਜਿਹੜਾ ਆਇਆ ਸੀਗਾ, ਕਮਿਊਨਿਟੀ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਵੀ ਕੀ ਰਿਐਲਿਟੀਜ਼ ਨੇ, ਭਾਵੇਂ ਜਿਹੜੇ ਆਪਣੇ ਟਰੱਕ ਡਰਾਈਵਰ ਜਿਹੜੀ ਉਮਰ ਦੇ ਵਿੱਚ ਘੱਟ ਹੋਣੀਆਂ, ਉਹਨਾਂ ਦਾ ਕੋਈ ਇੱਥੇ ਪਰਮਾਨੈਂਟ ਪਰਿਵਾਰ ਨਹੀਂ ਹੈਗਾ ਜਾਂ ਪਰਮਾਨੈਂਟ ਘਰ ਨਹੀਂ ਹੈਗਾ, ਜਿਹੜਾ ਵੀ ਐਡਰੈਸ, ਮੈਂ ਇਹ ਇੱਕ ਦੁਬਾਰਾ ਕਹਿਣਾ ਚਾਹੁੰਦੀ ਹਾਂ ਕਿਉਂਕਿ ਇਹ ਸਵਾਲ ਵੀ ਆਉਂਦਾ ਵਾ ਕਿ ਵੀ ਅਸੀਂ ਭਾਵੇਂ ਟਰੱਕ ਦੇ ਵਿੱਚ ਹੀ ਰਹਿੰਦੇ ਹਾਂ ਤੇ ਲੋਡ ਟੂ ਲੋਡ ਕਰਦੇ ਹਾਂ, ਤੇ ਉਹ
ਭਾਵੇਂ ਫਿਜ਼ੀਕਲੀ ਉਹਨਾਂ ਦਾ ਕੋਈ ਘਰ ਨਹੀਂ ਹੈਗਾ ਜਾਂ ਫਿਜ਼ੀਕਲੀ ਆਪਦੇ ਟਰੱਕ ਦੇ ਵਿੱਚ ਹੀ ਰਹਿੰਦੇ ਨੇ, ਜਿਹੜਾ ਵੀ ਤੁਸੀਂ ਐਡਰੈਸ ਆਪਦੇ ਲੀਗਲ ਫੋਰਮ ਲੀਗਲੀ ਕੋਈ ਵੀ ਫੋਰਮ ਤੇ ਭਰਿਆ ਹੁੰਦਾ ਵਾ, ਤੁਸੀਂ ਐਫਰਟਸ ਕਰੋ ਕਿ ਵੀ ਤੁਹਾਡਾ ਸੈਂਸਸ ਉੱਥੇ ਭਰਿਆ ਜਾਵੇ। Okay. So, ਇਹ ਇਹ ਨਹੀਂ ਹੈਗਾ ਕਿ ਵੀ ਤੁਹਾਡਾ ਕੋਈ ਪਰਮਾਨੈਂਟ ਘਰ ਨਹੀਂ ਹੈਗਾ, ਉਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਮੈਂ ਇਹ ਦੁਬਾਰਾ ਕਹਿਣਾ ਚਾਹੁੰਦੀ ਸੀ ਕਿਉਂਕਿ ਇਹ ਵੀ ਕਈ ਵਾਰੀ ਗਲਤਫਹਿਮੀ ਹੁੰਦੀ ਆ ਜਾਂ ਲੱਗਦਾ ਕਿ ਵੀ ਨਹੀਂ ਸ਼ਾਇਦ ਕੋਈ ਡਰ ਹੁੰਦਾ ਵਾ ਕਿ ਵੀ ਆਪਾਂ ਨੂੰ ਨਹੀਂ ਭਰਨਾ ਚਾਹੀਦਾ ਕਿਉਂਕਿ ਸਾਡਾ ਕੋਈ ਘਰ ਨਹੀਂ ਹੈਗਾ, ਪਰ ਤੁਹਾਡਾ ਜਿੱਥੇ ਵੀ ਤੁਸੀਂ ਫਿਜ਼ੀਕਲੀ ਪ੍ਰੈਜੈਂਟ ਹੋ ਜਾਂ ਤੁਹਾਡਾ ਕੋਈ ਐਡਰੈਸ ਲਿਖਿਆ ਹੋਵੇ ਕੋਈ ਵੀ ਲਾਇਸੈਂਸ ਤੇ, ਤੁਸੀਂ ਉਹ ਐਡਰੈਸ ਬੇਸ਼ੱਕ ਭਰਿਓ ਜੀ। ਸੋ ਕਈਆਂ ਨੇ ਜਿੱਦਾਂ ਪੀ ਓ ਬਾਕਸ ਹੁੰਦੇ ਕਿ ਉੱਥੇ ਤਾਂ ਨਹੀਂ ਆਊਗੀ ਚਿੱਠੀ, ਇਹ ਜਿੱਥੇ ਫਿਜ਼ੀਕਲ ਐਡਰੈਸਿਸ ਆ ਉਹਨਾਂ ਥਾਵਾਂ ਤੇ ਹੀ ਇਹ ਜਿਹੜੀ ਚਿੱਠੀ ਆਉਂਦੀ ਹੁੰਦੀ ਆ। ਹਾਂਜੀ, ਇਹ ਚਿੱਠੀ ਪੀ ਓ ਬਾਕਸ ਨਹੀਂ ਜਾਂਦੀ, ਇਹ ਸਿਰਫ ਰੈਜ਼ੀਡੈਂਟ ਐਡਰੈਸ ਜਾਂਦੀ ਹੁੰਦੀ ਆ ਜੀ। ਯਾ ਕਈਆਂ ਨੂੰ ਐਕਚੁਅਲੀ ਆਪਣੀ ਕਮਿਊਨਿਟੀ ਤੋਂ ਵੀ ਬਾਹਰ ਕਈ ਰੂਰਲ ਏਰੀਆ ਵਿੱਚ ਵੀ ਰਹਿੰਦੇ ਆ, ਫਾਰਮਾਂ 'ਚ ਜਾਂ ਕਿਤੇ ਬਾਹਰ ਕਾਫੀ ਦੂਰ ਰਹਿੰਦੇ ਆ, ਉਹਨਾਂ ਕੋਲ ਪੀ ਓ ਬਾਕਸ ਹੁੰਦੇ ਆ, ਪਰ ਪੀ ਓ ਬਾਕਸ ਉਹ ਸਾਨੂੰ ਦੱਸ ਰਹੇ ਪੀ ਓ ਬਾਕਸ 'ਤੇ ਨਹੀਂ ਜਾਂਦੀ ਚਿੱਠੀ, ਇਹ ਸਿਰਫ ਜੇ ਤੁਹਾਡਾ ਫਿਜ਼ੀਕਲ ਐਡਰੈਸ ਹੈਗਾ ਜਾਂ ਰੈਜ਼ੀਡੈਂਸ ਦਾ ਜੀ ਜੀ ਉੱਥੇ ਜਾਂਦੀ। ਇੱਕ ਜਣੇ ਸਵਾਲ ਜਿਹੜੇ ਪੁੱਛ ਰਹੇ ਸੀ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਹੋਰ ਆ ਪਰ ਟੈਂਪਰੇਰੀ ਕਿਸੇ ਹੋਰ ਥਾਂ ਦੇ ਉੱਤੇ ਰਹਿ ਰਹੇ ਆ, ਸੋ ਉਹਨਾਂ ਨੂੰ ਕਿਹੜੇ ਵਾਲੇ ਪਾਸੇ ਬੇਸਿਕਲੀ ਜਿਹੜਾ ਉਹ ਭਰਨਾ ਚਾਹੀਦਾ? ਸੋ ਆਈ ਥਿੰਕ ਪਰਮਾਨੈਂਟ ਜਿਹੜਾ ਐਡਰੈਸ ਆ ਜਿੱਥੇ ਉਹ ਜ਼ਿਆਦਾ ਸਮਾਂ ਬਤੀਤ ਕਰਦੇ ਆ, ਸੋ ਉੱਥੇ ਹੀ ਉਹਨਾਂ ਨੂੰ ਫੋਰਮ ਦੇ ਵਿੱਚ ਭਰਨਾ ਚਾਹੀਦਾ। ਹਾਂਜੀ ਬਿਲਕੁਲ, ਜਿੱਥੇ ਵੀ ਤੁਸੀਂ ਜ਼ਿਆਦਾ ਸਮਾਂ ਤੁਸੀਂ ਰਹਿੰਦੇ ਆ, ਐਸਪੈਸ਼ਲੀ ਸਾਡੇ ਯੂ ਨੋ ਕਿ ਗ੍ਰੈਂਡਪੇਰੈਂਟਸ ਵੀ ਹੁੰਦੇ ਆ, ਦਾਦਾ ਦਾਦੀ ਨਾਨਾ ਨਾਨੀ ਜਿਹੜੇ ਇੱਥੇ ਇੰਡੀਆ ਜਾਂ ਪੰਜਾਬ ਜਾ ਕੇ 4-5 ਮਹੀਨੇ ਰਹਿੰਦੇ ਆ ਸਾਲ ਦੇ ਵਿੱਚ, ਤੇ ਇੱਥੇ ਵੀ ਦੋਨੋਂ ਪਾਸੇ ਰਹਿੰਦੇ ਆ, ਸੋ ਉਹਨਾਂ ਦਾ ਵੀ ਇੱਥੇ ਹੀ ਭਰਨਾ ਚਾਹੀਦਾ ਕਿਉਂਕਿ ਜੇ ਉਹਨਾਂ ਦੀ ਸਿਟੀਜ਼ਨਸ਼ਿਪ ਹੈਗੀ ਆ ਉਹ ਮੋਸਟ ਆਫ ਦਾ ਟਾਈਮ ਤਾਂ ਉਹਨਾਂ ਨੂੰ ਰਹਿਣਾ ਹੀ ਪੈਣਾ, ਈਵਨ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਮੈਜੋਰਟੀ ਟਾਈਮ ਇੱਥੇ ਰਹਿਣਾ ਚਾਹੀਦਾ, ਉਹ ਰਿਕੁਆਇਰਮੈਂਟ ਹੁੰਦੇ ਜ਼ਿਆਦਾ ਟਾਈਮ ਤੁਹਾਨੂੰ ਇੱਥੇ ਬੀਤਣਾ ਪੈਂਦਾ ਆ, ਸੋ ਉਸ ਦੇ ਹਿਸਾਬ ਨਾਲ ਤੁਸੀਂ ਇੱਥੇ ਦਾ ਐਡਰੈਸ ਭਰਨਾ ਉਹਨਾਂ ਦਾ ਜੀ, ਭਾਵੇਂ ਉਹ ਇਸ ਵੇਲੇ ਪੰਜਾਬ ਇੰਡੀਆ ਨੂੰ ਗਏ ਹੋਵੇ ਆ ਤੇ ਅਪ੍ਰੈਲ 1st ਇੱਥੇ ਨਹੀਂ ਹੈਗੇ, ਫਿਰ ਵੀ ਉਹ ਜ਼ਿਆਦਾ ਆਪਣਾ ਟਾਈਮ ਇੱਥੇ ਹੀ ਰਹਿੰਦੇ ਆ, ਸੋ ਇੱਥੇ ਦਾ ਹੀ ਉਹਨਾਂ ਦਾ ਐਡਰੈਸ ਭਰਨਾ ਆ। ਇਨਫੋਰਮੇਸ਼ਨ ਉਹਨਾਂ ਦੀ ਆਪਣੇ ਫਾਰਮ ਦੇ ਵਿੱਚ ਜ਼ਰੂਰ ਭਰ ਦਿਓ ਜੀ। ਅਗਲੇ ਜੀ ਸੈਂਸਸ ਬਿਊਰੋ ਕਹਿੰਦੇ ਨੇ ਕਿ ਵੀ ਜੇ ਤੁਸੀਂ 6 ਮਹੀਨੇ ਜਾਂ ਜ਼ਿਆਦਾ ਟਾਈਮ ਕਿਤੇ ਵੀ ਐਡਰੈਸ ਦੇ ਵਿੱਚ ਕਿਸੇ ਵੀ ਐਡਰੈਸ ਦੇ ਵਿੱਚ ਤੁਸੀਂ ਸਮਾਂ ਬਿਤਾਉਂਦੇ ਹੋ ਤੁਸੀਂ ਉੱਥੇ ਦਾ ਭਰਨਾ ਵਾ, ਸੋ ਉਹ ਜੇ ਤੁਹਾਡੇ ਲਈ ਥੋੜੀ ਜਿਹੀ ਗਾਈਡੈਂਸ ਹੋਵੇ ਤਾਂ ਜਿਹੜੇ ਤੁਹਾਡੇ 6 ਮਹੀਨੇ ਤੋਂ ਜ਼ਿਆਦਾ ਟਾਈਮ ਤੁਸੀਂ ਕਿੱਥੇ ਬਿਤਾਉਂਦੇ ਹੋ ਤੁਸੀਂ ਉੱਥੇ ਸੈਂਸਸ ਭਰਨਾ ਜੀ। ਜੀ ਇਹ ਵੀ ਹੋ ਸਕਦਾ ਕਈਆਂ ਦੇ ਵੱਖ ਵੱਖ ਪਰਿਵਾਰਕ ਜੀ ਹੁੰਦੇ ਆ, ਕਦੀ ਕਿਸੇ ਭਰਾ ਕੋ ਕਦੀ ਕਿਸੇ ਭਰਾ ਕੋ, ਸੋ ਜਿੱਥੇ ਜ਼ਿਆਦਾ ਸਮਾਂ ਜੇ ਕੋਈ ਬਜ਼ੁਰਗ ਰਹਿੰਦੇ ਆ ਫਿਰ ਉਸ ਹਿਸਾਬ ਦੇ ਨਾਲ ਉਹ ਵਾਲਾ ਵੀ ਜਿਹੜਾ ਭਰ ਦਿਓ, ਕਿਉਂਕਿ ਡਿਫਰੈਂਟ ਡਿਫਰੈਂਟ ਸਿਨਾਰੀਓਜ਼ ਡਿਫਰੈਂਟ ਡਿਫਰੈਂਟ ਕੇਸਿਸ ਜਿਹੜੇ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲਦੇ ਨੇ। ਹਰਪ੍ਰੀਤ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਅ ਜੀ, ਮੈਂ ਐਕਚੁਅਲੀ ਕੱਲ ਉਹ ਫੋਰਮ ਫਿਲ ਕਰ ਰਿਹਾ ਸੀ ਆਨਲਾਈਨ, ਤੇ ਆਪਾਂ ਜਿਹੜਾ ਰੇਸ ਦਾ ਕਾਲਮ ਆ ਪੰਜਾਬੀ ਉਹ ਕਿਹੜੇ ਵਿੱਚ ਲਿਖਣਾ, ਅਦਰ ਏਸ਼ੀਅਨਸ ਜਾਂ ਅਦਰ ਰੇਸਿਸ ਦੇ ਵਿੱਚ, ਕਿਉਂਕਿ ਇੱਕ ਤਾਂ ਏਸ਼ੀਅਨ ਇੰਡੀਅਨ ਸੀਗਾ ਉਹ ਤਾਂ ਆਪਾਂ ਮਿੰਦਾ ਦਾ ਲਿਖਣਾ ਨਹੀਂ ਉਹਦੇ 'ਚ, ਅਦਰ ਰੇਸ ਦੇ ਵਿੱਚ ਲਿਖਣਾ ਆ। ਠੀਕ ਹੈ ਜੀ। ਅਦਰ ਰੇਸ ਦੇ ਵਿੱਚ ਆਈਦਰ ਪੰਜਾਬੀ ਜਾਂ ਸਿੱਖ ਦੋਨਾਂ 'ਚੋਂ ਕੁਛ ਵੀ ਲਿਖ ਸਕਦੇ ਹੋ। ਇੱਕ ਤਾਂ ਏਸ਼ੀਅਨ ਸੀਗਾ ਨਾ, ਨਹੀਂ ਇਕੱਲੇ ਅਦਰ ਰੇਸ ਦੇ ਵਿੱਚ ਕਰਕੇ। ਓਕੇ ਜੀ, ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ ਯੂਬਸਰੀ ਤੋਂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਪੰਜਾਬੀ ਰੇਡੀਓ 'ਚ ਬਹੁਤ ਧੰਨਵਾਦ ਹੈ ਜੀ, ਤੇ ਜਕਾਰਾ ਮੂਵਮੈਂਟ ਬੱਚਿਆਂ ਦਾ ਬਹੁਤ ਧੰਨਵਾਦ। ਮੈਂ ਇੱਕ ਦੋ ਜ਼ਰੂਰ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ, ਤੇ ਇੱਕ ਤਾਂ ਇੱਕ ਮੇਰਾ ਕੁਐਸਚਨ ਵੀ ਬਾਅਦ 'ਚ ਹੈ। ਜਿਸ ਤਰ੍ਹਾਂ ਅਜੀਤ ਸਿੰਘ ਜੀ ਦੱਸਿਆ ਵੀ ਕਿਸੇ ਤੋਂ ਮਤਲਬ ਤੁਸੀਂ ਕਿਸੇ ਠੱਗ ਨਾ ਹੋਵੋ, ਕਿਸੇ ਨੂੰ ਲੈ ਕੇ ਭਰ ਦੇਣਾ, ਇਹ ਪੈਸੇ ਨਾ ਦਿਓ, ਤੇ ਫ੍ਰੀ ਸਰਵਿਸ ਹੈਗੀ, ਹਰ ਇੱਕ ਦੇ ਘਰ ਬੱਚੇ ਪੜ੍ਹੇ ਲਿਖੇ ਹੋ, ਆਪ ਕਰ ਸਕਦੇ, ਜੇ ਨਹੀਂ ਤਾਂ ਜਕਾਰਾ ਮੂਵਮੈਂਟ ਕਾਲ ਕਰੋ। ਤੇ ਦੂਸਰਾ ਜਿਹੜਾ ਮਤਲਬ ਜਿਹੜੇ ਆਪਣੇ ਭਾਈਚਾਰਾ, ਕੋਈ ਸਿੱਖ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਜਿਹੜੇ ਪੰਜਾਬੀ ਪਰਿਵਾਰ ਹੈਗੇ ਉਹ ਪੰਜਾਬੀ ਜ਼ਰੂਰ ਭਰੋ, ਬੇਸ਼ੱਕ ਉਹ ਪੰਜਾਬੀ ਨਹੀਂ ਬੋਲਦੇ ਪਰ ਉਹਨਾਂ ਦੀ ਗਿਣਤੀ ਹੋ ਸਕਦੀ ਹੈ, ਇਹ ਜ਼ਰੂਰ ਬੇਨਤੀ ਹੈ ਕਰੋ। ਤੇ ਮੇਰਾ ਕੁਐਸਚਨ ਹਰਜੀਤ ਸਿੰਘ ਜੀ ਇਹ ਆ ਵੀ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿੰਦੇ ਇਹਦੇ ਟਾਈਮ ਲਿਮਿਟ ਕੀ ਹੈ, ਇਹਦਾ ਵੀ ਡੂ ਡੇਟ ਕਰਤੇ ਹੀ ਮੈਂ ਭਰ ਸਕਦੇ ਫਾਰਮ, ਇਹ ਜ਼ਰੂਰ ਦੱਸਿਓ ਜੀ। ਜੀ ਥੈਂਕ ਯੂ ਜੀ, ਸਤਨਾਮ ਜੀ, ਥੈਂਕ ਯੂ। ਡਿਊ ਡੇਟ ਐਕਚੁਅਲੀ ਕਾਫੀ ਲੰਬਾ ਸਮਾਂ ਸਾਡੇ ਕੋਲ ਹੈਗਾ ਭਰਨੇ ਵਾਸਤੇ, ਤੁਸੀਂ
ਐਂਡ ਆਫ ਮੇ ਜੂਨ ਤੱਕ ਵੀ ਭਰ ਸਕਦੇ ਹਾਂ ਫੋਰਮ, ਪਰ ਗੱਲ ਇੱਦਾਂ ਆ, ਪਹਿਲਾਂ ਜੇ ਤੁਸੀਂ ਆਪਣੇ ਆਨਲਾਈਨ ਨਹੀਂ ਭਰੀ ਫੋਰਮ, ਮੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਪੇਪਰ ਫੋਰਮ ਭੇਜਣੇ ਆ, ਸੋ ਉਹ ਜਾ ਉਹ ਸ਼ਾਇਦ ਸੋਚਦੇ ਹੋਣੇ ਵੀ ਜੇ ਤੁਸੀਂ ਆਨਲਾਈਨ ਨਹੀਂ ਭਰੀ, ਤੁਹਾਨੂੰ ਪੇਪਰ ਫੋਰਮ ਚਾਹੀਦੀ ਹੋਵੇ, ਉਹ ਫਿਰ ਤੁਹਾਨੂੰ ਪੇਪਰ ਫੋਰਮ ਭੇਜਣੀਆਂ ਸ਼ੁਰੂ ਕਰੂੰਗੇ। ਜੇ ਤੁਸੀਂ ਉਹ ਫਿਰ ਵੀ ਪੇਪਰ ਫੋਰਮ ਨਾ ਭਰੀ, ਆਨਲਾਈਨ ਨਹੀਂ ਭਰਿਆ, ਫਿਰ ਐਕਚੁਲੀ ਜੂਨ ਦੇ ਵਿੱਚ ਜਿਹੜੇ ਸੈਂਸਸ ਇੰਪਲੋਈਜ਼ ਹੈਗੇ ਆ, ਉਹਨਾਂ ਨੂੰ ਇਨੂਮਰੇਟਰ ਕਿਹਾ ਜਾਂਦਾ ਹੈ, ਉਹ ਤੁਹਾਡੇ ਘਰ ਨੂੰ ਆ ਕੇ ਡੋਰ ਵਜਾ ਕੇ ਉਹ ਫਿਰ ਆਪ ਭਰਦੇ ਆ ਤੁਹਾਡੀ ਫੋਰਮ, ਤੁਹਾਨੂੰ ਕੁਐਸਚਨ ਵੱਖਰੇ ਸਵਾਲ ਪੁੱਛ ਪੁੱਛ ਕੇ, ਫਿਰ ਉਹਦੇ ਹਿਸਾਬ ਨਾਲ ਤੁਸੀਂ ਜੂਨ ਤੱਕ ਤੁਹਾਡੇ ਕੋਲ ਸਮਾਂ ਹੈਗਾ ਆ ਭਰਨੇ ਵਾਸਤੇ, ਪਰ ਜਿੰਨਾ ਵੀ ਤੁਸੀਂ ਜਲਦੀ ਭਰ ਸਕਦੇ ਆ ਉਨਾ ਬੈਟਰ ਹੈਗਾ ਆ, ਕਿਉਂਕਿ ਫਿਰ ਤੁਹਾਨੂੰ ਉਹ ਵਾਧੂ ਫੋਰਮ ਨਹੀਂ ਭੇਜੂਗੇ, ਵਾਧੂ ਚਿੱਠੀ ਨਹੀਂ ਭੇਜੂਗੇ, ਤੇ ਤੁਹਾਡੇ ਲਈ ਉਹ ਫਿਰ ਕਨਫਿਊਜ਼ਿੰਗ ਨਹੀਂ ਹੋਊਗਾ, ਉਹ ਫਿਰ ਪਹਿਲੀ ਹਟ ਜੂਗੇ, ਉਹਨਾਂ ਨੇ ਮਾਰਕ ਕਰ ਲੈਣਾ ਕਿ ਤੁਸੀਂ ਫੋਰਮ ਭਰਤੀ, ਤੇ ਤੁਹਾਨੂੰ ਦੁਬਾਰਾ ਕੰਟੈਕਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜੀ ਜੀ, ਸੋ ਮੈਂ ਬਸ ਐਡ ਕਰਨਾ ਚਾਹੁੰਦੀ ਹਾਂ ਕਿ ਵੀ ਭਾਵੇਂ ਆਪਾਂ ਨੂੰ ਥੋੜਾ ਜਾਂ ਤਾਂ ਡਰ ਹੋਵੇ, ਜਾਂ ਆਪਾਂ ਜਾਗਦੇ ਹਾਂ ਕਿ ਵੀ ਆਪਣੇ ਡੋਰ ਤੇ ਕੋਈ ਆਵੇ ਇਹ ਜਿਸ ਕੋਈ ਸਵਾਲ ਪੁੱਛੇ, ਤਾਂ ਇਹ ਵੀ ਥੋੜੀ ਜਿਹੀ ਮੋਟੀਵੇਸ਼ਨ ਹੈ ਕਿ ਵੀ ਆਪਾਂ ਜਲਦੀ ਭਰੀਏ, ਹਾਂਜੀ, ਤਾਂ ਕਿ ਆਪਾਂ ਉਹ ਚੀਜ਼ ਅਵੋਇਡ ਕਰ ਸਕੀਏ, ਕਿਉਂਕਿ ਬੇਸ਼ਕ ਡਰ ਤਾਂ ਨੀ ਹੋਣਾ ਚਾਹੀਦਾ, ਭਾਵੇਂ ਉਹ ਤੁਹਾਡੇ ਡੋਰ ਤੇ ਵੀ ਆ ਜਾਣ, ਉਹਨਾਂ ਨੇ ਕੁਛ ਇਹੋ ਜਿਹਾ ਨੀ ਪੁੱਛਣਾ, ਤੇ ਪੁੱਛਣਾ ਵੀ ਨੀ ਚਾਹੀਦਾ, ਤੇ ਜੇ ਉਹ ਪੁੱਛਦੇ ਨੇ ਤਾਂ ਤੁਸੀਂ ਸਾਨੂੰ ਵੀ ਦੱਸ ਸਕਦੇ ਹੋ, ਪਰ ਆਪਾਂ ਉਹੀ ਚੀਜ਼ ਅਵੋਇਡ ਕਰਨੀ ਹੈ ਕਿ ਵੀ ਆਪਾਂ ਜਲਦੀ ਤੋਂ ਜਲਦੀ ਭਰ ਸਕੀਏ। ਜੀ ਜੀ ਬਿਲਕੁਲ, ਸੋ ਜੀ ਹਰਜੀਤ, ਥੋੜਾ ਕਲੀਅਰਫਾਈ ਕਰਨਾ, ਐਗਜ਼ੈਕਟ ਡੇਟਸ ਹੁਣੀ ਦੇਖੇ ਆ, ਤੇ ਐਗਜ਼ੈਕਟ ਡੇਟਸ ਦੱਸ ਰਹੇ ਆ ਵੀ ਮਈ 13 ਤੋਂ ਸ਼ੁਰੂ ਉਹ ਇਨੂਮਰੇਟਰ ਸੈਂਸਸ ਦੇ ਇੰਪਲੋਈ ਘਰਾਂ ਨੂੰ ਜਾਣ ਨੂੰ ਸ਼ੁਰੂ ਕਰੂੰਗੇ, ਸੋ ਉਹ ਮਈ 13 ਦੀ ਤਰੀਕ ਹੈ, ਇਸ ਕਰਕੇ ਰੈਕਮੈਂਡ ਕਰਦੇ ਆ ਸੈਂਸਸ ਵਿੱਚ ਤੁਸੀਂ 30 April ਤੋਂ ਪਹਿਲਾਂ ਪਹਿਲਾਂ ਭਰੋ, ਜੇ ਤੁਸੀਂ 30 April ਤੋਂ ਪਹਿਲਾਂ ਭਰਦੇ ਆ ਉਹ ਫਿਰ ਨਹੀਂ ਤੁਹਾਡੇ ਘਰ ਨੂੰ ਇਨੂਮਰੇਟਰ ਭੇਜੂਗੇ, ਪਰ ਸ਼ਾਇਦ ਜੇ ਤੁਸੀਂ ਮਈ 5 ਨੂੰ ਭਰਤਾ, ਉਹਨਾਂ ਦਾ ਸਕੈਜੂਲ ਆਲਰੇਡੀ ਬਣਿਆ ਹੁੰਦਾ ਇਨੂਮਰੇਟਰ ਦਾ, ਫਿਰ ਸ਼ਾਇਦ ਤੁਹਾਡੇ ਘਰ ਨੂੰ ਆਉਂਗੇ, ਤੁਹਾਡੀ ਬਿੱਲ ਵਜਾਉਂਗੇ, ਸੋ ਰੈਕਮੈਂਡੇਸ਼ਨ ਹੈਗੀ ਵੀ ਤੁਸੀਂ 30 April ਤੋਂ ਪਹਿਲਾਂ ਪਹਿਲਾਂ ਭਰੋ। ਜੀ ਜੀ ਬਿਲਕੁਲ, ਸੋ ਰਾਈਟ ਨਾ ਭਰਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ ਆ, 30 April ਤੋਂ ਪਹਿਲਾਂ ਪਹਿਲਾਂ ਜਿਹੜੇ ਆ ਉਹ ਭਰੋ, ਕਿਉਂਕਿ ਯੂ ਨੈਵਰ ਨੋ ਜਿਹੜੇ ਸਕੈਮਰਸ ਨੇ ਉਹ ਅਜਿਹੀਆਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਵੀ ਉਹ ਉਠਾਉਂਦੇ ਨੇ, ਸੋ ਅਜਿਹੀਆਂ ਚੀਜ਼ਾਂ ਤੋਂ ਜਿਹੜਾ ਆਪਾਂ ਪਹਿਲਾਂ ਹੀ ਬਚ ਜਾਈਏ, ਪਹਿਲਾਂ ਹੀ ਜਿਹੜੇ ਆਪਣੇ ਫੋਰਮ ਆ ਉਹ ਔਨਲਾਈਨ ਭਰ ਦਈਏ, ਜਾਂ ਫੋਨ ਦੇ ਉੱਤੇ ਜਿਹੜਾ ਉਹ ਭਰ ਸਕਦੇ ਹੋ ਤੁਸੀਂ, ਫੈਕਸ ਸੋਰੀ ਮੇਲ ਜਿਹੜਾ ਆ ਉਹ ਤੁਸੀਂ ਉਹਨਾਂ ਨੂੰ ਘੱਲ ਸਕਦੇ ਹੋ, ਸੋ ਸਾਰੀਆਂ ਚੀਜ਼ਾਂ ਅਵੇਲੇਬਲ ਆ, ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਟਰਾਈ ਕਰਨੀ ਆ ਵੀ ਤੁਹਾਨੂੰ ਜਿਹੜਾ ਗਿਣ ਜਿਹੜਾ ਆਪਾਂ ਉਹ ਜਲਦੀ ਤੋਂ ਜਲਦੀ ਉਹ ਲਈਏ, ਅਤੇ ਇਹ ਬਹੁਤ ਜ਼ਰੂਰੀ ਆ, ਆਪਣਾ ਫਰਜ਼ ਵੀ ਬਣਦਾ ਆ ਵੀ ਆਪਾਂ ਇਹਨਾਂ ਨੂੰ ਜਿਹੜਾ ਜਲਦੀ ਜਲਦੀ ਆਪਣੇ ਆਪ ਨੂੰ ਹੀ ਗਿਣਤੀ ਜਿਹੜਾ ਉਹ ਕਰਾਈਏ। ਸੋ ਇੱਕ ਚੀਜ਼ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਮੈਂ ਕਲੀਅਰ ਕਰਨਾ ਚਾਹੁੰਦਾ, ਜੇ ਕਿਸੇ ਦੇ ਕਾਗਜ਼ ਹੈਗੇ ਆ, ਕਿਸੇ ਦੇ ਕਾਗਜ਼ ਨਹੀਂ ਬਣੇ ਹੋਏ, ਉਸ ਦਾ ਕੋਈ ਇਸ ਦੇ ਵਿੱਚ ਮੈਟਰ ਨਹੀਂ ਕਰਦਾ, ਕਿਸੇ ਨੂੰ ਵੀ ਡਰਨ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਆ, ਇਹ ਭਰਨਾ ਜ਼ਰੂਰੀ ਆ, ਇਹ ਸਾਰਿਆਂ ਦੇ ਭਰਨ ਦੇ ਲਈ ਆ, ਇੱਥੇ ਇਹਨਾਂ ਨੇ ਇਹ ਨਹੀਂ ਗਿਣਨਾ ਵੀ ਕਿਹੜੇ ਲੀਗਲ ਆ ਅਤੇ ਕਿਹੜੇ ਇਲੀਗਲ ਆ, ਕਿਹੜੇ ਅਨਡਾਕੂਮੈਂਟਡ ਆ ਅਤੇ ਕਿਹੜੇ ਕੋਈ ਸਿਟੀਜ਼ਨ ਆ, ਕੋਈ ਗ੍ਰੀਨ ਕਾਰਡ, ਡਜ਼ ਨਾਟ ਮੈਟਰ, ਉਹਨਾਂ ਨੇ ਬਸ ਇਹ ਗਿਣਨਾ ਵੀ ਕਿੰਨੇ ਲੋਕ ਰਹਿੰਦੇ ਆ, ਤਾਂ ਜੋ ਜੇ ਕਿਸੇ ਨੇ ਉਹਨਾਂ ਨੇ ਦੇਖਣਾ ਵੀ ਜੇ ਕੋਈ ਨਵਾਂ ਬੱਸ ਸਰਵਿਸ ਸ਼ੁਰੂ ਕਰਨੀ ਆ, ਕਿਤੇ ਕੋਈ DMV ਵਾਲਾ ਜਿਹੜਾ ਉਹ ਉਹਨਾਂ ਨੇ ਖੋਲ੍ਹਣਾ ਆ, ਜਾਂ ਕੋਈ ਵੀ ਉਹਨਾਂ ਨੇ ਸੁਵਿਧਾ ਸਰਕਾਰੀ ਜਿਹੜੀ ਉਹਨਾਂ ਨੇ ਕਰਨੀ ਆ, ਉਹ ਇਹ ਸਾਰੀ ਗਿਣਤੀ ਦੇ ਮੁਤਾਬਕ ਜਿਹੜੀ ਉਹ ਹੋਣੀ ਆ, ਕਿੰਨੇ ਲੋਕ ਜਿਹੜੇ ਉੱਥੇ ਰਹਿੰਦੇ ਨੇ ਅਤੇ ਕਿੱਦਾਂ ਦੀਆਂ ਸੇਵਾਵਾਂ ਕਿੰਨੀ ਕੁ ਮਾਤਰਾ ਦੇ ਵਿੱਚ ਜਿਹੜੀਆਂ ਉੱਥੇ ਚਾਹੀਦੀਆਂ ਆ। ਸੋ ਤੁਸੀਂ ਅਸਾਈਲਮ ਵਾਲੇ ਹੋ, ਤੁਸੀਂ ਰਿਫਿਊਜੀ ਹੋ, ਤੁਸੀਂ ਇੱਥੇ ਕਿਸੇ ਵੀ ਤੁਹਾਡੇ ਗ੍ਰੀਨ ਕਾਰਡ ਵਾਲੇ ਹੋ, ਚਾਹੇ ਤੁਹਾਡੇ ਕੋਲ ਕਿਸੇ ਤਰੀਕੇ ਦਾ ਕੋਈ ਕਾਗਜ਼ ਨਹੀਂ ਵੀ ਹੈਗਾ, ਤੁਸੀਂ ਸਿਟੀਜ਼ਨ ਹੋ, ਬਾਏ ਬਰਥ ਹੋ ਇੱਥੇ, ਨੈਚੁਰਲਾਈਜ਼ਡ ਹੋ, ਡਜ਼ ਨਾਟ ਮੈਟਰ, ਚਾਹੇ ਨਿਆਣਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਆ, ਚਾਹੇ ਉਮਰ ਜਿੰਨੀ ਮਰਜ਼ੀ ਹੈਗੀ ਆ, ਸੋ ਸਾਰਿਆਂ ਨੇ ਇਹ ਜਿਹੜਾ ਫੋਰਮ ਦੇ ਨੂੰ ਜਿਹੜਾ ਉਹ ਭਰਨਾ ਹੈਗਾ ਆ। ਸੋ ਇਹ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੈ। ਅਤੇ ਇੱਕ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਿੱਥੇ ਉਹ ਰਹਿੰਦੀ ਆ, ਤੁਸੀਂ ਨਾ ਭਰਿਓ ਉਹਨੂੰ, ਮੇਕ ਸ਼ੋਰ ਕਰਿਓ ਜਿੱਥੇ ਉਹ ਰਹਿੰਦੀ ਆ ਉੱਥੇ ਉਹ ਜ਼ਰੂਰ ਭਰੇ।
ਠੀਕ ਹੈ ਜੀ, ਠੀਕ ਹੈ ਹਰਜੀਤ ਸਿੰਘ ਜੀ ਇੱਦਾਂ ਹੀ ਜਿੱਥੇ ਵੀ ਉਹ ਰਹਿ ਰਹੇ ਆ ਤੇ ਉਹਨਾਂ ਨੂੰ ਜੇ ਉੱਥੇ ਫੋਰਮ ਮਿਲੀ ਹੈਗੀ ਆ ਤੇ ਉੱਥੇ ਉਸ ਫੋਰਮ ਤੇ ਕੋਡ ਉਹਨਾਂ ਦਾ ਉਸ ਐਡਰੈਸ ਦਾ ਹੈਗਾ ਆ, ਜੇ ਉਹਨਾਂ ਨੂੰ ਫੋਰਮ ਮਿਲੀ ਆ ਜ਼ਰੂਰ ਉਹਨਾਂ ਨੂੰ ਉੱਥੇ ਭਰਨੀ ਚਾਹੀਦੀ ਆ ਕਿਉਂਕਿ ਜ਼ਿਆਦਾ ਟਾਈਮ ਉੱਥੇ ਰਹਿੰਦੇ ਆ। ਸੋ ਇਸ ਤਰ੍ਹਾਂ ਕਾਫੀ ਯੂਨੋ ਜਦੋਂ ਵੀ ਫੈਮਿਲੀ ਵਿੱਚ ਆਪਣੇ ਰਿਸ਼ਤੇਦਾਰ ਕਈ ਜਗ੍ਹਾ ਵਿੱਚ ਰਹਿੰਦੇ ਆ ਜਾਂ ਪਤਾ ਨਹੀਂ ਹੁੰਦਾ ਉਹਨਾਂ ਨੂੰ, ਬਸ ਕਾਲ ਕਰਕੇ ਕਲੀਅਰ ਕਰ ਲਓਵੇ ਜੇ ਉਹਨਾਂ ਨੂੰ ਫੋਰਮ ਉਹਨਾਂ ਦੇ ਉੱਥੇ ਵੱਖਰੇ ਐਡਰੈਸ ਵਾਸਤੇ ਮਿਲੀ ਹੈ ਜਾਂ ਨਹੀਂ ਮਿਲੀ ਹੈ, ਤੇ ਉਹਦੇ ਹਿਸਾਬ ਨਾਲ ਤੁਸੀਂ ਫਿਰ ਇੱਕ ਦੂਜੇ ਨਾਲ ਸਲਾਹ ਕਰ ਸਕਦੇ ਆ ਵੀ ਤੁਸੀਂ ਹਾਂਜੀ ਉੱਥੇ ਰਹਿੰਦੇ ਆ ਜਾਂ ਤਾਂ ਉੱਥੇ ਭਰਨੀ ਚਾਹੀਦੀ ਆ। ਥੈਂਕ ਯੂ ਜੀ। ਸੋ ਇਹ ਵੀ ਆਪਾਂ ਜੇ ਇੱਕ ਵਾਰੀ ਫੇਰ ਜਿਹੜਾ ਕਲੀਅਰ ਕਰ ਦਈਏ, ਜਿਹੜਾ ਕੋਈ ਜਿੱਦਾਂ ਛੁੱਟੀਆਂ ਮਨਾਉਣ ਦੇ ਲਈ ਕਿਸੇ ਕੁਛ ਸਮੇਂ ਦੇ ਲਈ, ਕੁਛ ਹਫ਼ਤਿਆਂ ਦੇ ਲਈ ਜਾਂ ਇੱਕ ਅੱਧੇ ਮਹੀਨੇ ਦੇ ਲਈ ਵੀ ਆਇਆ ਆ, ਚਾਹੇ ਉਹ ਕਾਲਜ ਦੇ ਵਿੱਚੋਂ ਵੀ ਆ, ਸੋ ਜਿੱਥੇ ਉਹਨਾਂ ਨੇ ਬਹੁਤਾ ਸਮਾਂ ਬਤੀਤ ਕਰਨਾ, ਜਿੱਥੇ ਉਹਨਾਂ ਨੇ ਬਹੁਤਾ ਸਮਾਂ ਰਹਿਣਾ ਆ, ਕਿਰਪਾ ਕਰਕੇ ਉੱਥੇ ਦਾ ਜਿਹੜਾ ਉਹ ਭਰਿਆ ਜਾਵੇ, ਕਿਉਂਕਿ ਸਹੂਲਤਾਂ ਉਹਨਾਂ ਨੂੰ ਉਹਨਾਂ ਨੇ ਉੱਥੇ ਗਿਣ ਕੇ ਉੱਥੇ ਜਿਹੜੀਆਂ ਉਹ ਦੇਣੀਆਂ ਆ, ਨਾ ਕਿ ਜਿੱਥੇ ਉਹਨਾਂ ਨੇ ਥੋੜ੍ਹੇ ਚਿਰ ਦੇ ਲਈ ਜਿਹੜਾ ਆ ਉਹ ਰਹਿਣ ਦੇ ਲਈ ਆਉਣਾ ਆ। ਸੋ ਜਿੱਦਾਂ ਇਹ ਬਹੁਤ ਵਧੀਆ ਜਿਹੜਾ ਉਦਾਹਰਣ ਸੀ, ਜਿੱਦਾਂ ਇਹਨਾਂ ਨੇ ਪੁੱਛਿਆ ਵੀ LA ਦੇ ਵਿੱਚ ਉੱਦਾਂ ਉਹ ਜ਼ਿਆਦਾ ਸਮਾਂ ਰਹਿੰਦੇ ਆ ਪਰ ਛੁੱਟੀਆਂ ਮਨਾਉਣ ਦੇ ਲਈ ਇੱਥੇ ਆਉਣਾ ਆ, ਪਰ ਜਿੱਦਾਂ ਹਰਜੀਤ ਨੇ ਵੀ ਦੱਸਿਆ ਵੀ ਜੇ ਉਹਨਾਂ ਨੂੰ ਫੋਰਮ ਉੱਥੇ ਮਿਲਿਆ ਆ ਤਾਂ ਉਹਨਾਂ ਨੂੰ ਉੱਥੇ ਹੀ ਭਰਨਾ ਜਿਹੜਾ ਉਹ ਚਾਹੀਦਾ ਆ। ਅਤੇ ਮੈਂ ਇਹ ਵੀ ਹਰਜੀਤ ਅਤੇ ਮਨਪ੍ਰੀਤ ਸੁਣਿਆ ਸੀਗਾ ਵੀ ਜਿਹੜੇ ਸੈਂਸਸ ਵਾਲੇ ਉਹ ਕੈਂਪਸਿਸ ਦੇ ਵਿੱਚ ਵੀ ਜਾਣਗੇ ਜਿਹੜੇ ਨਿਆਣਿਆਂ ਦੀ ਗਿਣਤੀ ਕਰਨ ਲਈ। ਉਹਨਾਂ ਨੇ ਕੈਂਪਸ ਵਿੱਚ ਨਹੀਂ ਜਾਣਾ ਪਰ ਕਿਉਂਕਿ ਉੱਥੇ ਵੀ ਉਹਨਾਂ ਦੇ ਐਡਰੈਸ ਹੈਗੇ ਆ ਬੱਚਿਆਂ ਦੇ, ਸੋ ਉਸ ਐਡਰੈਸ 'ਤੇ ਉਹਨਾਂ ਨੂੰ ਫੋਰਮ ਮਿਲਣੇ ਆ ਆਪਣੇ ਵੱਖਰੇ ਵੱਖਰੇ। ਪਰ ਰਾਈਟ ਨਾਓ ਤਾਂ ਐਨੀਵੇਜ਼ ਕਰੋਨਾ ਵਾਇਰਸ ਦੇ ਕਰਕੇ ਸਾਰੇ ਬੱਚਿਆਂ ਨੂੰ ਜ਼ਿਆਦਾਤਰ ਕੈਂਪਸਿਸ ਦੇ ਵਿੱਚੋਂ ਵਾਪਸ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਸੋ ਜੇ ਬਾਏ ਚਾਂਸ ਕੋਈ ਇੱਥੇ ਆ ਅਤੇ ਚਿੱਠੀ ਉਹਨਾਂ ਨੂੰ ਪਿੱਛੋਂ ਬਾਅਦ ਦੇ ਵਿੱਚ ਮਿਲੀ ਆ, ਸੋ ਜਿੱਦਾਂ ਮਨਪ੍ਰੀਤ ਨੇ ਪਹਿਲਾਂ ਦੱਸਿਆ ਸੀ ਆਪਣਾ ਐਡਰੈਸ ਭਰ ਕੇ ਵੀ ਉੱਥੇ ਦਾ ਜਿੱਥੇ ਉਹ ਰਹਿੰਦੇ ਐਡਰੈਸ ਭਰ ਕੇ ਵੀ ਉਸਨੂੰ ਫੋਰਮ ਨੂੰ ਫਿਲ ਆਊਟ ਕਰ ਸਕਦੇ ਨੇ। ਹਾਂਜੀ, ਤੁਸੀਂ ਜਿਹੜਾ ਵੀ ਬੱਚੇ ਦਾ ਐਡਰੈਸ ਭਾਵੇਂ ਜਿਵੇਂ ਸੋ ਜਿਹੜੇ ਭਾਜੀ ਨੇ ਫੋਨ ਕੀਤਾ ਸੀ ਉਹਨਾਂ ਦੇ ਬੱਚੇ LA ਪੜ੍ਹਦੇ ਨੇ, ਉਹ ਬੱਚੇ ਨੇ ਫਿਰ ਜਿਹੜਾ ਆਪਦਾ ਐਡਰੈਸ ਆ, ਕਿਉਂਕਿ ਭਾਵੇਂ ਤੁਸੀਂ ਡੋਰਮ ਦੇ ਵਿੱਚ ਰਹਿੰਦੇ ਹੋ, ਭਾਵੇਂ ਤੁਸੀਂ ਅਪਾਰਟਮੈਂਟ ਲਿਆ ਹੋਇਆ ਨੇੜੇ ਤੇੜੇ, ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਪੰਜ ਛੇ ਜਾਣਿਆਂ ਨਾਲ, ਤੁਹਾਡਾ ਉਹੀ ਐਡਰੈਸ ਮੇਲਿੰਗ ਐਡਰੈਸ ਤੁਹਾਨੂੰ ਦਿੱਤਾ ਜਾਂਦਾ, ਡੋਰਮਸ ਦੇ ਵਿੱਚ ਵੀ ਦਿੱਤਾ ਜਾਂਦਾ। ਸੋ ਜੇ ਤੁਹਾਨੂੰ ਚਿੱਠੀਆਂ ਨਹੀਂ ਮਿਲਦੀਆਂ ਜਿਹੜੀਆਂ ਸ਼ਾਇਦ ਹੁਣ ਤੁਹਾਡੇ ਉੱਥੇ ਡੋਰਮ ਦੇ ਵਿੱਚ ਜਾ ਰਹੀਆਂ ਨੇ, ਅਪਾਰਟਮੈਂਟ ਵਿੱਚ ਜਾ ਰਹੀਆਂ ਨੇ, ਪਰ ਤੁਸੀਂ ਇੱਥੇ ਸ਼ਾਇਦ ਭਾਵੇਂ ਫਰੈਜ਼ਨੋ ਆ ਗਏ ਕਿਉਂਕਿ ਕਰੋਨਾ ਵਾਇਰਸ ਕਰਕੇ ਤੁਸੀਂ ਇੱਥੇ ਘਰ ਆ ਗਏ, ਤੁਸੀਂ ਫਿਰ ਵੀ ਆਨਲਾਈਨ ਜਾ ਕੇ ਆਪਦਾ ਐਡਰੈਸ ਸਰਚ ਕਰ ਲਓ ਤੇ ਤੁਸੀਂ ਆਨਲਾਈਨ ਭਰ ਸਕਦੇ ਹੋ, ਜਾਂ ਭਾਵੇਂ ਸਾਨੂੰ ਫੋਨ ਕਰ ਲਓ ਜਾਂ ਸੈਂਸਸ ਵਾਲਿਆਂ ਨੂੰ ਵੀ ਫੋਨ ਕਰ ਲਓ, ਫਿਰ ਤੁਸੀਂ ਉਹਦੇ ਰਾਹੀਂ ਵੀ ਭਰ ਸਕਦੇ ਹੋ, ਕਿਉਂਕਿ ਹੁਣ ਸ਼ਾਇਦ ਕਿਉਂਕਿ ਸਰਕਮਸਟੈਂਸਸ ਕਰਕੇ ਤੁਹਾਡੀ ਮੇਲ ਵੀ ਤੁਹਾਨੂੰ ਇਨਐਕਸੈਸਿਬਲ ਹੋਊਗੀ। ਜੀ ਜੀ ਬਿਲਕੁਲ। ਸੋ ਨੰਬਰ ਵੀ ਆਪਾਂ ਇਹਨਾਂ ਦਾ ਸ਼ੇਅਰ ਕਰਦੇ, ਕੁਝ ਹੋਰ ਕਾਲਰ ਵੀ ਆਪਣੇ ਨਾਲ ਜੁੜੇ ਨੇ। ਕੁਲਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੁਲਵੀਰ, ਹਾਂਜੀ ਕੁਲਵੀਰ ਸਿੰਘ ਜੀ। ਹਾਂਜੀ, ਮੈਂ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਕੀ ਸਵਾਲ ਹੈ ਤੁਹਾਡਾ? ਹਾਂਜੀ, ਕਿਸੇ ਵੀਰ ਨੇ ਸਵਾਲ ਕੀਤਾ ਸੀਗਾ, ਇਹ ਰੇਸ ਦਾ ਕੁਐਸਚਨ ਆ ਕਿ ਇਹਦੇ ਤੇ ਆਪਾਂ ਉਹਨੂੰ ਕਿ ਉਹਨੇ ਪੁੱਛਿਆ ਸੀ ਕੀ ਪਾਉਣਾ ਚਾਹੀਦਾ ਤੇ ਉਹਨੂੰ ਦੱਸਿਆ ਗਿਆ ਸੀ ਕਿ ਏਸ਼ੀਅਨ ਇੰਡੀਅਨ ਤੇ ਨਹੀਂ ਕਰਨਾ ਆਪਾਂ ਜਾਂ ਪੰਜਾਬੀ ਪਾਉਣਾ ਤੇ ਜਾਂ ਸਿੱਖ ਪਾਉਣਾ, ਤੇ ਉੱਥੇ ਮੇਰਾ ਸਵਾਲ ਉੱਠਦਾ ਕਿਉਂ ਕਿ ਇਹ ਆਪਾਂ ਕਿਸ ਵਾਸਤੇ ਕਰ ਰਹੇ ਹਾਂ ਜੀ? ਉਹ ਆਲਰੇਡੀ ਵੈਸੇ ਉਹਨਾਂ ਨੇ ਐਕਸਪਲੇਨ ਕੀਤਾ, ਜੇ ਤੁਸੀਂ ਪਹਿਲਾਂ ਉਸ ਤੋਂ ਇਸ ਸਵਾਲ ਨੂੰ ਸੁਣਿਆ ਹੁੰਦਾ ਜੇ ਪ੍ਰੋਗਰਾਮ ਨੂੰ, ਤਾਂ ਉਹਨਾਂ ਨੇ ਆਂਸਰ ਦਿੱਤਾ ਸੀ। ਪਰ ਤੁਸੀਂ ਚਲੋ ਕੋਈ ਨਹੀਂ, ਰਿਪੀਟ ਜਿਹੜਾ ਇਸਦਾ ਫੇਸਬੁੱਕ ਦੇ ਉੱਤੇ ਆਪਾਂ ਨਾਲ ਦੇ ਨਾਲ ਹੈਗਾ ਆ, ਇਸ ਨੂੰ ਜਿਹੜਾ ਤੁਸੀਂ ਦੁਬਾਰਾ ਵੀ ਸੁਣ ਸਕਦੇ ਹਾਂ। ਅਤੇ ਅਨਲੈਸ ਮਨਪ੍ਰੀਤ ਹਰਜੀਤ ਜੇ ਤੁਸੀਂ ਥੋੜ੍ਹਾ ਜਿਹਾ ਇਸ ਦੇ ਉੱਤੇ ਟੱਚ ਅਪ ਕਰਨਾ ਚਾਹੁੰਦੇ ਹੋ। ਹਾਂਜੀ, ਬੇਸਿਕਲੀ ਜਾਂ ਤਾਂ ਜੇ ਤੁਸੀਂ ਪੰਜਾਬੀ ਜਾਂ ਸਿੱਖ ਲਿਖਦੇ ਆ, ਮੇਨ ਗੱਲ ਇਹੀ ਆ ਵੀ ਉਹਦੇ ਹਿਸਾਬ ਨਾਲ ਆਪਣੀ ਸਪੈਸੀਫਿਕ ਗਿਣਤੀ ਹੁੰਦੀ ਆ, ਤੇ ਉਸ ਗਿਣਤੀ ਦੇ ਹਿਸਾਬ ਨਾਲ ਅਸੀਂ ਆਪਣੇ
ਲੋਕਾਂ ਲਈ ਆਪਣੀ ਕਮਿਊਨਿਟੀ ਵਾਸਤੇ ਜ਼ਿਆਦਾ ਸਹੂਲਤਾਂ ਮੰਗ ਸਕਦੇ ਹਾਂ, ਆਪਣੇ ਹੱਕਾਂ ਵਾਸਤੇ ਮੰਗ ਖੜ ਸਕਦੇ ਹਾਂ ਵੀ ਸਾਡੀ ਗਿਣਤੀ ਇਸ ਇਲਾਕੇ ਵਿੱਚ ਇੰਨੀ ਹੈਗੀ ਆ, ਉਸ ਲਈ ਤੁਹਾਨੂੰ ਸਾਨੂੰ ਇਸ ਚੀਜ਼ ਦੀਆਂ ਜ਼ਿਆਦਾ ਸਹੂਲਤਾਂ ਚਾਹੀਦੀਆਂ ਜਾਂ ਇਸ ਚੀਜ਼ ਦੀਆਂ ਚਾਹੀਦੀਆਂ, ਜਾਂ ਸਾਡੇ ਜੋ ਆਪਣੇ ਲੋਕ ਹੈਗੇ ਆ, ਪੰਜਾਬੀ ਹੈਗੇ, ਸਿੱਖ ਹੈਗੇ, ਇੱਥੇ ਅਸੀਂ ਸਾਨੂੰ ਇੱਥੇ ਸਕੂਲ ਇੱਕ ਬਣਨਾ ਚਾਹੀਦਾ ਆ, ਜਾਂ ਇੱਥੇ ਜਿਹੜੇ ਇੱਥੇ ਦੇ ਸੜਕਾਂ ਆ ਉਹ ਫਿਕਸ ਕਰਨੀਆਂ ਚਾਹੀਦੀਆਂ। ਉਹ ਗਿਣਤੀ ਦੇ ਹਿਸਾਬ ਨਾਲ ਅਸੀਂ ਜ਼ਿਆਦਾ ਉਹ ਡੇਟਾ ਸ਼ੇਅਰ ਕਰਕੇ ਆਪਣੇ ਹੱਕਾਂ ਵਾਸਤੇ ਖੜ ਸਕਦੇ ਹਾਂ। ਜੀ ਜੀ ਬਿਲਕੁਲ। ਅਗਲੇ ਜਿਹੜੇ ਪਰ ਆਪਣੇ ਜਾਂ ਤਾਂ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰੇ ਦੀਆਂ ਜਿਹੜੀਆਂ ਫਸੂਤਾਂ ਆਪਾਂ ਨੂੰ ਚਾਹੀਦੀਆਂ ਨੇ, ਜਿਹੜੀਆਂ ਆਪਣੇ ਨੀਡਸ ਨੇ, ਉਹ ਬਹੁਤ ਵੱਖਰੀਆਂ ਹੁੰਦੀਆਂ ਨੇ। ਭਾਵੇਂ ਕੋਈ ਵੀ ਹੋਰ ਤੁਸੀਂ ਏਸ਼ੀਅਨ ਇੰਡੀਅਨ ਗਿਣ ਲਓ, ਆਪਣੇ ਜਿਹੜੇ ਲੈਂਗੁਏਜ ਰਾਈਟਸ ਨੇ, ਹੁਣ ਤੁਸੀਂ ਫੋਰ ਐਗਜ਼ਾਮਪਲ, ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਪਰ ਜਿਹੜਾ ਸੈਂਸਸ ਈਵਨ ਫਾਰਮ ਜਿਹੜਾ ਪ੍ਰਿੰਟ ਕੀਤਾ ਜਾਂਦਾ ਵਾ ਉਹ ਹੋਰ ਏਸ਼ੀਅਨ ਇੰਡੀਅਨ ਲੈਂਗੁਏਜਿਸ ਦੇ ਵਿੱਚ ਜ਼ਰੂਰ ਪ੍ਰਿੰਟ ਕੀਤਾ ਜਾ ਰਿਹਾ ਵਾ, ਭਾਵੇਂ ਤੁਸੀਂ ਹਿੰਦੀ ਲੈ ਲਓ, ਪਰ ਉਹ ਪੰਜਾਬੀ ਦੇ ਵਿੱਚ ਨਹੀਂ ਪ੍ਰਿੰਟ ਕੀਤਾ ਜਾਂਦਾ। ਈਵਨ ਇਫ ਅਸੀਂ ਸੈਂਸਸ ਬਿਰੋ ਤੋਂ ਉਹ ਡਾਟਾ ਲਿਆ ਕਿ ਵੀ ਪੰਜਾਬੀ ਤੀਜੇ ਨੰਬਰ ਤੇ ਬੋਲੀ ਜਾਂਦੀ ਆ, ਲਿਖੀ ਜਾਂਦੀ ਆ, ਪੜ੍ਹੀ ਜਾਂਦੀ ਆ ਕੈਲੀਫੋਰਨੀਆ ਦੇ ਵਿੱਚ, ਪਰ ਫਿਰ ਵੀ ਉਹਨਾਂ ਨੇ ਫਾਰਮ ਆਪਾਂ ਨੂੰ ਪੰਜਾਬੀ ਦੇ ਵਿੱਚ ਨਹੀਂ ਦਿੱਤਾ ਕਿਉਂਕਿ ਆਲਰੇਡੀ ਉਹ ਪ੍ਰਿੰਟ ਕਰ ਚੁੱਕੇ ਸੀਗੇ। ਹੁਣ ਆਪਣੀ ਇਹੀ ਕੋਸ਼ਿਸ਼ ਆ ਕਿ ਵੀ ਸ਼ਾਇਦ ਅਗਲੀ ਵਾਰੀ ਹੋਵੇ, ਪਰ ਜਿਹੜੀ ਆਪਣੇ ਲੋੜ ਆ ਉਹ ਆਪਾਂ ਨੂੰ ਥੋੜੇ ਜਿਹਾ ਵੱਖਰਾ ਵੀ ਕਰਨਾ ਪਊਗਾ ਕਿ ਵੀ ਆਪਣੀ ਵੱਖਰੀ ਆਈਡੈਂਟੀਟੀ ਕੀ ਹੋ ਸਕਦੀ ਆ। ਤੇ ਇਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਇਹ ਸਿਰਫ ਅਸੀਂ ਨਹੀਂ ਕਰ ਰਹੇ, ਹੋਰ ਬਹੁਤ ਆਪਣੀਆਂ ਜਿਹੜੀਆਂ ਹੋਰ ਕਮਿਊਨਿਟੀਜ਼ ਨੇ ਉਹ ਵੀ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਇਹੀ ਪ੍ਰੋਬਲਮ ਆਉਂਦੀ ਆ ਜਦੋਂ ਉਹ ਆਪਦੇ ਕੋਈ ਵੀ ਰਾਈਟਸ ਲਈ ਐਡਵੋਕੇਟ ਕਰਦੇ ਨੇ, ਉਹਨਾਂ ਨੂੰ ਵੀ ਇਹੀ ਪ੍ਰੋਬਲਮ ਆਉਂਦੀ ਆ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰੀਏ। ਪਰਮਜੀਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਫਾਰਮ ਭਰ ਚੁੱਕਿਆ, ਅਸਲ 'ਚ ਮੈਂ ਆਪਣੇ ਮਿਸਿਜ ਨੂੰ ਕਹਿਦਾ, ਮੈਂ ਭਰ ਦਿਓ, ਉਹਨੇ ਇੰਡੀਅਨ ਭਰਤਾ, ਕਿ ਮੈਂ ਉਹਨੂੰ ਕਰੈਕਟ ਕਰ ਸਕਦਾ, ਉਹ 'ਚ ਕਰੈਕਸ਼ਨ ਕਰ ਸਕਦਾ। ਮੇਰਾ ਇੱਕ ਸਵਾਲ ਤਾਂ ਹੈਗਾ ਇਹ, ਜੀ ਇਹਦਾ ਜਵਾਬ ਦੇ ਦਿਓ ਪਹਿਲਾਂ ਜੀ। ਹਰਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਅਪਡੇਟ ਕੀਤਾ ਜਾ ਸਕਦਾ ਇਸ ਤਰੀਕੇ ਨਾਲ? ਅਸੀਂ ਨਹੀਂ, ਅਨਫੋਰਚੁਨੇਟਲੀ ਇੱਕ ਵਾਰ ਤੁਸੀਂ ਸਬਮਿਟ ਕਰਤੀ, ਇਹ ਅਪਡੇਟ ਨਹੀਂ ਹੋ ਸਕਦਾ। ਤੁਸੀਂ ਬਸ ਇਹੀ ਕਰ ਸਕਦੇ, ਬਾਕੀ ਆਪਣੇ ਫੈਮਿਲੀ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਦੱਸੋ ਵੀ ਜ਼ਰੂਰ ਵੀ ਜਦੋਂ ਉਹਨਾਂ ਨੇ ਉਹ ਕੁਐਸਚਨ ਐਂਸਰ ਕਰਨਾ ਆ ਕਿ ਉਹਨਾਂ ਨੂੰ ਕੀ ਭਰਨਾ ਚਾਹੀਦਾ ਆ, ਤਾਂ ਕਿ ਉਹ ਏਸ਼ੀਅਨ ਇੰਡੀਅਨ ਤੋਂ ਇਲਾਵਾ ਹੋਰ ਵੀ ਭਰ ਸਕਦੇ ਆ। ਅੱਛਾ ਜੀ, ਦੂਜਾ ਸਵਾਲ ਹੈਗਾ ਮੇਰਾ ਇਹ ਕਿ ਮੈਨੂੰ ਜਿਹੜੇ ਲੈਟਰ ਨੇ ਇੱਕ ਤੋਂ ਵੱਧ ਆਏ ਨੇ, ਇੱਕ ਮੈਂ ਪਹਿਲਾਂ ਭਰ ਚੁੱਕਿਆ ਵਾਂ, ਉਹ ਤੇ ਨਾਂ ਨਹੀਂ ਹੁੰਦਾ ਕੋਈ ਵੀ, ਉਹ ਤੇ ਸਿਰਫ ਇਹ ਹੁੰਦਾ ਕਰੰਟ ਰੈਜ਼ੀਡੈਂਸ ਆਫ ਸੋ ਐਂਡ ਸੋ, ਸੱਚ ਐਂਡ ਸੱਚ ਐਡਰੈਸ, ਉਹ ਤੇ ਕਿਸੇ ਦਾ ਵੀ ਨਾਂ ਨਹੀਂ ਲਿਖਿਆ ਹੁੰਦਾ। ਨਹੀਂ ਜੀ, ਕਿਉਂਕਿ ਸਾਰਿਆਂ ਨੂੰ ਉਸ ਤਰ੍ਹਾਂ ਦਾ ਲੈਟਰ ਹੀ ਆਉਂਦਾ ਆ, ਕਿਸੇ ਦਾ ਨਾਂ ਕੋਈ ਵੀ ਲੈਟਰ ਤੇ ਨਹੀਂ ਲਿਖਿਆ, ਉੱਤੇ ਰੈਜ਼ੀਡੈਂਟ ਹੀ ਲਿਖਿਆ ਹੁੰਦਾ ਆ। ਤੇ ਜਦੋਂ ਤੁਹਾਡੇ ਰੈਜ਼ੀਡੈਂਸ, ਤੁਹਾਡੇ ਐਡਰੈਸ ਦੀ ਫੋਰਮ, ਜਦੋਂ ਤੁਸੀਂ ਉਸ ਰੈਜ਼ੀਡੈਂਸ ਦਾ ਭਰ ਦਿੱਤਾ, ਫਿਰ ਉਹ ਦੁਬਾਰਾ ਨਹੀਂ ਭਰ ਹੁੰਦੀ ਫੋਰਮ ਜੀ। ਵਾਈ ਦੇ ਸੈਂਡ, ਕਿਉਂ ਉਹਨਾਂ ਨੇ ਮੈਨੂੰ ਦੋ ਕਿਉਂ ਭੇਜੇ ਫਿਰ? ਦੋ ਇਸ ਲਈ ਭੇਜੇ ਜਦੋਂ ਪਹਿਲਾਂ ਤੁਸੀਂ ਭਰਿਆ, ਉਤੋਂ ਓਨੇ ਚਿਰ ਦੇ ਵਿੱਚ ਉਹਨਾਂ ਨੇ ਰਿਪਲਾਈ ਨਹੀਂ ਤੁਸੀਂ ਕਰ ਸਕੇ, ਥੋੜ੍ਹਾ ਦੇਰ ਬਾਅਦ ਕੀਤਾ ਹੋਣਾ, ਤਾਂ ਉਸ ਦੇ ਵਿੱਚ ਉਹਨਾਂ ਨੇ ਦੂਜਾ ਨਾਲ ਦੇ ਨਾਲ ਉਹ ਮੇਲ ਆਊਟ ਪਹਿਲਾਂ ਕਰ ਦੇ ਚੁੱਕਾ ਹੁੰਦਾ। ਅੱਛਾ, ਤੇ ਬਾਕੀ ਮੈਂ ਦੱਸਣਾ ਚਾਹੁੰਦਾ, ਤੁਸੀਂ ਕਹਿੰਦੇ ਸੀ ਨਾ ਵੀ ਐਡਰੈਸ ਕਿੱਥੇ ਦਾ ਭਰਨਾ ਚਾਹੀਦਾ, ਐਡਰੈਸ ਇਹ ਲਾਅ ਵਾ, ਇੱਥੇ ਦਾ ਫੈਡਰਲ ਲਾਅ ਵਾ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ, ਜਿਹੜਾ ਤੁਹਾਡਾ ਆਈ ਡੀ ਦਾ ਐਡਰੈਸ ਆ ਉਹੀ ਤੁਹਾਡਾ ਪ੍ਰੋਪਰ ਐਡਰੈਸ ਹੁੰਦਾ, ਜਦੋਂ ਤੁਸੀਂ ਕਿਤੇ ਵੀ ਮੂਵ ਕਰਦੇ ਹੋ, ਚਾਹੇ 10 ਦਿਨ ਤੋਂ ਬਾਅਦ ਕਿਤੇ ਵੀ ਰਹਿੰਦੇ, ਤੁਹਾਨੂੰ ਐਡਰੈਸ ਚੇਂਜ ਕਰਨਾ। ਨਹੀਂ, ਆਈ ਡੀ ਦੇ ਉੱਤੇ ਤੇ ਹੁਣ ਪੀ ਓ ਬਾਕਸ ਨੰਬਰ ਵੀ ਹੁੰਦੇ ਆ, ਸੋ ਉੱਥੇ ਤਾਂ ਬੰਦਾ ਨਹੀਂ ਨਾ ਰਹਿੰਦਾ, ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀ ਗੱਲ ਆ। ਕਈ ਵਾਰੀ ਬੰਦਾ ਕਿਸੇ ਨੇ ਜਿਹੜਾ ਪੀ ਓ ਬਾਕਸ ਨੰਬਰ ਵੀ ਲਿਖੇ ਹੁੰਦੇ ਆ ਆਪਣੇ ਆਈ ਡੀਆਂ ਦੇ ਉੱਤੇ, ਕਿਸੇ ਨੇ ਦੂਜਾ ਵੀ ਜਿਹੜਾ ਲਿਖਿਆ ਹੁੰਦਾ, ਸੋ ਮੇਕ ਸ਼ੋਰ ਕਰੋ ਵੀ ਜਿੱਥੇ ਤੁਸੀਂ ਰਹਿ ਰਹੇ ਹੈਗੇ ਆ ਉਹ ਜਿਹੜਾ ਐਡਰੈਸ ਜਿੰਨਾ ਬਾਕੀ ਥਾਵਾਂ ਦੇ ਉੱਤੇ ਭਰਿਆ ਆ ਉਹੀ ਜਿਹੜਾ ਆ ਉੱਥੇ ਹੀ ਜਿਹੜਾ ਫੋਰਮ ਤੁਸੀਂ ਭਰਿਓ। ਤੇ ਅਗਲੇ ਜਿਹੜੇ ਕਾਲਰ ਨੇ, ਕਮਲਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਕਮਲਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀ ਕਿ ਭਾਜੀ ਕਹਿ ਰਹੇ ਸੀ ਕਿ ਜਦੋਂ ਆਪਾਂ ਫਾਰਮ ਭਰਦੇ ਉਹ 'ਚ ਆਈ ਡੀ ਨੰਬਰ ਭਰਨਾ ਪੈਂਦਾ, ਉਹ ਜਿਹਨਾਂ ਕੋਲ ਆਈ ਡੀ ਨਹੀਂ ਹੈਗੀ, ਜਿਹਨਾਂ ਕੋਲ ਪੇਪਰ ਨਹੀਂ ਹੈਗੀ, ਉਹਨਾਂ ਲਈ ਕੀ ਆਪਸ਼ਨ ਹੈ? ਓਕੇ, ਇਹ ਮੈਂ ਥੋੜ੍ਹਾ ਜਿਹਾ ਕਲੀਅਰ ਕਰਦਾ। ਆਈ ਡੀ ਤੁਹਾਡੇ ਡੀ ਐਲ ਦੀ ਆਈ ਡੀ ਨਹੀਂ, ਡਰਾਈਵਿੰਗ ਲਾਇਸੈਂਸ ਦੀ ਆਈ ਡੀ ਨਹੀਂ, ਜਿਹੜੀ ਚਿੱਠੀ ਆਉਂਦੀ ਹੈ ਨਾ ਉਹਦੇ ਉੱਤੇ ਸੈਂਸਸ ਆਈ ਡੀ ਲਿਖ ਕੇ ਆਉਂਦੀ ਆ,
ਉਸ ਬੇਸਿਕਲੀ ਉਹ ਐਡਰੈਸ ਦੇ ਨਾਲ ਉਹ ਅਟੈਚਡ ਆਈ ਡੀ ਹੁੰਦੀ ਆ, ਉਹ ਤੁਹਾਡੇ ਨਾਲ ਕਿਸੇ ਤਰੀਕੇ ਦੇ ਨਾਲ ਨਹੀਂ ਆ, ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ਕਿਸੇ ਹੋਰ ਜਿਹੜੇ ਸਰਕਾਰੀ ਸ਼ਨਾਖਤ ਪੱਤਰ ਦੀ ਕੋਈ ਆਈ ਡੀ ਨਹੀਂ ਹੁੰਦੀ, ਉਹ ਜਿਹੜੀ ਤੁਹਾਨੂੰ ਸੈਂਸਸ ਦੀ ਚਿੱਠੀ ਆਈ ਹੁੰਦੀ ਉਹਦੇ ਉੱਤੇ ਉਹ ਸੈਂਸਸ ਆਈ ਡੀ ਲਿਖੀ ਹੁੰਦੀ ਆ, ਉਹ ਉਹ ਆਈ ਡੀ ਉਹਦੇ ਵਿੱਚ ਭਰਨੀ ਆਪਾਂ ਔਨਲਾਈਨ। ਓਕੇ ਜੀ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ। ਸੋ ਮਨਪ੍ਰੀਤ ਅਤੇ ਹਰਜੀਤ, ਇਹ ਜਿਹੜੀਆਂ ਐਡਰੈਸ ਨੂੰ ਲੈ ਕੇ ਵੀ ਕਾਫੀ ਜਿਹੜੀਆਂ ਪ੍ਰੋਬਲਮ ਆ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਕਈ ਜਿਹੜੇ ਰੈਂਟਰਸ ਨੂੰ ਇਹ ਬੜੀ ਪ੍ਰੋਬਲਮ ਆਉਂਦੀ ਆ ਵੀ ਕਈ ਵਾਰੀ ਉਹਨਾਂ ਦੇ ਜਿਹੜੇ ਲੈਂਡਲੋਰਡ ਆ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਉਹ ਦੇਖ ਲੈਂਦੇ ਨੇ, ਉਹ ਚਿੱਠੀਆਂ ਕਈ ਵਾਰੀ ਸੁੱਟ ਵੀ ਦਿੰਦੇ ਨੇ ਜਾਂ ਉਹਨਾਂ ਨੂੰ ਉਹ ਪਹਿਲਾਂ ਦੇਖ ਲੈਂਦੇ ਨੇ, ਉਹ ਉਹਨਾਂ ਨੂੰ ਜਿਹੜੇ ਉਹ ਕੀ ਕਰਨ, ਐਟਲੀਸਟ ਉਹਨਾਂ ਉਹ ਵੀ ਬੜੇ ਘਬਰਾਏ ਨੇ ਵੀ ਅਸੀਂ ਜੇ ਗਿਣੇ ਨਾ ਜਾਈਏ ਤਾਂ ਸਾਡੇ ਨਾਲ ਪ੍ਰੋਬਲਮ ਹੋ। ਹਾਂਜੀ, ਪਹਿਲਾਂ ਤਾਂ ਇਹ ਗੈਰ ਕਾਨੂੰਨੀ ਆ ਕਿ ਵੀ ਕੋਈ ਵੀ ਮਕਾਨ ਮਾਲਕ ਆਪਦੇ ਕਿਰਾਏਦਾਰ ਦੀ ਚਿੱਠੀਆਂ ਦੇਖੇ। ਸੋ ਜੇ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਵੀ ਇੱਦਾਂ ਨਾ ਕਰ ਰਿਹਾ ਤਾਂ ਪਲੀਜ਼ ਤੁਸੀਂ ਨਾ ਕਰੋ, ਅੱਜ ਤੋਂ ਬਾਅਦ ਨਾ ਕਰਿਓ ਜ਼ਰੂਰ, ਕਿਉਂਕਿ ਇਹ ਤੁਹਾਡੇ ਰੈਕਡ 'ਤੇ ਵੀ ਆ ਸਕਦਾ, ਤੁਹਾਨੂੰ ਫਾਈਨ ਵੀ ਹੋ ਸਕਦੀ ਹੈ, ਤੁਹਾਨੂੰ ਫੈਲਨੀ ਵੀ ਹੋ ਸਕਦੀ ਆ। ਪਰ ਜੇ ਇਹ ਆ ਕਿ ਵੀ ਤੁਹਾਨੂੰ ਹਜੇ ਤੁਹਾਡੀਆਂ ਚਿੱਠੀਆਂ ਨਹੀਂ ਮਿਲੀਆਂ ਜਾਂ ਤੁਹਾਨੂੰ ਕੋਈ ਵੀ ਘਬਰਾਹਟ ਆ ਇਸ ਕਰਕੇ ਕਿਉਂਕਿ ਜਾਂ ਤਾਂ ਤੁਹਾਡੇ ਮਕਾਨ ਮਾਲਕ ਤੁਹਾਡੀਆਂ ਚਿੱਠੀਆਂ ਦੇਖਦੇ ਨੇ ਜਾਂ ਤੁਹਾਨੂੰ ਉਹ ਚਿੱਠੀ ਨਹੀਂ ਮਿਲੀ, ਤਾਂ ਤੁਸੀਂ ਸਾਨੂੰ ਵੀ ਫੋਨ ਕਰ ਸਕਦੇ ਹੋ, ਅਸੀਂ ਤੁਹਾਨੂੰ ਸਟੈਪ ਬਾਈ ਸਟੈਪ ਸਮਝਾ ਸਕਦੇ ਹਾਂ ਕਿ ਵੀ ਕਿਵੇਂ ਭਰ ਸਕਦੇ ਹਾਂ ਆਪਾਂ ਫੋਨ ਤੁਹਾਡਾ। ਪਰ ਜਿਹੜੇ ਰੈਂਟਰ ਨੇ ਤੁਸੀਂ ਵੀ ਉਹੀ ਫਿਜ਼ੀਕਲ ਐਡਰੈਸ ਭਰਨਾ ਵਾ, ਤੇ ਉਹਦੇ ਤੇ ਬਕਾਇਦਾ ਪੁੱਛਿਆ ਵੀ ਜਾਂਦਾ ਕਿ ਵੀ ਇਹ ਘਰ ਆ, ਇਹ ਅਪਾਰਟਮੈਂਟ ਆ, ਤੇ ਤੁਸੀਂ ਉਹਦੇ ਉਹਦੇ ਉਹ ਵੀ ਫਿਰ ਭਰਨਾ ਵਾ ਕਿ ਵੀ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਕਿਹੋ ਜਿਹੀ ਫੈਸਿਲਿਟੀ ਆ। ਪਰ ਜਿਹੜੇ ਲੈਂਡਲੋਰਡ ਨੇ ਤੁਸੀਂ ਅਫਕੋਰਸ ਆਪਦਾ ਹੀ ਭਰਨਾ ਜਿਹੜਾ ਤੁਹਾਡਾ ਫਿਜ਼ੀਕਲ ਐਡਰੈਸ ਆ ਜਿੱਥੇ ਤੁਸੀਂ ਰਹਿੰਦੇ ਹੋ ਜੀ। ਜੀ ਅਤੇ ਬਿਲਕੁਲ, ਅਤੇ ਇੱਕ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਜਿਹੜੀਆਂ ਰਹਿ ਗਈਆਂ ਕੁਛ ਕੁ ਗੱਲਾਂ ਉਹ ਆਪਾਂ ਆਪਣੇ ਨਾਲ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। Apollo Physicians, 8191 Timberlake Way, Suite 200, Sacramento. Primary Care Clinic, Dr. Paramjit Singh Panesar MD, Family Medicine, ate Dr. Jasprit Kaur Tiwana MD, Internal Medicine, di agwai de veth Apollo Physicians, jithe tuhade har tarike de bimariyan da ilaj karde han. ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਿਸ ਅਕਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 916-236-5800-916-236-5800। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ, ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ ਗੋਲਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6818 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916-393-1872, 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ, ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਵੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ, 408-272-2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫੇਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫੇਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ, ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ, ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਿਡ ਸਟਰੀਟ ਫਾਲਸਮ ਵਿੱਚ ਹੈ, ਜਿੱਥੇ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 248-228-4580-248-4285-4580 80। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 248-228-4580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ? ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਇਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈੱਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ, ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਚੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ, ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ, ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ। ਚੀਨਾ ਜਵੈਲਰਸ ਤੋਂ ਤੁਸੀਂ ਵੀ ਅੱਜ ਹੀ ਆਓ। ਚੀਨਾ ਜਵੈਲਰਸ, 7454 ਟੋਕਟਨ ਬੁਲੇਵਰਡ, ਸੈਕਰਮੈਂਟੋ। ਫੋਨ ਨੰਬਰ 916-956-3094, 9165630-94। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਅੱਜ ਦਾ ਜਿਹੜਾ ਆ ਵਿਸ਼ੇਸ਼ ਚੱਲ ਰਿਹਾ ਆ, ਅਮਰੀਕਾ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਆ US ਸੈਂਸਿਸ 2020 ਜਿਹੜਾ ਹੋ ਰਿਹਾ, ਉਸ ਦੇ ਬਾਬਤ ਜਿਹੜੀ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜਕਾਰਾ ਮੂਵਮੈਂਟ ਔਰਗਨਾਈਜੇਸ਼ਨ ਤੋਂ ਜੁੜੇ ਹੋਏ ਨੇ ਮਨਪ੍ਰੀਤ ਕੌਰ ਅਤੇ ਹਰਜੀਤ ਸਿੰਘ ਜੀ। ਆਇਆਂ ਨੂੰ ਇੱਕ ਵਾਰੀ ਫਿਰ ਦੋਨਾਂ ਨੂੰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਤੇ ਆਪਣੇ ਨਾਲ ਜਿਹੜੇ ਜਕਾਰਾ ਮੂਵਮੈਂਟ ਤੋਂ ਜਿਹੜੇ ਕਮਲਜੀਤ ਜਿਹੜੇ ਉਹ ਵੀ ਇਸ ਟਾਈਮ ਜੁੜ ਚੁੱਕੇ ਨੇ। ਕਮਲ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਕੀ ਇਸ ਦੇ ਵਿੱਚ ਐਡ ਆਨ ਕਰਨਾ ਚਾਹੁੰਦੇ ਹੋ ਪੂਰੀ ਗੱਲਬਾਤ ਦੇ ਵਿੱਚ? ਐਕਚੁਅਲੀ ਮੇਰੇ ਕੋਲ ਸਵਾਲ ਸੀਗਾ ਹਰਜੀਤ ਤੇ ਮਨਪ੍ਰੀਤ ਲਈ ਜੀ, ਕਿ ਆਪਾਂ ਨੂੰ ਪਤਾ ਆਪਾਂ ਮਲਟੀ ਜਨਰੇਸ਼ਨਲ ਫੈਮਿਲੀ ਹੋਮ ਦੇ ਵਿੱਚ ਰਹਿੰਦੇ ਆ, ਮਤਲਬ ਕਿ ਆਪਾਂ ਆਪਣੇ ਚਾਚਾ ਚਾਚੀ, ਤਾਏ ਤਾਈਆਂ, ਨਾਨਾ ਨਾਨੀ, ਦਾਦਾ ਦਾਦੀ, ਕਾਫੀ ਜਾਣਿਆਂ ਨਾਲ ਰਹਿੰਦੇ ਆ। ਸੋ ਆਈ ਹੈਵ ਅ ਫੈਮਿਲੀ, ਉਹਨਾਂ ਦੀ ਫੈਮਿਲੀ ਦੇ ਵਿੱਚ 13 ਜਾਣੇ ਰਹਿੰਦੇ ਆ ਇੱਕ ਘਰ ਦੇ ਵਿੱਚ। ਸੋ ਉਹ ਕਿੱਥੇ ਫਾਰਮ ਭਰਨ, ਉਹਨਾਂ ਦਾ ਬੈਸਟ ਤਰੀਕਾ ਕਿੱਥੇ ਆ ਕਿ ਆਨਲਾਈਨ ਭਰਨ ਉਹ ਫਾਰਮ, ਪੇਪਰ ਫਾਰਮ ਭਰਨ, ਜਾਂ ਵੇਟ ਕਰਕੇ ਕੋਈ ਉਹਨਾਂ ਦੇ ਦਰਵਾਜ਼ੇ ਤੇ ਆਵੇ ਜੀ? ਹਾਂਜੀ, ਬਹੁਤ ਵਧੀਆ ਕੁਐਸਚਨ ਕਮਲਜੀਤ ਜੀ। ਬੇਸਿਕਲੀ ਜਿਹੜੀ ਪੇਪਰ ਫਾਰਮ ਹੈਗੀ ਆ ਉਹਦੇ ਤੇ ਲਿਮਿਟ ਆ ਵੀ ਤੁਸੀਂ ਸਿਰਫ 10 ਜਣੇ ਉਹਤੇ ਭਰ ਸਕਦੇ ਆ। ਇਸ ਕਰਕੇ ਆਨਲਾਈਨ ਫਾਰਮ ਭਰਨੀ ਵਧੀਆ ਆ, ਕਿਉਂਕਿ ਉਹਦੇ ਤੇ ਆਈ ਥਿੰਕ 99 ਵਿਅਕਤੀ ਦੀ ਲਿਮਿਟ ਹੈਗੀ ਆ। ਸੋ ਬੇਸਿਕਲੀ ਤੁਸੀਂ ਜਿੰਨੇ ਮਰਜ਼ੀ ਤੁਹਾਡੀ ਫੈਮਿਲੀ ਦੇ ਰਹਿੰਦੇ ਆ ਘਰ ਵਿੱਚ, ਤੁਸੀਂ ਆਨਲਾਈਨ ਭਰ ਕੇ ਸਾਰਿਆਂ ਦੇ ਨਾਂ ਇਨਕਲੂਡ ਕਰ ਸਕਦੇ ਆ। ਤੇ ਦੂਜੀ ਗੱਲ ਇਹ ਵੀ ਆ ਵੀ ਆਨਲਾਈਨ ਫਾਰਮ ਪੇਪਰ ਫਾਰਮ ਨਾਲੋਂ ਕਾਫੀ ਵਧੀਆ, ਕਿਉਂਕਿ ਜਦੋਂ ਤੁਸੀਂ ਪੇਪਰ ਫਾਰਮ ਭਰਦੇ ਆ ਤੁਹਾਡੇ ਤੋਂ ਕੋਈ ਵੀ ਗਲਤੀ ਹੁੰਦੀ ਆ ਉਹ ਤੁਸੀਂ ਗਲਤੀ ਮਿਟਾ ਨਹੀਂ ਸਕਦੇ, ਪਰ ਜਿਹੜੀ ਆਨਲਾਈਨ ਫਾਰਮ ਆ ਤੁਸੀਂ ਕੁਛ ਵੀ ਗਲਤ ਟਾਈਪ ਕਰੋ, ਕੋਈ ਵੀ ਗਲਤੀ ਹੋਵੇ, ਤੁਸੀਂ ਬੈਕ ਕਰਕੇ ਜਾਂ ਡਿਲੀਟ ਕਰਕੇ ਦੁਬਾਰਾ ਭਰ ਸਕਦੇ ਆ। ਸੋ ਭਾਵੇਂ ਤੁਸੀਂ ਸਬਮਿਟ ਹੋਣ ਤੋਂ ਪਹਿਲਾਂ, ਰਾਈਟ? ਹਾਂਜੀ, ਤੁਸੀਂ ਕੋਈ ਵੀ ਟਾਈਮ ਤੁਸੀਂ ਬੈਕ ਜਾ ਕੇ ਕਿਸ ਕੋਈ ਵੀ ਇਨਫੋਰਮੇਸ਼ਨ ਤੁਸੀਂ ਐਡਿਟ ਕਰ ਸਕਦੇ ਆ। ਤੁਸੀਂ ਭਾਵੇਂ ਰੱਖ ਲਓ, ਕਹਿ ਦਿਓ ਤੁਸੀਂ ਪੂਰੀ ਫਾਰਮ ਭਰਤੀ ਤੇ ਤੁਹਾਨੂੰ ਚੇਤਾ ਨਹੀਂ, ਤੁਹਾਡਾ ਖਿਆਲ ਵਿੱਚ ਉਹ ਪਤਾ ਨਹੀਂ ਮੈਂ ਆਹ ਕੁਛ ਗਲਤ ਭਰਿਆ ਸੀ ਜਾਂ ਨਹੀਂ ਭਰਿਆ ਸੀ ਜਾਂ ਭੁੱਲ ਗਏ, ਤੁਸੀਂ ਇੱਦਾਂ ਵੀ ਕਰ ਸਕਦੇ। ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਪੂਰਾ ਪ੍ਰੋਗਰਾਮ ਕਲੋਜ਼ ਕਰ ਸਕਦੇ ਆ, ਤੁਸੀਂ ਦੁਬਾਰਾ ਸ਼ੁਰੂ ਕਰ ਲਓ ਤੇ ਫਿਰ ਤੁਹਾਨੂੰ ਦੁਬਾਰਾ ਤੋਂ ਨਵੀਂ ਸ਼ੁਰੂ ਫਾਰਮ ਹੋਊਗੀ। ਸੋ ਤੁਸੀਂ ਭਾਵੇਂ ਉੱਦਾਂ ਵੀ ਜਾ ਕੇ
ਕਹਿ ਦੋ ਤੁਸੀਂ ਟੈਸਟ ਕਰਨਾ ਚਾਹੁੰਦੇ, ਦੇਖਣਾ ਚਾਹੁੰਦੇ ਵੀ ਕਿਸ ਤਰ੍ਹਾਂ ਦੇ ਕੁਐਸਚਨ ਆ ਉਹ ਕਿੱਦਾਂ ਲੱਗਦਾ ਹੈਗਾ, ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਆ। ਐਸ ਲੌਂਗ ਐਸ ਤੁਸੀਂ ਸਬਮਿਟ ਨਹੀਂ ਕਰਦੇ ਆ, ਤੁਸੀਂ ਆਲਵੇਜ਼ ਐਗਜ਼ਿਟ ਕਰਕੇ ਕਲੋਜ਼ ਕਰ ਸਕਦੇ ਆ ਤੇ ਦੁਬਾਰਾ ਤੁਸੀਂ ਰੀਸਬਮਿਟ ਕਰ ਸਕਦੇ ਆ। ਥੈਂਕ ਯੂ, ਥੈਂਕ ਯੂ ਕਮਲਜੀਤ, ਥੈਂਕ ਯੂ ਜੀ। ਸੋ ਇਸ ਮਾਮਲੇ ਦੇ ਵਿੱਚ ਮਨਪ੍ਰੀਤ ਹਰਜੀਤ ਜਿੱਦਾਂ ਦੱਸਿਆ ਵੀ ਆਪਾਂ ਮੰਨ ਲਓ ਜਿੱਦਾਂ ਕਿਸੇ ਨੇ ਕਿਹਾ ਵੀ ਉਹਨਾਂ ਕੋਲ ਉਹ ਗਲਤੀ ਚੀਜ਼ ਦੀ ਜਿਹੜੀ ਹੋ ਗਈ, ਮੰਨ ਲਓ ਕੋਈ ਫੋਰਮ ਭਰਦਾ ਭਰਦਾ ਕਾਹਲੀ ਕਾਹਲੀ ਦੇ ਵਿੱਚ ਜਲਦੀ ਸਬਮਿਟ ਵੀ ਜਿਹੜਾ ਉਹ ਕਰ ਗਿਆ, ਕਿਸੇ ਇੱਕ ਜਾਣਾ ਜਿਹੜਾ ਉਹਨਾਂ ਕੋਲ ਗਿਣਨਾ ਜਿਹੜਾ ਉਹ ਰਹਿ ਗਿਆ, ਉਹਨਾਂ ਨੂੰ ਭੁੱਲ ਗਿਆ, ਮਨ ਦੇ ਵਿੱਚੋਂ ਵਿਸਰ ਗਿਆ, ਉਹ ਕੀ ਕਰ ਸਕਦੇ ਨੇ ਕਿ ਉਹਨਾਂ ਦੇ ਕੋਲ ਜਦੋਂ ਇਨਫੋਰਮੇਸ਼ਨ ਲੈਣ ਦੇ ਲਈ ਉਹ ਉਹਨਾਂ ਦੇ ਕੋਲ ਆਉਣਗੇ ਜਾਂ ਫਿਰ ਉਹ ਉਸ ਘਰ ਦੇ ਵਿੱਚ ਜਿਹੜੇ ਸੈਂਸਸ ਕਲੈਕਟ ਕਰਨ ਦੇ ਲਈ ਵੀ ਆਉਂਦੇ ਨੇ ਦਰ ਦਰ 'ਤੇ ਜਿਹੜੇ ਉਹ ਜਾਂਦੇ ਨੇ ਘਰਾਂ ਘਰਾਂ ਜਾਂਦੇ, ਉਹ ਫਿਰ ਉਸ ਘਰ ਦੇ ਵਿੱਚ ਆਉਣਗੇ ਨਹੀਂ, ਉਹ ਬੰਦਾ ਰਹਿ ਹੀ ਜਾਊਗਾ ਪੱਕਾ ਹੀ। ਹਾਂਜੀ, ਤਾਂ ਹੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਵੀ ਬਹੁਤ ਧਿਆਨ ਨਾਲ, ਭਾਵੇਂ ਸਵਾਲ ਨੋ ਹੀ ਨੇ ਪਰ ਆਪਾਂ ਬਹੁਤ ਧਿਆਨ ਨਾਲ ਭਰਨਾ ਵਾ ਫੋਨ। ਇੱਕ ਬੰਦਾ ਰਹਿ ਗਿਆ ਤਾਂ ਉਹ ਰਹਿ ਗਿਆ, ਇਹ ਨਹੀਂ ਹੈਗਾ ਕਿ ਵੀ ਆਪਾਂ ਦੁਬਾਰੇ ਖੋਲ ਸਕਦੇ ਹਾਂ ਜਾਂ ਪੇਪਰ ਫੋਰਮ ਦੁਬਾਰਾ ਭਰ ਸਕਦੇ ਹਾਂ। ਸੋ ਬੇਨਤੀ ਹੈ ਕਿ ਵੀ ਬਹੁਤ ਧਿਆਨ ਨਾਲ ਫੋਰਮ ਭਰਿਆ, ਕੋਈ ਜੀ ਆਪਣੇ ਘਰ ਦਾ ਰਹਿਣਾ ਜਾਵੇ। ਬਿਲਕੁਲ ਬਿਲਕੁਲ, ਕਿ ਜੀ ਕੁਛੜ ਚੁੱਕਿਆ ਨਿਆਣਾ ਜਿਹੜਾ ਭੁੱਲ ਜਾਂਦੇ ਆ, ਬਾਕੀ ਜਿਹੜੇ ਆ ਕਿਤੇ ਕੋਈ ਘੁੰਮਣ ਫਿਰਨ ਗਿਆ ਹੁੰਦਾ ਆ ਉਹਦਾ ਜਿਹੜਾ ਚੇਤਾ ਨਾ ਭੁੱਲ ਜਾਵੇ। ਮੇਕ ਸ਼ੋਰ ਕਰੋ ਵੀ ਆਪਾਂ ਸਾਰੇ ਜਾਣਿਆਂ ਨੂੰ ਇਸ ਦੇ ਵਿੱਚ ਕਾਊਂਟ ਕਰਨਾ ਆ, ਕੋਈ ਜਿਹੜਾ ਆ ਉਹ ਰਹਿ ਨਾ ਜਾਵੇ। ਸੋ ਇੱਕ ਜਿਹੜੀ ਔਨਲਾਈਨ ਫੋਰਮ ਭਰਨ ਦੇ ਵਿੱਚ ਜਿਹੜੀ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜੀ ਪ੍ਰੋਬਲਮ ਆ ਸਕਦੀ, ਜਿਹੜੇ ਇਕੱਲੇ ਰਹਿੰਦੇ ਆ ਜਿਨ੍ਹਾਂ ਦੇ ਨਾਲ ਕੋਈ ਇਹਨਾਂ ਦੇ ਨੌਜਵਾਨ ਜਿਹੜਾ ਆ ਉਹ ਨਹੀਂ ਹੈਗਾ, ਉਹਨਾਂ ਦੇ ਲਈ ਬੈਸਟ ਚਾਰਾ ਕੀ ਹੈਗਾ ਆ? ਕੀ ਉਹ ਤੁਹਾਨੂੰ ਕਾਲ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਜ਼ਰੀਏ ਭਰ ਸਕਦੇ ਆ, ਜਾਂ ਉਹ ਵੇਟ ਕਰਨ ਵੀ ਜਿਹੜਾ ਪੇਪਰ ਫੋਰਮ ਆਉਣਾ ਆ ਉਹਦੇ ਵਿੱਚ ਕਿਸੇ ਕੋ ਆਪ ਜਿਹੜਾ ਉਹ ਭਰ ਲੈਣ? ਕੀ ਉਹਨਾਂ ਦੇ ਲਈ ਬੈਸਟ ਹੈਗਾ ਆ? ਕਿਉਂਕਿ ਲੋਕ ਕਈ ਵਾਰੀ ਘਬਰਾ ਵੀ ਜਾਂਦੇ ਨੇ, ਖਾਸ ਕਰਕੇ ਬਜ਼ੁਰਗ ਘਬਰਾ ਜਾਂਦੇ ਨੇ, ਖਾਸ ਕਰਕੇ ਉਹ ਬਜ਼ੁਰਗ ਜਿਨ੍ਹਾਂ ਨੂੰ ਇੰਗਲਿਸ਼ ਵੀ ਜਿਹੜੀ ਬਾਅਦ ਦੇ ਵਿੱਚ ਨਾ ਆਉਂਦੀ ਹੋਵੇ। ਹਾਂਜੀ ਬਿਲਕੁਲ, ਬੈਸਟ ਤਾਂ ਸਾਰਿਆਂ ਵਾਸਤੇ ਵੱਖਰਾ ਵੱਖਰਾ ਸਲਿਊਸ਼ਨ ਹੈਗਾ। ਸਾਨੂੰ ਵੀ ਕਾਲ ਕਰ ਸਕਦੇ, ਅਸੀਂ ਜਿੰਨੀ ਕੁ ਵੀ ਮਦਦ ਕਰ ਸਕਦੇ ਜ਼ਰੂਰ ਕਰਾਂਗੇ ਫੋਨ 'ਤੇ। ਪਰ ਜੇ ਤੁਹਾਡਾ ਖਿਆਲ ਹੈ ਵੀ ਤੁਸੀਂ ਪੇਪਰ ਫੋਰਮ 'ਤੇ ਭਰ ਕੇ ਤੁਹਾਨੂੰ ਜ਼ਿਆਦਾ ਸੌਖਾ ਲੱਗੂਗਾ, ਫਿਰ ਤੁਸੀਂ ਉਡੀਕ ਸਕਦੇ ਹਾਂ ਅਪ੍ਰੈਲ ਤੱਕ, ਅਤੇ ਅਪ੍ਰੈਲ ਵਿੱਚ ਪੇਪਰ ਫੋਰਮ ਆਉਣੀਆਂ ਸ਼ੁਰੂ ਹੋਣਗੀਆਂ। ਭਾਵੇਂ ਤੁਸੀਂ ਉੱਦਾਂ ਵੀ ਉਡੀਕ ਸਕਦੇ ਹਾਂ, ਅਤੇ ਉਸ ਕਰਕੇ ਦੇਖ ਲਓ ਵੀ ਪੇਪਰ ਫੋਰਮ ਕਿਸ ਤਰ੍ਹਾਂ ਦੀਆਂ ਲੱਗਦੀਆਂ, ਅਤੇ ਫਿਰ ਵੀ ਤੁਸੀਂ ਭਾਵੇਂ ਤੁਹਾਨੂੰ ਪੇਪਰ ਫੋਰਮ ਆਈ ਵੀ ਹੈ ਫਿਰ ਵੀ ਤੁਸੀਂ ਆਨਲਾਈਨ ਵੀ ਭਰ ਸਕਦੇ ਹਾਂ। ਪਰ ਤੁਸੀਂ ਬਸ ਜੇ ਦੇਖਣ ਵਾਸਤੇ ਦੇਖਣਾ ਚਾਹੁੰਦੇ ਵੀ ਪੇਪਰ ਫੋਰਮ ਕਿਸ ਤਰ੍ਹਾਂ ਦੀ ਲੱਗਦੀ ਹੈ, ਤੁਸੀਂ ਫਿਰ ਉਡੀਕ ਲਓ ਅਤੇ ਦੇਖ ਲਿਓ, ਫਿਰ ਤੁਹਾਡੀ ਮਰਜ਼ੀ ਆ, ਤੁਸੀਂ ਪੇਪਰ ਵੀ ਭਰ ਸਕਦੇ ਹਾਂ ਆਨਲਾਈਨ ਵੀ ਭਰ ਸਕਦੇ ਹਾਂ। ਸਾਡੀ ਇਹ ਵੀ ਕੋਸ਼ਿਸ਼ ਹੈਗੀ ਆ ਵੀ ਜੇ ਥੋੜ੍ਹਾ ਸਮਾਂ ਥੋੜ੍ਹਾ ਵਧੀਆ ਹੁੰਦਾ ਆ, ਆਮ ਸਾਰਾ ਕਰੋਨਾ ਵਾਇਰਸ ਦਾ ਥੋੜ੍ਹਾ ਘਟਦਾ ਹੈ, ਮਾਹੌਲ ਵਧੀਆ ਹੋ ਜਾਂਦਾ, ਅਸੀਂ ਸਾਡਾ ਇਰਾਦਾ ਇਹ ਹੈਗਾ ਵੀ ਅਸੀਂ ਗੁਰਦੁਆਰਿਆਂ ਵਿੱਚ ਕੰਪਿਊਟਰ ਜਾਂ ਟੈਬਲੇਟ ਲਿਜਾ ਕੇ ਅਸੀਂ ਸਾਰਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ। ਵੀ ਸਾਡੇ ਵਲੰਟੀਅਰ ਕਾਫੀ ਹੈਗੇ ਆ ਜਿਹੜੇ ਮਦਦ ਕਰਨਾ ਚਾਹੁੰਦੇ ਆ, ਪਰ ਇਸ ਵੇਲੇ ਕਿਉਂਕਿ ਸਭ ਕੁਛ ਘਟਾਇਆ ਹੈਗਾ ਆ, ਅਸੀਂ ਸਾਰੇ ਘਰ ਬੈਠੇ ਹਾਂ, ਬਾਹਰ ਨਹੀਂ ਜਾ ਸਕਦੇ, ਉਹ ਫਿਰ ਸਾਨੂੰ ਮੌਕਾ ਨਹੀਂ ਹੈਗਾ। ਪਰ ਹੋਪਫੁਲੀ ਅਪ੍ਰੈਲ ਜਾਂ ਮਈ ਵਿੱਚ ਜੇ ਮੌਕਾ ਮਿਲੇ ਅਸੀਂ ਜ਼ਰੂਰ ਗੁਰਦੁਆਰਿਆਂ ਵਿੱਚ ਵੀ ਜਾ ਕੇ ਕਿਸੇ ਨੂੰ ਵੀ ਮਦਦ ਚਾਹੀਦੀ ਆ, ਸ਼ਨੀਵਾਰ ਜਾਂ ਐਤਵਾਰ ਨੂੰ ਅਸੀਂ ਉੱਥੇ ਆ ਕੇ ਇਨ ਪਰਸਨ ਸਾਰਿਆਂ ਦੀ ਹੈਲਪ ਕਰ ਸਕਦੇ ਹਾਂ। ਅਤੇ ਉਸ ਤੋਂ ਇਲਾਵਾ ਮੈਂ ਇਹ ਐਕਸਟਰਾ ਕਹਿਣਾ ਚਾਹੁੰਦਾ ਵੀ ਆਈ ਨੋ ਸਾਰਿਆਂ ਨੂੰ ਇਸ ਵੇਲੇ ਕਰੋਨਾ ਵਾਇਰਸ ਦਾ ਡਰ ਹੈਗਾ ਆ, ਕਾਫੀ ਦੁਨੀਆਂ ਵਿੱਚ ਕਈ ਕੁਛ ਵਾਪਰ ਰਿਹਾ ਕਰੋਨਾ ਵਾਇਰਸ ਦੇ ਨਾਲ, ਇਹ ਵੀ ਸੈਂਸਿਸ ਦੇ ਨਾਲ ਵੀ ਕਾਫੀ ਬੜਾ ਕਨੈਕਸ਼ਨ ਹੈਗਾ ਆ ਇਹ ਕਰੋਨਾ ਵਾਇਰਸ ਦਾ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਜੇ ਤੁਹਾਡੇ ਇਲਾਕੇ ਵਿੱਚ ਗਿਣਤੀ ਜ਼ਿਆਦਾ ਹੁੰਦੀ ਆ ਉਹਦੇ ਹਿਸਾਬ ਨਾਲ ਤੁਹਾਡੇ ਹਸਪਤਾਲ ਵੀ ਜ਼ਿਆਦਾ ਬਣ ਸਕਦੇ ਆ ਜਾਂ ਕਲੀਨਿਕ ਵੀ ਜ਼ਿਆਦਾ ਹੋ ਸਕਦੇ ਆ। ਸੋ ਇੱਦਾਂ ਆ ਵੀ ਜੇ ਕਿਸ ਇਲਾਕੇ ਦੀ ਗਿਣਤੀ ਕਹਿ ਦਿਓ ਬਹੁਤ ਜ਼ਿਆਦਾ ਆ ਪਰ ਉਹਨਾਂ ਨੇ ਸੈਂਸਿਸ ਨਹੀਂ ਭਰੇ, ਫਿਰ ਉਹ ਥੋੜ੍ਹੀ ਗਿਣਤੀ ਦੇ ਹਿਸਾਬ ਨਾਲ ਉਹਨਾਂ ਦੇ ਕਲੀਨਿਕ ਬਣਦੇ ਆ।
ਤੇ ਇਸ ਵੇਲੇ ਅਸੀਂ ਦੇਖ ਰਹੇ ਹਾਂ ਵੀ ਕਲੀਨਿਕ ਦੀ ਘਾਟ ਕਿੰਨੀ ਹੈਗੀ ਆ, ਡਾਕਟਰਾਂ ਦੀ ਘਾਟ ਕਿੰਨੀ ਆ, ਕੋਰੋਨਾ ਵਾਇਰਸ ਦੀ ਇਲਾਜ ਕਰਨ ਵਾਸਤੇ ਜਾਂ ਕਿਸ ਨੂੰ ਟ੍ਰੀਟ ਕਰਨ ਵਾਸਤੇ। ਸੋ ਇਹਦੇ ਹਿਸਾਬ ਨਾਲ ਜੇ ਫਿਊਚਰ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਫੈਲੇ ਜਾਂ ਕਿਤੇ ਵੀ ਸ਼ੁਰੂ ਹੁੰਦੀ ਆ, ਜੇ ਸਾਡੀ ਗਿਣਤੀ ਜ਼ਿਆਦਾ ਆ, ਉਹਦੇ ਹਿਸਾਬ ਨਾਲ ਸਾਨੂੰ ਜ਼ਿਆਦਾ ਕਲੀਨਿਕ ਬਣੂਗੇ, ਹਸਪਤਾਲ ਬਣੂਗੇ, ਫਿਰ ਕੋਈ ਵੀ ਅੱਗੇ ਫਿਊਚਰ ਵਿੱਚ ਹੁੰਦਾ ਆ, ਅਸੀਂ ਉਹਦੇ ਲਈ ਜ਼ਿਆਦਾ ਤਿਆਰ ਹੋ ਸਕਦੇ ਹਾਂ ਇਸ ਗਿਣਤੀ ਦੇ ਹਿਸਾਬ ਨਾਲ, ਸੈਂਸਸ ਦੇ ਹਿਸਾਬ ਦੇ ਨਾਲ। ਜੀ ਜੀ। ਸੋ ਇੱਕ ਜਾਣੇ ਦਾ ਆਫ ਦੀ ਈਅਰ ਸਵਾਲ ਸੀਗਾ, ਕਹਿੰਦੇ ਵੀ ਸਾਡੇ ਐਡਰੈਸ ਦੇ ਉੱਤੇ ਅਜੇ ਤੱਕ ਕੋਈ ਵੀ ਜਿਹੜੀ ਸੈਂਸਸ ਬਿਊਰੋ ਦੀ ਜਿਹੜੀ ਚਿੱਠੀ ਆ ਉਹ ਨਹੀਂ ਆਈ, ਜੇ ਕਿਸੇ ਦੇ ਨਾਲ ਇੱਦਾਂ ਹੋਇਆ ਆ ਉਹ ਕੀ ਕਰ ਸਕਦਾ ਹੈ? ਬੇਸ਼ੱਕ ਤੁਸੀਂ ਸੈਂਸਸ ਬਿਊਰੋ ਨੂੰ ਆਪ ਹੀ ਫੋਨ ਕਰ ਸਕਦੇ ਹੋ, ਜਾਂ ਇਹ ਵੀ ਹੋ ਸਕਦਾ ਕਿ ਵੀ ਸ਼ਾਇਦ ਤੁਹਾਡੇ ਘਰ ਦੇ ਵਿੱਚ ਕਿਸੇ ਹੋਰ ਨੇ ਮੇਲ ਦੇਖ ਲਈ ਹੋਊਗੀ ਉਸ ਦਿਨ, ਤੇ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਵੀ ਇਹ ਚਿੱਠੀ ਕੰਮ ਦੀ ਨਹੀਂ ਹੋਊਗੀ। ਘਰ ਦੇ ਵਿੱਚ ਪਹਿਲਾਂ ਜ਼ਰੂਰ ਗੱਲ ਕਰਿਓ, ਤੇ ਹਰੇਕ ਰੈਜ਼ੀਡੈਂਟ ਨੂੰ ਮਿਲੂਗੀ, ਤੇ ਜੇ ਉਹਨਾਂ ਨੂੰ ਚਿੱਠੀ ਨਹੀਂ ਮਿਲੀ ਹਜੇ ਤਾਂ ਤੁਸੀਂ ਆਨਲਾਈਨ ਜਾਓ 2020census.gov, ਉੱਥੇ ਉਹਨਾਂ ਨੇ ਲਿੰਕ ਵੀ ਹੈਗੇ ਨੇ ਕਿ ਵੀ ਜੇ ਤੁਹਾਨੂੰ ਚਿੱਠੀ ਨਹੀਂ ਮਿਲੀ ਤਾਂ ਸਾਨੂੰ ਕੀ ਕਰਨਾ ਚਾਹੀਦਾ। ਪਰ ਜਿੱਦਾਂ ਅਸੀਂ ਪਹਿਲਾਂ ਵੀ ਕਿਹਾ ਸੀਗਾ, ਤੁਸੀਂ ਬੇਸ਼ੱਕ ਭਰ ਸਕਦੇ ਹੋ ਆਨਲਾਈਨ ਵੀ, ਤੇ ਉਹਨਾਂ ਨੂੰ ਐਡਰੈਸ ਭਰ ਕੇ ਤੁਸੀਂ ਭਰ ਸਕਦੇ ਹੋ। ਹਾਂਜੀ, ਤੇ ਉਹਨਾਂ ਨੇ ਤੁਹਾਡਾ ਸੈਂਸਸ ਫੋਨ ਤੇ ਵੀ ਲੈ ਲੈਣਾ ਜੇ ਤੁਸੀਂ ਉਹਨਾਂ ਨੂੰ ਫੋਨ ਕਰੋਗੇ। ਪਰ ਈਵਨ ਜਿਹੜਾ ਆਪਣਾ ਪਹਿਲਾਂ ਸਵਾਲ ਸੀਗਾ ਆਪਣੇ ਬਜ਼ੁਰਗਾਂ ਦਾ, ਮੈਂ ਇੱਕ ਹੋਰ ਚੀਜ਼ ਜ਼ਰੂਰ ਐਡ ਕਰਨਾ ਚਾਹੁੰਦੀ ਹਾਂ ਕਿ ਜੀ ਆਪਾਂ ਹੁਣ ਭਾਵੇਂ ਇਹ ਬਿਮਾਰੀ ਵੀ ਫੈਲ ਰਹੀ ਆ, ਪਰ ਜਿਹੜੇ ਆਪਣੇ ਭਾਵੇਂ ਪਰਿਵਾਰਕ ਫੈਮਿਲੀ ਫਰੈਂਡਸ ਹੋਣ ਜਾਂ ਆਪਣੇ ਪਰਿਵਾਰ ਦੇ ਵਿੱਚ ਵੀ ਬਜ਼ੁਰਗ ਹੋਣ, ਬੱਚੇ ਹੋਣ, ਇੱਕ ਦੂਜੇ ਨੂੰ ਜ਼ਰੂਰ ਪੁੱਛਿਓ ਕਿ ਵੀ ਸਾਡੀ ਬੇਨਤੀ ਆ ਕਿ ਵੀ ਤੁਸੀਂ ਇੱਕ ਦੂਜੇ ਨੂੰ ਭਾਵੇਂ ਖਿਆਲ ਵੀ ਰੱਖ ਰਹੇ ਹਾਂ ਆਪਾਂ ਇੱਕ ਦੂਜੇ ਦਾ, ਪਰ ਸੈਂਸਸ ਬਾਰੇ ਵੀ ਜ਼ਰੂਰ ਪੁੱਛਿਓ ਜੇ ਤੁਹਾਨੂੰ ਲੱਗਦਾ ਕਿ ਵੀ ਤੁਹਾਡੇ ਜਾਣ ਪਹਿਚਾਣ ਦੇ ਵਿੱਚ ਕੋਈ ਬਜ਼ੁਰਗ ਆ ਜਿਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਮਰਦਮਸ਼ੁਮਾਰੀ ਬਾਰੇ। ਸੋ ਉਹਨਾਂ ਨੂੰ ਵੀ ਤੁਸੀਂ ਆਪ ਵੀ ਪਤਾ ਕਰ ਸਕਦੇ ਹੋ, ਉਹਨਾਂ ਦੀ ਮਦਦ ਕਰ ਸਕਦੇ ਹੋ। ਜੇ ਤੁਸੀਂ ਆਲਰੇਡੀ ਫੋਰਮ ਭਰ ਲਿਆ ਤੇ ਗੁਆਂਢੀਆਂ ਨੂੰ ਜ਼ਰੂਰ ਫੋਨ ਕਰਕੇ ਪੁੱਛ ਲਿਓ। ਪਰ ਇਹ ਆਪਣੀ ਇੱਕ ਕਮਿਊਨਿਟੀ ਐਫਰਟ ਆ ਜਿਹੜਾ ਆਪਣਾ ਲੱਗਿਆ ਹੋਇਆ ਵਾ, ਤੇ ਹਾਂਜੀ ਫੋਨ ਤੇ ਵੀ, ਆਨਲਾਈਨ ਵੀ ਤੇ ਡਾਕ ਰਾਹੀਂ ਵੀ, ਤਿੰਨੋਂ ਹੀ ਤੁਹਾਡੇ ਕੋਲ ਆਪਸ਼ਨਸ ਆਏ ਨੇ ਜੀ। ਤੇ ਜੇ ਤੁਸੀਂ ਜਕਾਰਾ ਦੀ ਸੈਂਸਸ ਹੈਲਪਲਾਈਨ ਦੇ ਉੱਤੇ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 559-677-7454-559-6707-7474-54। ਸੋ ਇਹ ਪ੍ਰੋਸੈਸ ਕਿੱਦਾਂ ਹੋਵੇਗਾ? ਤੁਹਾਨੂੰ ਕਾਲ ਕਰਕੇ ਵੋਇਸਮੇਲ ਛੱਡਣਗੇ ਜਾਂ ਤੁਹਾਡਾ ਕੋਈ ਉੱਥੇ ਜਿਹੜਾ ਹੋਊਗਾ ਜੋ ਕੰਮ ਕਰ ਰਿਹਾ ਵੀ ਉਹ ਉਹਨਾਂ ਨੂੰ ਉੱਥੇ ਹੈਲਪ ਕਰੂਗਾ? ਹਾਂਜੀ, ਅਸੀਂ ਜਿਹੜਾ ਇਹ ਨੰਬਰ ਸੈਟਅਪ ਕੀਤਾ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ, ਫੇਸਬੁੱਕ ਤੇ ਵਟਸਐਪ ਦੇ ਵਿੱਚ ਅਸੀਂ ਭੇਜ ਰਹੇ ਹਾਂ। ਤੇ ਇਸ ਨੰਬਰ ਤੇ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਤੁਸੀਂ ਇੱਕ ਵੋਇਸ ਨਾਲ ਛੱਡ ਸਕਦੇ ਹੋ, ਤੇ ਜਿਹੜੇ ਸਾਡੇ ਸੈਂਸਸ ਦੇ ਭਾਵੇਂ ਸਾਨੂੰ ਤੁਹਾਨੂੰ ਜਕਾਰਾ ਮੂਵਮੈਂਟ ਸਟਾਫ ਤੋਂ ਹੀ ਫੋਨ ਆਊਗਾ ਜਾਂ ਜਿਹੜੇ ਸਾਡੇ ਵਾਲੰਟੀਅਰਸ ਨੇ ਸੈਂਸਸ ਵਰਕਰਸ ਨੇ ਔਰਗਨਾਈਜੇਸ਼ਨ ਵੱਲੋਂ, ਉਹਨਾਂ ਦਾ ਫਿਰ ਵਾਪਸ ਫੋਨ ਆਊਗਾ ਤੇ ਉਹ ਤੁਹਾਡਾ ਫਿਰ ਸਵਾਲ ਦਾ ਜਵਾਬ ਦੇ ਸਕਦੇ ਨੇ। ਠੀਕ ਹੈ ਜੀ, ਚਲੋ ਜੀ, ਜ਼ਰੂਰ ਜਦੋਂ ਵੋਇਸ ਮੇਲ ਛੱਡਣੀ ਆ ਆਪਣਾ ਨਾਮ ਵੀ ਛੱਡਿਓ, ਆਪਣਾ ਨੰਬਰ ਵੀ ਛੱਡਿਓ, ਜਿੱਥੇ ਅਸੀਂ ਵਾਪਸ ਤੁਹਾਨੂੰ ਫੋਨ ਕਰ ਸਕਦੇ ਹਾਂ। ਜੀ ਜੀ ਬਿਲਕੁਲ, ਸੋ ਆਪਣਾ ਨਾਮ ਅਤੇ ਨੰਬਰ ਜਿਹੜਾ ਹੈ ਇਹਨਾਂ ਨੂੰ ਕਾਲ ਕਰ ਲਿਓ, ਜਿਹੜੇ ਤਾਂ ਖੁਦ ਭਰ ਸਕਦੇ ਨੇ ਟਰਾਈ ਕਰੋ ਵੀ ਜਲਦੀ ਜਲਦੀ ਆਪਾਂ ਸਮੇਂ ਸਿਰ ਜਿਹੜਾ ਭਰ ਦਈਏ, ਕਿਉਂਕਿ ਇੱਕ ਟੈਨਸ਼ਨ ਜਿਹੜੀ ਉਹ ਘੱਟ ਜਾਂਦੀ ਹੈ, ਕੰਮ ਜਿਹੜਾ ਉਹ ਪੂਰਾ ਹੋ ਜਾਂਦਾ ਆ। ਬਾਕੀ ਟਾਈਮ ਲੈ ਕੇ ਭਰਨਾ, ਕਾਰਨ ਕੀ ਆ ਵੀ ਕੋਈ ਜਣਾ ਰਹਿ ਨਾ ਜਾਵੇ, ਇਨਫੋਰਮੇਸ਼ਨ ਜਿਹੜੀ ਆਪਾਂ ਜਿਹੜੀ ਵੱਧ ਤੋਂ ਵੱਧ ਜਿਹੜੀ ਕਰੈਕਟ ਹੀ ਇਨਫੋਰਮੇਸ਼ਨ ਜਿਹੜੀ ਉਹ ਦੇਣੀ ਹੈ, ਕੋਈ ਗਲਤੀ ਜਿਹੜੀ ਆ ਉਹ ਨਾ ਹੋਵੇ। ਸੋ ਸਭ ਤੋਂ ਆਸਾਨ ਤਰੀਕਾ ਜਿਹੜਾ ਔਨਲਾਈਨ ਭਰਨ ਦਾ ਜਿਹੜਾ ਹੈਗਾ, ਅੱਜ ਕੱਲ੍ਹ ਤਕਰੀਬਨ ਸਾਰਿਆਂ ਦੇ ਕੋਲ ਸਮਾਰਟਫੋਨ ਹੈਗੇ ਆ, ਜਿਨ੍ਹਾਂ ਦੇ ਕੋਲ ਨਹੀਂ ਹੈਗੀ ਉਹ ਕਿਸੇ ਨੌਜਵਾਨ ਦੀ ਆਪਣੇ ਘਰ ਦੇ ਵਿੱਚੋਂ ਹੀ ਜਿਹੜੀ ਉਹ ਮਦਦ ਲਓ। my2020census.gov my2020census.gov ਦੇ ਉੱਤੇ ਜਾ ਕੇ ਤੁਸੀਂ ਆਪਣੀ ਜਿਹੜਾ ਉਹ ਸੈਂਸਸ ID ਭਰ ਕੇ ਜਾਂ ਆਪਣਾ ਐਡਰੈਸ ਭਰ ਕੇ ਤੁਸੀਂ ਉੱਥੇ ਇਨਫੋਰਮੇਸ਼ਨ ਭਰ ਸਕਦੇ ਹੋ। ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ, ਚਾਹੇ ਤੁਹਾਡੇ ਕੋਲ ਇਮੀਗ੍ਰੇਸ਼ਨ ਦਾ ਕੋਈ ਕਾਗਜ਼ ਹੈਗਾ ਆ, ਚਾਹੇ ਤੁਹਾਡੇ ਕੋਲ ਕਾਗਜ਼ ਨਹੀਂ ਹੈਗਾ, ਚਾਹੇ ਤੁਸੀਂ ਅਨਡਾਕੂਮੈਂਟਡ ਹੋ, ਚਾਹੇ ਤੁਸੀਂ ਅਸਾਈਲਮ ਦੇ ਬੇਸ ਦੇ ਉੱਤੇ ਵਰਕ ਪਰਮਿਟ ਵਾਲੇ ਹੋ, ਵਰਕ ਪਰਮਿਟ ਤੁਹਾਡਾ ਐਕਸਪਾਇਰਡ ਹੋ ਚੁੱਕਾ ਆ, ਇਨ ਪ੍ਰੋਸੈਸ ਹੈਗੇ ਹੋ, ਗ੍ਰੀਨ ਕਾਰਡ ਹੋਲਡਰ ਹੋ, 2 ਸਾਲ ਵਾਲਾ ਆ, 10 ਸਾਲ ਆਇਆ, 10 ਸਾਲ ਵਾਲਾ ਆ, ਅਤੇ ਜਾਂ ਜਿਹੜਾ ਤੁਸੀਂ ਸਿਟੀਜ਼ਨ ਹੋ, ਨੈਚੁਰਲਾਈਜ਼ਡ ਹੋ, ਬਾਏ ਬਰਥ ਹੋ, ਕਿਸੇ ਵੀ ਤਰੀਕੇ ਦੇ ਤੁਸੀਂ ਅਮੈਰੀਕਾ ਦੇ ਵਿੱਚ ਪੱਕਿਆਂ ਰਹਿੰਦੇ ਹੋ, ਤੁਸੀਂ ਇਸ ਸੈਂਸਸ ਨੂੰ ਭਰਨਾ ਆ। ਤੁਹਾਡੇ ਦੁਆਰਾ ਦਿੱਤੀ ਹੋਈ ਇਸ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ, ਜਾਣਕਾਰੀ ਆ,
ਉਹ ਕਿਸੇ ਵੀ ਹੋਰ ਡਿਪਾਰਟਮੈਂਟ ਦੇ ਨਾਲ ਸਾਂਝੀ ਜਿਹੜੀ ਉਹ ਨਹੀਂ ਕੀਤੀ ਜਾਊਗੀ। ਸਿਰਫ ਤੇ ਸਿਰਫ ਕੌਣ ਕਿੱਥੇ ਕਿੰਨੇ ਜਾਣੇ ਕਿੱਥੇ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਕੀ ਐਥਨੀਸਿਟੀ ਹੈਗੀ ਆ, ਕਿੰਨੀ ਉਮਰ ਵਾਲੇ ਹੈਗੇ ਨੇ, ਉਹ ਜ਼ਰੂਰ ਉਹਨਾਂ ਨੇ ਉਸ 'ਤੇ ਕੈਟਾਗਰਾਈਜ਼ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਉਹ ਕਰਨੀਆਂ ਆ। ਸੋ ਇਹ ਪਲੀਜ਼ ਜ਼ਰੂਰ ਧਿਆਨ ਦੇ ਨਾਲ ਜਿਹੜਾ ਇਸ ਨੂੰ ਜ਼ਰੂਰ ਭਰੋ। ਅਤੇ ਮਨਪ੍ਰੀਤ ਕੌਰ ਅਤੇ ਹਰਜੀਤ ਸਿੰਘ, ਮੈਂ ਤੁਹਾਡਾ ਦੋਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਤੁਸੀਂ ਸਾਡੇ ਨਾਲ ਜੁੜੇ, ਅਤੇ ਜਾਂਦੇ ਜਾਂਦੇ ਕੀ ਤੁਸੀਂ ਸਰੋਤਿਆਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਜੀ, ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਹਾਂ ਵੀ ਆਪਣੀ ਜਿਵੇਂ ਸਾਰਿਆਂ ਆਪਣੀ ਸਿਹਤ ਦਾ ਖਿਆਲ ਰੱਖੋ, ਚੜ੍ਹਦੀ ਕਲਾ ਵਿੱਚ ਰਹੋ, ਭਾਵੇਂ ਕੋਈ ਵੀ ਕਰੋਨਾ ਵਾਇਰਸ ਤਾਂ ਹੋ ਰਿਹਾ ਵੀ ਅਸੀਂ ਇੱਕ ਦੂਜੇ ਦਾ ਖਿਆਲ ਰੱਖੀਏ ਅਤੇ ਅਸੀਂ ਸਾਰੇ ਜੋ ਵੀ ਸਾਨੂੰ ਡਾਕਟਰ ਦੱਸ ਰਹੇ ਆ ਵੀ ਕੀ ਕਰਨਾ ਉਹ ਫੋਲੋ ਕਰੀਏ, ਉਹਦੇ ਨਾਲ ਵੀ ਅਸੀਂ ਆਹ ਵੀ ਖਿਆਲ ਰੱਖੀਏ ਕਿਉਂਕਿ ਇਸ ਤਰ੍ਹਾਂ ਬਿਮਾਰੀਆਂ ਜੋ ਕਿ ਦੁਨੀਆਂ ਵੀ ਸਮੱਸਿਆ ਆਉਂਦੇ ਰਹਿੰਦੇ ਆ, ਪਰ ਇਹ ਜਿਹੜੀ ਸੈਂਸਸ ਆ ਇੱਕ ਵਾਰ ਹੀ 10 ਸਾਲ ਵਿੱਚ ਆਉਂਦੀ ਆ, ਅਤੇ ਜਿਹੜਾ ਸਾਨੂੰ ਮੌਕਾ ਮਿਲਦਾ ਆ ਆਪਣੀ ਕਮਿਊਨਿਟੀ ਵਾਸਤੇ, ਆਪਣੀ ਪਹਿਚਾਣ ਵਾਸਤੇ, ਆਪਣੀ ਗਿਣਤੀ ਕਰਾਉਣ ਦਾ, ਇਹ ਸਿਰਫ 10 ਸਾਲਾਂ ਵਿੱਚ ਇੱਕ ਵਾਰ ਹੀ ਆਉਂਦਾ। ਸੋ ਇਹਨੂੰ ਵੀ ਜ਼ਰੂਰ ਭਰਿਓ ਅਤੇ ਇੱਥੇ ਵੀ ਖਿਆਲ ਆਪਣਾ ਰੱਖਿਓ। ਜੀ ਮਨਪ੍ਰੀਤ। ਹਾਂਜੀ, ਪੂਰੀ ਪੰਜਾਬੀ ਰੇਡੀਓ USA ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਵੀ ਉਹ ਹਮੇਸ਼ਾ ਸਾਡਾ ਇੰਨਾ ਸਪੋਰਟ ਦਿੰਦੇ ਨੇ, ਯੋਗਦਾਨ ਦਿੰਦੇ ਨੇ। ਮੈਨੂੰ ਪਤਾ ਕਿ ਵੀ ਕਰੋਨਾ ਵਾਇਰਸ ਦੇ ਜਿਹੜੇ ਮਿਸ ਨੇ, ਜਿਹੜੇ ਫੈਕਟਸ ਨੇ, ਉਹ ਸਾਰੇ ਆਪਣੇ ਇੱਥੋਂ ਪੰਜਾਬੀ ਰੇਡੀਓ USA ਟੀਮ ਤੋਂ ਆ ਕੇ ਪੂਰੀ ਕਮਿਊਨਿਟੀ ਤੱਕ ਜਾ ਰਹੇ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜਿਵੇਂ ਹਰਜੀਤ ਜੀ ਨੇ ਕਿਹਾ ਵਾ, ਇਹ ਹਰ 10 ਸਾਲ ਹੀ ਆਉਂਦਾ, ਸੋ ਸ਼ਾਇਦ ਆਪਣੀ ਵੀ ਯਾਦਗਾਰੀ ਰਹਿ ਜੂਗੀ ਕਿ ਵੀ ਜਦੋਂ ਕਰੋਨਾ ਵਾਇਰਸ ਹੋਇਆ ਸੀ ਉਦੋਂ ਅਸੀਂ ਘਰ ਬੈਠੇ ਸੀ, ਪਰ ਅਸੀਂ ਆਪਦਾ ਸੈਂਸਸ ਜ਼ਰੂਰ ਭਰਦਾ ਸੀਗਾ। ਸੋ ਆਪਾਂ ਘਰੇ ਹੀ ਬੈਠੇ ਹਾਂ ਭਾਵੇਂ, ਪਰ ਜਿਹਨਾਂ ਨੂੰ ਥੋੜਾ ਜਿਹਾ ਔਖਾ ਸਮਾਂ ਵਾ, ਕੰਮ ਤੇ ਵੀ ਜਾਣਾ ਪੈ ਰਿਹਾ ਵਾ, ਅਸੀਂ ਬਸ ਸਾਡੀ ਅਰਦਾਸ ਆ ਕਿ ਵੀ ਸਾਰੇ ਸਹੀ ਸੁਰੱਖਿਅਤ ਰਹਿਣ, ਭਾਵੇਂ ਨਰਸਾਂ ਹੋਣ, ਡਾਕਟਰਸ ਹੋਣ, ਜਿਹੜੇ ਟਰੱਕ ਡਰਾਈਵਰ ਨੇ, ਜਿਹੜੇ ਆਪਣੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ, ਆਪਣੇ ਮੇਲ ਡਿਲੀਵਰ ਕਰ ਰਹੇ ਨੇ, ਸਾਰੇ ਸਹੀ ਸੁਰੱਖਿਅਤ ਰਹਿਣ, ਆਪਣੀਆਂ ਬੱਸਾਂ ਚਲਾ ਰਹੇ ਨੇ, ਆਪਣੇ ਟਰੱਕ ਚਲਾ ਰਹੇ ਨੇ। ਸੋ ਪੂਰੀ ਕਮਿਊਨਿਟੀ ਦੀ ਸੇਫਟੀ ਵੀ ਸਾਡੇ ਮਨ 'ਤੇ ਆ, ਅਤੇ ਅਸੀਂ ਭਾਵੇਂ ਸੈਂਸਸ ਹੋਵੇ, ਭਾਵੇਂ ਕਰੋਨਾ ਵਾਇਰਸ ਹੋਵੇ, ਭਾਵੇਂ ਕੋਈ ਹੋਰ ਵੀ ਪ੍ਰੋਬਲਮ ਹੋਵੇ, ਅਸੀਂ ਜ਼ਰੂਰ ਕਮਿਊਨਿਟੀ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਵੀ ਸਾਡਾ ਤਾਂ ਇਹੀ ਐਫਰਟ ਰਿਹਾ ਵਾ ਕਿ ਵੀ ਅਸੀਂ ਇਹ ਸਹੂਲਤਾਂ ਕਮਿਊਨਿਟੀ ਤੱਕ ਜ਼ਰੂਰ ਪਹੁੰਚਾਈਏ। ਅਤੇ ਜਿਹੜੀ ਇਹ 2020 ਸੈਂਸਸ ਆ, ਇਹ ਆਪਣਾ ਮੇਰੇ ਖਿਆਲ 'ਚ ਪਹਿਲਾ ਮੌਕਾ ਵਾ ਕਿ ਵੀ ਆਪਾਂ ਇੱਕ ਬਹੁਤ ਵੱਡਾ ਡਿਫਰੈਂਸ ਲਿਆ ਸਕਦੇ ਹਾਂ ਕਿ ਵੀ ਆਪਣਾ ਭਾਈਚਾਰਾ ਕਿਵੇਂ ਆਈਡੈਂਟੀਫਾਈ ਕੀਤਾ ਜਾਂਦਾ ਵਾ, ਭਾਵੇਂ ਤੁਸੀਂ ਸਿੱਖ ਲਿਖਣਾ, ਭਾਵੇਂ ਤੁਸੀਂ ਪੰਜਾਬੀ ਲਿਖਣਾ, ਅਸੀਂ ਤਾਂ ਦੋਨੇ ਕੈਟਾਗੋਰੀਜ਼ ਲੈ ਕੇ ਅਸੀਂ ਉਹ ਡਾਟਾ ਸਮਝਣਾ ਵਾ। ਅਤੇ ਇਹ ਅੱਜ ਦੀ ਗੱਲ ਨਹੀਂ ਹੈਗੀ, ਇਹ ਭਾਵੇਂ ਆਪਾਂ ਨੂੰ ਕੱਲ੍ਹ ਨੂੰ ਜਾਂ 2 ਸਾਲਾਂ ਤੱਕ, 5 ਸਾਲਾਂ ਤੱਕ ਨਵੇਂ ਸਕੂਲ ਵੀ ਬਣ ਗਏ, ਸੜਕਾਂ ਵੀ ਬਣ ਗਈਆਂ, ਤੁਹਾਡੇ ਸੜਕਾਂ ਦੇ ਉੱਤੇ ਲੈਂਪ ਪੋਸਟ ਪਾਏ ਜਾਣਗੇ, ਇਹ ਸਾਰਾ ਸੈਂਸਸ ਡਾਟਾ ਹੀ ਹੈਗਾ। ਜਾਂ ਆਪਣੇ ਲੋਕ ਸਭਾ ਦੇ ਵਿੱਚ ਕਿੰਨੇ ਇਲੈਕਟਿਡ ਅਫੀਸ਼ਲਸ ਹੁੰਦੇ ਨੇ, ਉਹ ਵੀ ਸੈਂਸਸ ਡਾਟਾ ਵਾ। ਪਰ ਹੁਣ ਤੋਂ 50 ਸਾਲ ਤੱਕ ਪਹਿਲਾਂ ਜਿਵੇਂ ਆਪਾਂ ਅੱਗੇ ਦੇਖਾਂਗੇ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਵੀ ਸਮਝਣਗੀਆਂ ਕਿ ਵੀ ਇਹ ਸੈਂਸਸ ਡਾਟਾ ਨਾਲ ਹੀ ਆਪਣਾ ਇਤਿਹਾਸ ਵੀ ਗਿਣਿਆ ਜਾਂਦਾ ਵਾ ਕਿ ਵੀ ਆਪਣੀ ਆਬਾਦੀ ਕਿੰਨੀ ਸੀ ਉਸ ਟਾਈਮ ਤੇ ਹੁਣ ਕਿੰਨੀ ਵਧੀ ਆ। ਹੁਣ ਜਦੋਂ ਤੁਸੀਂ ਦੇਖਦੇ ਹੋ, ਸਾਡੇ ਵੀ ਹੁਣ ਐਫਰਟਸ ਲੱਗੇ ਹੋਏ ਨੇ ਕਿ ਵੀ ਸਿੱਖ ਕੋਲੀਸ਼ਨ ਦੇ ਨਾਲ ਅਸੀਂ ਇੱਕ ਐਥਨਿਕ ਸਟੱਡੀਜ਼ ਦੀ ਕਰਿਕੁਲਮ ਮੂਹਰੇ ਲੈ ਕੇ ਆ ਰਹੇ ਹਾਂ, ਅਤੇ ਉਹ ਪਟੀਸ਼ਨ ਵੀ ਆਪਣੀ ਵੈਬਸਾਈਟ 'ਤੇ, ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੋ ਕਿ ਵੀ ਸਿੱਖ ਇਤਿਹਾਸ, ਜਿਹੜਾ ਆਪਣਾ ਸਿੱਖ ਅਮੈਰੀਕਨ, ਸਿੱਖ ਕੈਲੀਫੋਰਨੀਅਨ ਇਤਿਹਾਸ ਆਪਣਾ ਬੱਚਿਆਂ ਦੇ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਵੇ। ਹੁਣ ਅਸੀਂ ਇਹੀ ਕਰ ਸਕਦੇ ਹਾਂ, ਇਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਆਪਾਂ ਨੂੰ ਸਮਝ ਆ ਕੇ ਵੀ ਆਪਣੀ ਇਹ ਕਮਿਊਨਿਟੀ, ਆਪਣੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਕਦੋਂ ਆਈ ਸੀ, ਕਿੰਨੇ ਸਾਲਾਂ ਪਹਿਲਾਂ ਆਈ ਸੀ, ਕਿੰਨੇ ਸਦੀਆਂ ਪਹਿਲਾਂ ਆਈ ਸੀਗੀ। ਤੇ ਇਹ ਵੀ ਐਫਰਟਸ ਆਪਣੇ ਹੁਣ ਲੱਗੇ ਹੋਏ ਨੇ, ਪਰ ਇਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਸੈਂਸਸ ਡਾਟਾ ਵਰਗੀਆਂ ਚੀਜ਼ਾਂ ਦੇਖ ਕੇ ਕਹਿ ਸਕਦੇ ਹਾਂ ਕਿ ਵੀ ਇਹ ਚੀਜ਼ ਵੀ ਪੜ੍ਹਾਈ ਜਾਣੀ ਚਾਹੀਦੀ ਆ ਸਕੂਲਾਂ ਦੇ ਵਿੱਚ। ਸੋ ਇਹਦੇ ਬੈਨੀਫਿਟ ਆਪਾਂ ਅੱਜ ਵੀ ਦੇਖਾਂਗੇ, 10 ਸਾਲ ਤੱਕ ਵੀ ਦੇਖਾਂਗੇ, ਤੇ ਕੀ ਪਤਾ 10-20 ਸਾਲਾਂ ਦੇ ਵਿੱਚ ਆਪਣਾ ਇੱਕ ਅਲੱਗ ਬਾਕਸ ਹੋਵੇ ਜਿਹੜੇ ਆਪਾਂ ਨੂੰ ਕਲਿੱਕ ਕਰਨਾ ਪਵੇ ਤੇ ਇਹ ਸਾਰਾ ਕੁਛ ਨਾ ਸਮਝਾਇਆ ਜਾਣਾ ਚਾਹੀਦਾ। ਸੋ ਬੇਨਤੀ ਹੈ, ਜ਼ਰੂਰ ਸੈਂਸਸ ਭਰਿਓ, ਸਹੀ ਤਰ੍ਹਾਂ ਭਰਿਓ, ਟਾਈਮ ਲਾ ਕੇ ਭਰਿਓ। ਤੇ ਜੇ ਜਕਾਰਾ ਮੂਵਮੈਂਟ ਵੱਲੋਂ ਅਸੀਂ ਕੋਈ ਵੀ ਤੁਹਾਡੇ ਕੁਐਸਚਨਸ ਦਾ ਜਵਾਬ ਦੇ ਸਕਦੇ ਹਾਂ, ਕੋਈ ਵੀ ਤੁਹਾਡੇ ਸਵਾਲ ਹੋਣ
ਹੋਣ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਤੇ ਸਾਡਾ ਨੰਬਰ ਅਸੀਂ ਫੇਸਬੁੱਕ ਤੇ ਵੀ ਪਾਵਾਂਗੇ ਤੇ ਪੰਜਾਬੀ ਰੇਡੀਓ USA ਟੀਮ ਨਾਲ ਵੀ ਸ਼ੇਅਰ ਕਰਾਂਗੇ ਜੀ ਥੈਂਕ ਯੂ ਮਨਪ੍ਰੀਤ ਥੈਂਕ ਯੂ ਹਰਜੀਤ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਜੀ ਸਰੋਤਿਓ ਇਹ ਸੀਗੇ ਜਕਾਰਾ ਮੂਵਮੈਂਟ ਤੋਂ ਅਤੇ ਆਪਾਂ ਜਿਹੜੀ ਮਰਦਮਸ਼ੁਮਾਰੀ ਆ ਹੋ ਰਹੀ ਆ ਅਮੈਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਉਹ ਕਰ ਰਹੇ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਜਿਹੜੀ ਹੋਰ ਵੀ ਇਸ ਦੇ ਬਾਰੇ ਜਾਣਕਾਰੀ ਜਾਂ ਹੋਰ ਸਵਾਲ ਜਵਾਬ ਲੈ ਕੇ ਵੀ ਜਿਹੜੇ ਆ ਉਹ ਹਾਜ਼ਰ ਹੁੰਦੇ ਰਹਾਂਗੇ ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਉਹਨੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM